ਹਰ ਮਾਂ ਚਾਹੀਏ ਮੇਰਾ ਬੱਚਾ ਸੰਸਕਾਰੀ ਬਣੇ ਔਰ ਅਨਮੋਲ ਜਿਹਾ ਬਣੇ ਬਹੁਤ ਮਾਵਾ ਮਿਲਦੀ ਆ ਤੁਸੀਂ ਇਹੀ ਸੇਮ ਮੈਨੂੰ ਕੁਐਸਚਨ ਪੁੱਟ ਕਰਦੀਆਂ ਪਰ ਇਹ ਸੱਚਮੁੱਚ ਮੇਰਾ ਗੋਡ ਗਿਫਟ ਹੈ ਪਰਮਾਤਮਾ ਕਰੇ ਐਸਾ ਨੇਕ ਬੱਚਾ ਸਭ ਨੂੰ ਮਿਲੇ ਜਦੋਂ ਤੁਹਾਡਾ ਵਿਆਹ ਹੋਇਆ ਸੀ ਉਹਦੇ ਪਾਪਾ ਕੋਈ ਕੰਮ ਨਹੀਂ ਕਰਦੇ ਸੀਗੇ ਜਾਂ ਬਹੁਤ ਘੱਟ ਤਨਖਾਹ ਸੀ ਇਹਨਾਂ ਦੀ ਕੀ ਦੇਖਿਆ ਫਿਰ ਉਹਨਾਂ ਨੇ ਵਿਆਹ ਕਰਤਾ ਆਪਣੀ ਬੇਟੀ ਦਾ ਇਹ ਵਾਕੀ ਗੱਲ ਸੱਚੀ ਹੈ ਜਦੋਂ ਇੱਕ ਬਾਪ ਬੇਟੀ ਵਾਸਤੇ ਰਿਸ਼ਤਾ ਦੇਖਿਆ ਜਾਂਦਾ ਉਹਦੀ ਕੋਠੀ ਕਾਰ ਪੈਸਾ ਪਿੱਛੇ ਦੇਖਦਾ ਪਰ ਇਹਨਾਂ ਨੇ ਦੇਖਿਆ ਸੀ ਜਿੱਥੇ ਜੌਬ ਕਰ ਰਹੇ ਸੀ ਨਾ ਔਰ ਉਸ ਦੇ ਬਾਹਰ ਝਾੜੂ ਲਗਾ ਰਹੇ ਸੀ ਤੇ ਜਦੋਂ ਦੇਖ ਕੇ ਹੈਰਾਨ ਹੋ ਗਈ ਕਿ ਤੁਸੀਂ ਕੀ ਦੇਖਿਆ ਕਹਿੰਦੇ ਨਹੀਂ ਮੁੰਡਾ ਸਿਰਫ ਮਿਹਨਤੀ ਹੈ ਬਾਕੀ ਉਹਦੇ ਮੁਕੱਦਰ ਹੈ ਜੇ ਉਹਦਾ ਮੁਕੱਦਰ ਚ ਹੈਗਾ ਸਭ ਕੁਝ ਬਣਿਆ ਵੀ ਟਹਿ ਜਾਏਗਾ ਜੇ ਉਹਦੇ ਮੁਕੱਦਰ ਚ ਹੈ ਕੋਈ ਚਾਹ ਨਾ ਹੁੰਦੇ ਵੀ ਬਣੇਗਾ ਕਹਿੰਦੇ ਬਸ ਲੜਕਾ ਮਿਹਨਤੀ ਹੈ ਬਹੁਤ ਜ਼ਿਆਦਾ ਤੇ ਮੇਰੀ ਬੇਟੀ ਨੂੰ ਭੁੱਖੀ ਨਹੀਂ ਰੱਖੇਗਾ ਤਾਂ ਡੇਲੀ ਮੈਂ ਇਹਨਾਂ ਕੋਲੋਂ ਪੈਸੇ ਲੈ ਕੇ 50 ਰੁਪਏ 100 ਰੁਪਏ ਉਹਦੇ ਨਾਲ ਤੇਲ ਪਵਾ ਕੇ ਤਾਂ ਮੈਂ ਆਪਣਾ ਕੰਮ ਸਟਾਰਟ ਕੀਤਾ ਸੀ ਮੈਂ ਅੱਜ ਭੁੱਲ ਨਹੀਂ ਸਕਦਾ ਉਸ ਚੀਜ਼ ਨੂੰ ਕਿਉਂਕਿ ਅੱਜ ਜੋ ਵੀ ਹੈ ਨਾ ਉਹ ਹਲਕੀ ਵਜ੍ਹਾ ਨਾਲ ਹੈ ਜਦੋਂ ਮੈਂ ਜੰਮਿਆ ਸੀ 201996 ਦੇ ਵਿੱਚ ਉਦੋਂ ਮੈਂ ਜੰਮੇ ਸੀ ਉਦੋਂ ਕੀ ਹਾਲਾਤ ਸੀ ਕਰਦੇ ਉਦੋਂ ਵੀ ਹਾਲਾਤ ਬੇਟਾ ਇਹੀ ਸੀਗੇ ਕਿ ਮਤਲਬ ਤੁਸੀਂ ਜਦੋਂ ਹਸਪੀਟਲ 'ਚ ਸੀਗੇ ਤਾਂ ਸਭ ਤੋਂ ਸਸਤੇ ਹਸਪੀਟਲ 'ਚ ਅਸੀਂ ਮਤਲਬ ਐਡਮਿਟ ਕਰਵਾਇਆ ਸੀ ਮੰਮਾ ਨੂੰ ਜਿਹੜਾ ਲੁਧਿਆਣੇ ਦਾ ਬਹੁਤ ਸਸਤਾ ਹਸਪੀਟਲ ਸੀ ਜਿਹਨੂੰ ਕੀ ਬਹੁਤ ਸਸਤਾ ਗਿਣਿਆ ਜਾਂਦਾ ਕਿਉਂਕਿ ਪੈਸੇ ਨਹੀਂ ਸੀ ਫੰਡਿੰਗ ਨਹੀਂ ਸੀ ਤੇ ਕੰਮ ਵੀ ਇੰਨਾ ਨਹੀਂ ਸੀ ਲੇਕਿਨ ਤੁਹਾਡੇ ਤੋਂ ਬਾਅਦ ਕੰਮ ਬਹੁਤ ਅੱਛਾ ਹੋ ਗਿਆ ਸਤ ਸ੍ਰੀ ਅਕਾਲ ਜੀ ਬੋਲੋ ਭਾਈ ਜਦੋਂ ਕੋਈ ਬੁਲਾ ਰਿਹਾ ਹੁੰਦਾ ਤਾਂ ਬੋਲੀਦਾ ਹੁੰਦਾ ਸਮਾਈਲ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਵਾਰੀ ਇੱਕੇ ਟਾਕ ਸ਼ੋਅ ਤੇ ਤੁਹਾਡਾ ਆਪਣਾ ਸ਼ੋਅ ਹੈ ਮੈਂ ਲੱਗ ਨਹੀਂ ਤੁਸੀਂ ਲੱਗ ਨਹੀਂ ਅੱਜ ਵਾਲਾ ਜਿਹੜਾ ਪੋਡਕਾਸਟ ਹੈ ਮੋਸਟ ਡਿਮਾਂਡਿੰਗ ਪੋਡਕਾਸਟ ਏਵਰ ਮੇਰੇ ਦਾ ਚਲੋ ਸ਼ਖਸ ਜ਼ਿੰਦਗੀ ਚ ਬਹੁਤ ਖਾਸ ਨੇ ਮੇਰੇ ਮੰਮੀ ਪਾਪਾ ਔਰ ਬਹੁਤ ਲੋਕਾਂ ਨੇ ਡਿਮਾਂਡ ਕੀਤੀ ਕਿ ਵੀਰੇ ਆਪਣੇ ਮੰਮੀ ਪਾਪਾ ਦਾ ਪੋਡਕਾਸਟ ਲੈ ਕੇ ਆਓ ਅੱਜ ਤੋਂ 6 ਸਾਲ ਪਹਿਲਾਂ ਇੱਕ ਇੰਟਰਵਿਊ ਮੇਰੇ ਮੰਮੀ ਪਾਪਾ ਦੀ ਹੋਈ ਸੀ ਤੇ ਅੱਜ ਫਿਰ ਪੋਡਕਾਸਟ ਹੋਇਆ ਮਿਸਟਰ ਰਾਜਕੁਮਾਰ ਕਵਾਤਰਾ ਤੇ ਮਿਸੇਸ ਹਲਕਾ ਰਾਣੀ ਕਲਾਪਿੰਗ ਮੇਰੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੀਆਂ ਗੱਲਾਂ ਮੇਰੀ ਪਰਵਰਿਸ਼ ਮੇਰਾ ਵੱਡਾ ਹੋਣਾ ਮੇਰਾ ਸਭ ਕੁਝ ਇਸ ਪੋਡਕਾਸਟ ਦੇ ਵਿੱਚ ਸ਼ੇਅਰ ਹੋਇਆ ਔਰ ਪੋਡਕਾਸਟਿੰਗ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਉਹ ਬਦਲਾਅ ਆਇਆ ਹੈ ਜਿਹੜਾ ਸ਼ਾਇਦ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਕਿਉਂਕਿ ਅਸੀਂ ਇੱਕੋ ਪਰਿਵਾਰ ਆ ਬੇਸ਼ੱਕ ਅਸੀਂ ਕਦੀ ਨਹੀਂ ਮਿਲੇ ਜਾਂ ਮਿਲੇ ਵੀ ਹੋਏ ਆ ਤੁਸੀਂ ਘਰ ਬੈ ਕੇ ਮੈਨੂੰ ਆਪਣਾ ਪੁੱਤ ਛੋਟਾਪਰਾ ਦੋਸਤ ਸੱਜਣ ਸਮਝ ਕੇ ਇੰਨਾ ਪਿਆਰ ਦਿੰਨੇ ਹੋ ਇੱਕ ਜ਼ਰੀਆ ਫਾਊਂਡੇਸ਼ਨ ਦੇ ਨਾਲ ਨਾਲ ਏਕੇ ਟਾਕ ਸ਼ੋਅ ਦੀ ਜਦੋਂ ਤੋਂ ਸ਼ੁਰੂਆਤ ਹੋਈ ਹੈ ਜ਼ਿੰਦਗੀ ਜੀਣ ਦਾ ਸਵਾਦ ਆ ਰਿਹਾ ਉਮੀਦ ਹੈ ਕਿ ਤੁਹਾਨੂੰ ਵੀ ਆ ਰਿਹਾ ਹੋਵੇਗਾ ਜ਼ਿਆਦਾ ਦੇਰੀ ਨਾ ਕਰਦੇ ਹੋਏ ਤੁਹਾਨੂੰ ਸਿੱਧਾ ਪੋਡਕਾਸਟ ਲੈ ਕੇ ਚੱਲਦੇ ਹਾਂ ਉਸ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡਾ ਇੱਕ ਇੱਕ ਲਾਈਕ ਇੱਕ ਇੱਕ ਸਬਸਕ੍ਰਾਈਬ ਇੱਕ ਇੱਕ ਕਮੈਂਟ ਸਿਰ ਮੱਤੇ ਵਧੀਆ ਭਾਸ਼ਾ ਦੇ ਵਿੱਚ ਸਰਲ ਭਾਸ਼ਾ ਦੇ ਵਿੱਚ ਤੁਸੀਂ ਆਪਣਾ ਫੀਡਬੈਕ ਕਮੈਂਟ ਕਰਕੇ ਜਰੂਰ ਦੇ ਸਕਦੇ ਹੋ ਸੋ ਥੈਟ ਮੈਂ ਇਸ ਪੋਡਕਾਸਟ ਨੂੰ ਹੋਰ ਬਿਹਤਰ ਬਣਾਉਣ ਦੇ ਵਿੱਚ ਕੋਸ਼ਿਸ਼ ਕਰਾਂ ਤੁਸੀਂ ਮੈਨੂੰ ਦੱਸਦੇ ਰਹੋ ਤੇ ਜਿਆਦਾ ਦੇਰੀ ਨਾ ਕਰਦੇ ਹੋਏ ਆਜੋ ਸਿੱਧਾ ਚੱਲਦੇ ਹਾਂ ਜੀ ਆਪਣੇ ਸ਼ੋਅ ਤੇ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਏਕੀ ਟਾਕ ਸ਼ੋ ਦੇ ਵਿੱਚ ਤੇ ਅੱਜ ਮੇਰੇ ਨਾਲ ਜਿਹੜੇ ਮਹਿਮਾਨ ਨੇ ਮਿਸਟਰ ਰਾਜਕੁਮਾਰ ਕਵਾਤਰਾ ਜੀ ਤੇ ਮਿਸੈਸ ਹਲਕਾਰਾਣੀ ਮੇਰੇ ਪੇਰੈਂਟਸ ਸੇ ਬਾਤ ਚੋ ਨੇ ਪਹਿਲਾਂ ਇਹ ਆਪਣੇ ਆਪ ਚ ਇੱਕ ਬਹੁਤ ਵੱਡੀਆਂ ਹਸਤੀਆਂ ਨੇ ਕਿਉਂਕਿ ਮੇਰੇ ਜਿਹੜੇ ਪਾਪਾ ਨੇ ਮਿਸਟਰ ਰਾਜਕੁਮਾਰ ਕਵਾਤਰਾ ਮੈਂ ਆਪਣੀ ਬਹੁਤ ਇੰਟਰਵਿਊਜ਼ ਦੇ ਵਿੱਚ ਵੀ ਕਿਹਾ ਲੇਟੈਸਟ ਜਿਹੜਾ ਮੇਰਾ ਪੋਡਕਾਸਟ ਆਇਆ ਭਾਰਤੀ ਜੀ ਨਾਲ ਉਹਦੇ ਤੋਂ ਬਾਅਦ ਮੈਨੂੰ ਬੜੇ ਲੋਕਾਂ ਨੇ ਫੋਨ ਕੀਤਾ ਕਿ ਸਾਡੀ ਵੀ ਉਹਦੇ ਵਿੱਚ ਸੇਵਾ ਲਵਾਓ ਤਾਂ ਮੈਂ ਦੱਸ ਦਿੰਨਾ ਕਿ ਮਿਸਟਰ ਰਾਜਕੁਮਾਰ ਕਵਾਤਰਾ ਜੀ ਪਿਛਲੇ 10-12 ਸਾਲਾਂ ਤੋਂ ਲਵਾਰਸ ਲਾਸ਼ਾਂ ਦੇ ਸੰਸਕਾਰ ਦੇ ਵਿੱਚ ਸੇਵਾ ਨਿਭਾ ਰਹੇ ਨੇ ਗੁਰੂ ਸਾਹਿਬ ਲੈਰੇ ਨੇ ਜਿਹਦੇ ਵਿੱਚ ਅਨਸਰਟਨਿਟੀਆਂ ਡੈਡ ਬੋਡੀਆਂ ਜਿਨ੍ਹਾਂ ਦਾ ਰੋਡ ਤੇ ਕਿਸੇ ਵੀ ਕਾਰਨ ਡੈਥ ਹੋ ਜਾਂਦੀ ਹੈ ਤੇ 72 ਘੰਟੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਰੱਖਿਆ ਜਾਂਦਾ ਸਰਕਾਰੀ ਹਸਪੀਟਲ ਦੇ ਵਿੱਚ ਕਿ ਉਹਨਾਂ ਦੇ ਘਰ ਦੇ ਲੱਭ ਸਕਣ ਪਰ ਕਈ ਵਾਰ ਕੋਈ ਪ੍ਰਵਾਸੀ ਕੰਮ ਕਰਨ ਆਇਆ ਹੁੰਦਾ ਆਪਣਾ ਘਰ-ਬਾਰ ਛੱਡ ਕੇ ਪੰਜਾਬ ਦੇ ਵਿੱਚ ਤਾਂ ਉਹਦਾ ਘਰ ਨਹੀਂ ਲੱਭਦਾ ਤਾਂ ਫਿਰ ਉਹਦਾ ਸੰਸਕਾਰ ਕਰ ਦਿੱਤਾ ਜਾਂਦਾ ਤੇ ਕੋਈ ਵੀ ਗਵਰਨਮੈਂਟ ਏਡ ਨਹੀਂ ਮਿਲਦੀ ਐ ਸੰਸਕਾਰ ਲਈ ਇਹ ਮੈਂ ਸਪੈਸ਼ਲ ਪੁਆਇੰਟ ਆਊਟ ਕਰ ਰਿਹਾ ਕਿਉਂਕਿ ਇਹ ਸਰਕਾਰ ਤੱਕ ਵੀ ਗੱਲ ਪਹੁੰਚਣੀ ਚਾਹੀਦੀ ਹੈ ਕਿ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਨੇ ਉਹ ਆਪਸ ਵਿੱਚ ਹੀ ਪੈਸੇ ਇਕੱਠੇ ਕਰਕੇ ਜਾਂ ਕਿਸੇ ਸੰਸਥਾ ਦੀ ਹੈਲਪ ਲੈ ਕੇ ਉਹ ਸੰਸਕਾਰ ਕਰਾਉਂਦੇ ਨੇ ਤੇ ਲਵਾਰਸ ਬੰਦੇ ਦਾ ਸੰਸਕਾਰ ਹੈ ਜਿਹੜਾ ਉਹ ਸਰਕਾਰ ਦੀ ਡਿਊਟੀ ਹੈ ਕਿ ਜੇ ਕੋਈ ਲਵਾਰਸ ਕਿਸੇ ਦੀ ਡੈਥ ਹੋ ਗਈ ਇੰਡੀਆ ਦੇ ਕਿਸੇ ਵੀ ਕੋਨੇ 'ਚ ਉਹ ਗਵਰਨਮੈਂਟ ਜਿਹੜੀ ਉਹਨੂੰ ਪੈਸੇ ਦੇਣੇ ਚਾਹੀਦੇ ਨੇ ਉਹਨੂੰ ਪਰ ਖੈਰ ਇਹ ਸੇਵਾ ਜਿਹੜੀ ਬਹੁਤ ਐਨਜੀਓਜ਼ ਦੇ ਸੇਵਾ ਨਿਭਾਰੀਆਂ ਨੇ ਤੇ ਅੱਜ ਮੇਰੇ ਨਾਲ ਗੈਸਟ ਨੇ ਮੈਂ ਬਹੁਤੀ ਗੱਲਬਾਤ ਨਹੀਂ ਕਰੂੰਗਾ ਇੰਟਰੋਡਕਸ਼ਨ ਦੇ ਵਿੱਚ ਤੇ ਸਿੱਧੀ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਕਿਵੇਂ ਹੋ ਜੀ ਤੁਸੀਂ ਬੜਾ ਫਾਰਮਲੀ ਥੈਂਕ ਯੂ ਜੀ ਹਾਂ ਜੀ ਤਾਂ ਆਪਾਂ ਕਿਹੜੀ ਗੱਲ ਤੋਂ ਸ਼ੁਰੂ ਕਰੀ ਅੱਜ ਬੜੇ ਸਵਾਲ ਨੇ ਮੈਂ ਨਾ ਉੱਤੇ ਪਾਇਆ ਸੀ ਇੰਸਟਾਗ੍ਰam ਤੇ ਕਿ ਅੱਜ ਜੇ ਮੇਰੇ ਪੇਰੈਂਟਸ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇ ਤਾਂ ਕੀ ਪੁੱਛੂੰਗੇ ਸਭ ਤੋਂ ਜ਼ਿਆਦਾ ਸਵਾਲ ਜਿਹੜਾ ਪੁੱਛਿਆ ਗਿਆ ਜੀ ਅਨਮੋਲ ਦਾ ਵਿਆਹ ਕਦੋਂ ਕਰਨਾ ਤਾਂ ਮੈਨੂੰ ਤਾਂ ਮੇਰੇ ਸਵਾਲਾਂ ਦੇ ਜਵਾਬ ਪਤਾ ਨਹੀਂ ਪਰ ਅਸੀਂ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਆਂ ਕਹਿੰਦੇ ਜੀ ਅਨਮੋਲ ਦਾ ਤੁਸੀਂ ਵਿਆਹ ਕਿਉਂ ਨਹੀਂ ਕਰ ਰਹੇ ਹੁਣ ਪਹਿਲਾਂ ਡਿਸਾਈਡ ਕਰਾਂਗੇ ਕਿ ਕਿੰਨੇ ਬੋਲਣਾ ਹੈ ਪਾਪਾ ਤੋਂ ਸ਼ੁਰੂ ਕਰਦੇ ਆਪਾਂ ਪਹਿਲਾਂ ਤਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਮਾਤਾ ਦੀ ਕਿਉਂਕਿ ਜਦੋਂ ਵੀ ਕੋਈ ਅੱਛਾ ਕਰਮ ਕਰਨਾ ਹੋਵੇ ਤਾਂ ਪਹਿਲਾਂ ਪਰਮਾਤਮਾ ਦਾ ਨਾਮ ਲਿਆ ਜਾਂਦਾ ਅਨਮੋਲ ਜੀ ਦਾ ਵਿਆਹ ਅਸੀਂ ਤਾਂ ਹਰ ਟਾਈਮ ਰੈਡੀ ਆਂ ਪਰ ਅਨਮੋਲ ਜੀ ਨੇ ਕੁਝ ਐਸਾ ਅਚੀਵ ਕਰਨਾ ਹੈ ਕਿ ਜਿਹਦੇ ਲਈ ਉਹ ਡਿਲੇ ਕਰ ਰਹੇ ਨੇ ਅਨਮੋਲ ਜੀ ਕਿੱਥੇ ਨੇ ਕਿਉਂਕਿ ਕੋਈ ਵੀ ਮਾਪੇ ਨਹੀਂ ਚਾਹਦਾ ਕਿ ਬੱਚੇ ਦਾ ਵਿਆਹ ਨਾ ਹੋਵੇ ਇਹ ਉਹਦਾ ਟਾਈਮ ਨਾਲ ਹੀ ਹੋ ਜਵੇ ਪਰ ਉਹਦੇ ਜਿਹੜੇ ਸੁਪਨੇ ਨੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਚੱਕਰ ਚ ਲੇਟ ਕਰ ਰਿਹਾ ਡਿਲੇ ਕਰ ਰਿਹਾ ਬਸ ਆਹੀ ਹੈ ਤੁਹਾਨੂੰ ਲੱਗਦਾ ਕੋਈ ਵਿਆਹ ਅੜਚਨ ਬਣਦਾ ਹੈ ਆਪਣੇ ਸੁਪਨੇ ਪੂਰੇ ਕਰਨ ਦੇ ਵਿੱਚ ਨਹੀਂ ਨਹੀਂ ਅੜਚਨ ਕੋਈ ਨਹੀਂ ਬਣ ਰਿਹਾ ਲੇਕਿਨ ਉਹਦਾ ਸ਼ੌਕ ਹੈ ਕਿ ਮੈਂ ਕੁਝ ਸਮਾਜ ਲਈ ਪਹਿਲਾਂ ਸਮਾਜ ਨੂੰ ਦੇ ਦਵਾਂ ਸਮਾਜ ਲਈ ਕੁਝ ਕਰ ਦਵਾਂ ਅੜਚਨ ਨਹੀਂ ਹੈ ਅੜਚਨ ਕੀ ਹੈ ਕੋਈ ਅੜਚਨ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਉਹਦਾ ਸ਼ੌਕ ਹੈ ਔਰ ਸ਼ੌਕ ਦੇ ਅੱਗੇ ਤਾਂ ਕੁਝ ਵੀ ਅੜਚਨ ਕੋਈ ਵੀ ਆਂਦੀ ਨਹੀਂ ਜਦੋਂ ਉਹਦਾ ਮੰਨ ਲਓ ਅਚੀਵਮੈਂਟ ਅਚੀਵ ਹੋ ਜਾਏਗੀ ਸਾਰੀ ਤਾਂ ਉਦੋਂ ਇਹਦੇ ਬਾਰੇ ਉਹ ਸੋਚੇਗਾ ਜਿਵੇਂ ਅਨਮੋਲ ਜੀ ਆਪਣੇ ਇੰਟਰਵਿਊ ਚ ਕਹਿੰਦੇ ਨੇ ਕਿ ਉਹ ਆਪਣੇ ਪਾਪਾ ਤੋਂ ਇਨਸਪਾਇਰਡ ਹੋਏ ਨੇ ਤੁਸੀਂ ਕਿਦੋਂ ਇਨਸਪਾਇਰਡ ਹੋ ਕੇ ਲਵਾਰਸ ਲਾਸ਼ਾਂ ਦਾ ਸੰਸਕਾਰ ਸ਼ੁਰੂ ਕੀਤਾ ਮੈਂ ਇੱਕ ਵਾਰੀ ਸ਼ਮਸ਼ਾਨ ਘਾਟ ਗਿਆ ਸੀ ਤਾਂ ਉੱਥੇ ਨਾ ਕੁਛ ਲੱਕੜਾਂ ਸੀ ਤੇ ਇੱਕ ਟਾਇਰ ਸੀ ਉਹ ਦੋਨਾਂ ਨੂੰ ਰੱਖ ਕੇ ਉਹਦਾ ਸੰਸਕਾਰ ਹੋ ਰਿਹਾ ਸੀ ਤਾਂ ਮੈਂ ਉਸ ਦਿਨ ਉੱਥੇ ਸੋਚ ਲਿਆ ਸੀ ਕਿ ਅੱਜ ਤੋਂ ਬਾਅਦ ਮੈਂ ਕੋਈ ਵੀ ਸੰਸਥਾਨ ਤੇ ਪਰਚੀ ਨਹੀਂ ਘਟਵਾਵਾਂਗਾ ਲੇਕਿਨ ਸੰਸਕਾਰਾਂ ਦੀ ਸੇਵਾ ਸਟਾਰਟ ਕਰਾਂਗਾ ਜਦੋਂ ਸੇਵਾ ਸਟਾਰਟ ਕੀਤੀ ਉਦੋਂ ਬਹੁਤ ਔਖਾ ਲੱਗਿਆ ਬਹੁਤ ਔਖਾ ਲੱਗਿਆ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗਦਾ ਚਲਾ ਗਿਆ ਲੇਕਿਨ ਅੱਜ ਕਾਰਵਾ ਇੰਨਾ ਵੱਡਾ ਬਣ ਚੁੱਕਿਆ ਹੈ ਕਿ 31 3100 ਸੰਸਕਾਰ ਇੱਕ ਇੱਕ ਬੰਦੇ ਨੇ ਲਖਵਾਏ ਹੋਏ ਨੇ ਕਿ ਪਾਜੀ ਜਦੋਂ 3100 ਸੰਸਕਾਰ ਪੂਰੇ ਹੋ ਜਾਣਗੇ ਫਿਰ ਮੈਨੂੰ ਦੱਸਣਾ ਜਿਨ੍ਹਾਂ ਦੀ ਅਮਾਉਂਟ 76 ਲੱਖ ਰੁਪਏ ਬਣਦੀ ਹੈ ਇੱਕ ਇੱਕ ਡੋਨਰ ਇੰਨੇ ਨੇ ਵੱਡੇ ਪੈਸੇ ਨੇ ਤਾਂ ਉਥੋਂ ਫਿਰ ਆਪਣਾ ਵਿਚਾਰ ਬਣ ਗਿਆ ਕਿ ਆਪਾਂ ਇਹੀ ਸੇਵਾ ਕਰੀਏ ਤੁਹਾਡਾ ਕੋਈ ਸੋਸ਼ਲ ਮੀਡੀਆ ਨਹੀਂ ਤੁਸੀਂ ਕਿਤੇ ਕੋਈ ਫੇਸਬੁਕ ਤੇ ਵਟਸਐਪ ਤੇ ਆਪਣਾ ਇੰਨਾ ਵੱਡਾ ਸਿਸਟਮ ਕਿਵੇਂ ਚਲਾ ਰਹੇ ਹੋ ਅਨਮੋਲ ਜੀ ਨੂੰ ਇਹ ਦੱਸੋ ਪਹਿਲਾਂ ਸੋਸ਼ਲ ਮੀਡੀਆ ਤੇ ਆਪਾਂ ਪਹਿਲਾਂ ਐਕਚੁਅਲੀ ਇੰਨਾ ਸੋਸ਼ਲ ਮੀਡੀਆ ਨਹੀਂ ਚੱਲਦਾ ਸੀ ਫਿਰ ਉਦੋਂ ਦੀ ਜਿੱਦਾਂ ਕੀ ਆਦਤ ਪੈ ਗਈ ਕਿ ਨਹੀਂ ਹੁਣ ਮਤਲਬ ਕਹਿਣ ਤੋਂ ਪਹਿਲਾਂ ਹੀ ਡੋਨਰ ਖੜਾ ਹੈ ਤਾਂ ਸੋਸ਼ਲ ਮੀਡੀਆ ਤੇ ਜਾ ਕੇ ਕੀ ਕਰਾਂਗੇ ਬਾਕੀ ਅਨਮੋਲ ਜੀ ਨੇ ਕਾਫੀ ਸੋਸ਼ਲ ਮੀਡੀਆ ਤੇ ਤਾਂ ਨਾਮ ਬਣਾਈ ਲਿਆ ਹਮਮ ਤੋਂ ਨੂੰ ਮੈਂ ਮਾਤਾ ਜੀ ਪੁੱਛਣਾ ਚਾਹਨਾ ਕਿ بڑے ਲੋਕਾਂ ਦਾ ਸਵਾਲ ਹੈ ਕਿ ਤੁਸੀਂ ਕੀ ਖਾ ਕੇ ਜੰਮਿਆ ਅਨਮੋਲ ਜੀ ਨੂੰ ਪਹਿਲਾਂ ਇਹ ਦੱਸੋ ਕਿ ਕੀ ਖਾਂਦਾ ਸੀਗਾ ਤੇ ਉਸ ਤੋਂ ਬਾਅਦ ਅਨਮੋਲ ਜੀ ਨੂੰ ਜਨਮ ਦਿੱਤਾ ਤੁਸੀਂ ਨਹੀਂ ਇਹ ਤਾਂ ਗੋਡ ਗਿਫਟ ਹੈ ਹਰ ਮਾਂ ਚਾਹੀਏ ਮੇਰਾ ਬੱਚਾ ਸੰਸਕਾਰੀ ਬਣੇ ਔਰ ਅਨਮੋਲ ਜੈਸਾ ਬਣੇ ਬਹੁਤ ਮਾਮਾ ਮਿਲਦੀ ਹੈ ਤੁਸੀਂ ਇਹੀ ਸੇਮ ਮੈਨੂੰ ਕੁਐਸਚਨ ਪੁੱਟ ਕਰਦੀਆਂ ਪਰ ਇਹ ਸੱਚਮੁੱਚ ਮੇਰਾ ਗੋਡ ਗਿਫਟ ਹੈ ਪਰਮਾਤਮਾ ਕਰੇ ਐਸਾ ਨੇਕ ਬੱਚਾ ਸਭ ਨੂੰ ਮਿਲੇ ਪਰ ਇਹ ਸੰਸਕਾਰ ਬੱਚਾ ਕਹਿੰਦੇ ਪਰਵ ਇਹ ਸੰਸਕਾਰ ਲੈ ਕੇ ਹੀ ਪੈਦਾ ਹੁੰਦਾ ਇਹ ਕੋਈ ਪਿਛਲੀ ਹੈ ਕਮਾਈ ਜਿਹੜੀ ਮੈਨੂੰ ਇਸ ਟਾਈਮ ਮਿਲੀ ਹੈ ਔਰ ਜਦੋਂ ਵੀ ਗਰਭ ਚ ਹੁੰਦਾ ਨਾ ਬੱਚਾ ਪਰਮਾਤਮਾ ਦਾ ਸਿਮਰਨ ਜਿੰਦਾ ਤੁਸੀਂ ਕਹਿੰਦੇ ਨਾ ਕਿ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਔਰ ਵਾਕਈ ਇਹ ਗੱਲ ਮੈਂ ਪ੍ਰੈਕਟੀਕਲ ਹੈ ਮੇਰੇ ਨਾਲ ਜਦੋਂ ਅਸੀਂ ਬੈਠਦੇ ਨਾ ਭਗਤੀ ਵਾਲ ਉਹਦੋਂ ਰੱਬ ਨਾਲ ਡਾਇਰੈਕਟ ਗੱਲਾਂ ਹੁੰਦੀਆਂ ਇਹ ਮੈਂ ਆਪਣਾ ਅਨੁਭਵ ਸੁਣਾ ਰਹੀ ਸੁਣੀ ਸੁਣਾਈ ਗੱਲ ਨਹੀਂ ਕਿ ਜਦੋਂ ਅਸੀਂ ਪਰਮਾਤਮਾ ਕੋ ਮੰਗਦੇ ਆ ਇਹ ਨਹੀਂ ਹੁੰਦਾ ਬੇਟਾ ਹੋਏ ਜਾਂ ਬੇਟੀ ਹੋਵੇ ਜੋ ਵੀ ਹੋਣਾ ਇੱਕ ਗਿਫਟ ਹੈ ਪਰ ਅਨਮੋਲ ਤਾਂ ਵਾਕਈ ਮੇਰੇ ਲਈ ਗਿਫਟ ਹੈ ਤੁਸੀਂ ਕੀ ਮੰਗਿਆ ਸੀ ਜਦੋਂ ਤੁਹਾਡੇ ਗਰਭ ਚ ਸੀਗਾ ਬੱਚਾ ਤੁਸੀਂ ਕੀ ਮੰਗਿਆ ਸੀ ਬੇਟਾ ਕਿ ਬੇਟੀ ਨਹੀਂ ਐਸਾ ਕੁਝ ਨਹੀਂ ਜੋ ਵੀ ਮਿਲੇ ਤੁਸੀਂ ਦੋਨੋਂ ਦੋਨਾਂ ਨੇ ਡਿਸਾਈਡ ਕੀਤੇ ਸੀਗੇ ਜੇ ਬੇਟਾ ਹੋਇਆ ਤਾਂ ਅਨਮੋਲ ਤੇ ਬੇਟੀ ਹੋਈ ਤੇ ਨਹੀਂ ਨਾ ਹਮ ਬੇਟਾ ਹੋਏਗਾ ਤਾਂ ਅਨਮੋਲ ਰੱਖਾਂਗੀ ਬੇਟੀ ਹੋਈ ਉਹਦਾ ਡਿਸਾਈਡ ਨਹੀਂ ਕੀਤਾ ਸੀ ਬਟ ਬੇਟਾ ਹੋਇਆ ਤਾਂ ਅਨਮੋਲ ਹੀ ਰੱਖਾਂ ਨਿਕਲ ਪ ਜਾਣਾ ਨਹੀਂ ਐਸਾ ਕੁਝ ਨਹੀਂ ਜੋ ਸੱਚ ਹੈ ਉਹ ਸੱਚ ਹੈ ਓਕੇ ਤੇ ਨਾਨਾ ਜੀ ਦੀ ਵੀ ਮੇਰੇ ਕਹਾਣੀ ਹੈਗੀ ਇੱਕ ਮੈਂ ਉਹਦੇ ਬਾਰੇ ਵੀ ਸੁਣਨਾ ਚਾਹਨਾ ਕਿਉਂਕਿ ਕਿ ਸੇ ਦਰਸ਼ਕਾਂ ਨੂੰ ਨਹੀਂ ਪਤਾ ਕਿ ਨੇੜੇ ਮੇਰੇ ਨਾਨਾ ਜੀ ਸੀਗੇ ਉਹ ਵੀ ਬਹੁਤ ਵੱਡੀ ਖਸਤੀ ਸੀਗੇ ਉਹ ਵੀ ਬਹੁਤ ਕਰਦੇਸੀ ਸਮਾਜ ਸੇਵਾ ਤੇ ਜਦੋਂ ਤੁਹਾਡਾ ਵਿਆਹ ਹੋਇਆ ਸੀਗਾ ਉਦੋਂ ਪਾਪਾ ਕੋਈ ਕੰਮ ਨਹੀਂ ਕਰਦੇ ਸੀਗੇ ਜਾਂ ਬਹੁਤ ਘੱਟ ਤਨਖਾਹ ਸੀ ਇਹਨਾਂ ਦੀ ਕੀ ਦੇਖਿਆ ਫਿਰ ਉਹਨਾਂ ਨੇ ਵਿਆਹ ਕਰਤਾ ਆਪਣੀ ਬੇਟੀ ਦਾ ਇਹ ਵਾਕੀ ਗੱਲ ਸੱਚੀ ਹੈ ਜਦੋਂ ਇੱਕ ਬਾਪ ਬੇਟੀ ਵਾਸ ਰਿਸ਼ਤਾ ਦੇਖਿਆ ਜਾਂਦਾ ਉਹਦੀ ਕੋਠੀਕਾਰ ਪੈਸਾ ਪਿੱਛੇ ਦੇਖਦਾ ਪਰ ਇਹਨਾਂ ਨੇ ਦੇਖਿਆ ਸੀ ਜਿੱਥੇ ਜੌਬ ਕਰ ਰਹੇ ਸੀ ਨਾ ਔਰ ਉਸ ਦੇ ਬਾਹਰ ਝਾੜੂ ਲਗਾ ਰਹੇ ਸੀ ਤੇ ਜਦੋਂ ਦੇਖੇ ਹੈਰਾਨ ਹੋ ਗਈ ਕਿ ਤੁਸੀਂ ਕੀ ਦੇਖਿਆ ਕਹਿੰਦੇ ਨਹੀਂ ਮੁੰਡਾ ਸਿਰਫ ਮਿਹਨਤੀ ਹੈ ਬਾਕੀ ਉਹਦੇ ਮੁਕੱਦਰ ਹੈ ਜੇ ਉਹਦਾ ਮੁਕੱਦਰ ਚ ਹੋਇਆ ਸਭ ਕੁਝ ਬਣਿਆ ਵੀ ਟਹਿ ਜਾਏਗਾ ਜੇ ਉਹਦੇ ਮੁਕੱਦਰ ਚ ਹੋਇਆ ਕੁਝ ਨਾ ਹੁੰਦੇ ਵੀ ਬਣੇਗਾ ਕਹਿੰਦੇ ਬਸ ਲੜਕਾ ਮਿਹਨਤੀ ਹੈ ਬਹੁਤ ਜ਼ਿਆਦਾ ਤੇ ਮੇਰੀ ਬੇਟੀ ਨੂੰ ਭੁੱਖੀ ਨਹੀਂ ਰੱਖੇਗਾ ਬਸ ਇਹੀ ਦੇਖੇ ਔਰ ਵਾਕਈ ਅੱਜ ਪ੍ਰਾਊਡ ਫੀਲ ਹੁੰਦਾ ਆਪਣੇ ਪੇਰੈਂਟਸ ਤੇ ਕਿ ਉਹਨਾਂ ਨੇ ਵੀ ਕਿਦਾਂ ਨਾਲ ਤੋਹਫਾ ਦਿੱਤਾ ਇਹ ਸਭ ਮੁਕੱਦਰਾਂ ਦੀ ਗੱਲ ਹੈ ਬਹੁਤ ਬਹੁਤ ਅੱਛਾ ਔਰ ਇਹ ਫੈਮਿਲੀ ਦਾ ਮੈਂ ਬਹੁਤ ਥੈਂਕਸ ਥੈਂਕਸ ਗੋਡ ਹਰ ਟਾਈਮ ਕਿਹੜੀ ਫੈਮਿਲੀ ਕੀ ਬੇਟਾ ਮਿਲੇ ਐਸਾ ਪਤੀ ਮਿਲਾ ਐਸਾ ਆਪਣਾ ਆਪਣੀ ਫੈਮਿਲੀ ਹੋ ਗਿਆ ਨਾ ਉਹਨਾਂ ਸਾਰੇ ਹਾਂ ਗਿਫਟੇ ਮਿਲਿਆ ਨਾ ਮੈਨੂੰ ਇਹ ਵੀ ਗਿਫਟ ਹੈ ਇੱਕ ਔਰ ਕੋਈ ਮਾਵਾਬ ਹਮੇਸ਼ਾ ਜਗਾ ਦੇਦਾ ਪਹਿਲੇ ਜਾ ਕੇ ਮੇਰੇ ਪਾਪਾ ਨੇ ਇੱਕ ਵਾਰ ਵੀ ਘਰ ਨਹੀਂ ਆ ਕੇ ਦੇਖਿਆ ਇੱਕ ਵਾਰ ਨਹੀਂ ਦੇਖਿਆ ਕਹਿੰਦੇ ਨਹੀਂ ਬਸ ਲੜਕਾ ਦੇਖ ਲਿਆ ਉਹਦਾ ਘਰ ਸੀਗਾ ਆਪਣੇ ਕੋਲ ਘਰ ਸੀਗਾ ਸ਼ੇਪੂਰੀ ਘਰ ਸੀਗਾ ਛੋਟਾ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਪਾਪਾ ਜੀ ਤੁਸੀਂ ਮਤਲਬ ਜਿਵੇਂ ਕੀ ਰਿਸ਼ਤਾ ਹੋ ਗਿਆ ਤਾਂ ਫਿਰ ਉਹਨਾਂ ਨੂੰ ਕਾਫੀ ਜਿਨੇ ਰਿਸ਼ਤਾ ਕਰਵਾਇਆ ਸੀ ਉਹਨੂੰ ਕਿਹਾ ਵੀ ਘਰ ਦੇਖਿਓ ਉਹ ਕਹਿੰਦਾ ਨਹੀਂ ਮੈਂ ਘਰ ਨਹੀਂ ਦੇਖਣ ਜਾਣਾ ਮੈਂ ਲੜਕਾ ਦੇਖ ਲਿਆ ਬਸ ਠੀਕ ਹੈ ਬਾਈ ਕੋ ਮਿਹਨਤ ਖੂਬੀ ਦੇਖੀ ਕਿ ਤੇ ਤਾਂ ਹੁਣ ਤਕਰੀਬਨ ਮੇਰੇ ਖਾਲਾ ਨੂੰ 29 ਸਾਲ ਹੋ ਗਏ ਤੁਹਾਡੇ ਵਿਆਹ ਨੂੰ 29 ਸਾਲ ਜੀ ਖੁਸ਼ ਹਾਂ ਤੁਸੀਂ ਵਿਆਹ ਤੋਂ ਬਾਅਦ ਕੱਲ ਮੇਰੇ ਕੋ ਨਾ ਕੋਈ ਐਨ ਜੀਓ ਸੇਵਾ ਕਰਨ ਆਏ ਅੰਕਲ ਤੇ ਉਹਨਾਂ ਦੇ ਕੱਲ 50 51 ਉਹਨਾਂ ਦੀ ਹੋਏ ਸੀਗੇ ਐਨੀਵਰਸਰੀ ਸੀ ਉਹਨਾਂ ਦੀ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਕਾਰਨ ਹੈ ਤੁਹਾਡੇ ਇਕੱਠੇ ਰਹਿਣ ਦਾ ਅੱਜ ਕੱਲ ਵਿਆਹ ਨਹੀਂ ਨੇਬਰ ਜਨਰੇਸ਼ਨ ਗਿਆ ਬਹੁਤ ਆ ਗਿਆ ਉਹ ਕਹਿੰਦੇ ਬਸ ਸੁਣੀ ਜਾਓ ਸਾਰਿਆਂ ਦੀ ਮੰਨੀ ਜਾਓ ਇਹਦੀ ਤਾਂ ਤਾਂ ਤੁਹਾਡਾ ਯਾਰ ਨੇ ਭਰਿਆ ਤੇ ਤੁਹਾਡਾ ਇਕੱਠੇ ਨਿਬਤਦਾ ਕੀ ਕਾਰਨ ਹੈ ਕੀ ਵਜ੍ਹਾ ਹੈ 30 ਸਾਲ ਬਹੁਤ ਜ਼ਿਆਦਾ ਹੁੰਦੇ ਨੇ ਤੇ ਕੀ ਵਜ੍ਹਾ ਹੈ ਜਿਹੜਾ ਤੁਸੀਂ ਹੁਣ ਤੱਕ ਇਕੱਠੇ ਹੋ ਵਜ੍ਹਾ ਕੁਛ ਨਹੀਂ ਹੈ ਬੇਟਾ ਵਜ੍ਹਾ ਇਹ ਹੈ ਕਿ ਮੰਨ ਲਓ ਇਹ ਇਹ ਮੇਰੇ ਤੋਂ ਰੁੱਸ ਗਏ ਤਾਂ ਮੈਂ ਮਨਾ ਲੈਣਾ ਸ਼ਾਮ ਨੂੰ ਮੈਂ ਰੁੱਸ ਗਿਆ ਤਾਂ ਇਹਨਾਂ ਨੇ ਮਨਾ ਲੈਣਾ ਕਿਉਂਕਿ ਆਪਾਂ ਉਸੇ ਘਰ ਦੇ ਵਿੱਚ ਰਹਿਣਾ ਔਰ ਹਮੇਸ਼ਾ ਨਾਲ ਆਪਣੀ ਵਾਈਫ ਨੂੰ ਤੁਸੀਂ ਇੱਕ ਰੱਬ ਦਾ ਦਰਜਾ ਦਿਓ ਔਰ ਉਹ ਮਤਲਬ ਮੇਰਾ ਪ੍ਰੈਕਟੀਕਲ ਹੈ ਕਿ ਤੁਸੀਂ ਅਗਰ ਆਪਣੀ ਵਾਈਫ ਨੂੰ ਰੱਬ ਦਾ ਰੂਪ ਸਮਝਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਬਰਕਤ ਵੀ ਰਹੇਗੀ ਔਰ ਖੁਸ਼ਹਾਲੀ ਵੀ ਰਹੇਗੀ ਔਰ ਤੁਹਾਡੀ ਜਿਹੜੀ ਔਲਾਦ ਹੈ ਨਾ ਉਹ ਨੇਕ ਤਾਂ ਹੀ ਨਿਕਲ ਸਕਦੀ ਜਦੋਂ ਤੁਸੀਂ ਆਪਣੀ ਵਾਈਫ ਨੂੰ ਕ੍ਰੈਡਿਟ ਦਿੰਦੇ ਹੋ ਆਪਣੀ ਵਾਈਫ ਨੂੰ ਰਿਸਪੈਕਟ ਦਿੰਦੇ ਹੋ ਜਿੱਥੇ ਤੁਸੀਂ ਆਪਣੀ ਵਾਈਫ ਦੀ ਰਿਸਪੈਕਟ ਨਹੀਂ ਕਰਦੇ ਨਾ ਉੱਥੇ ਬੱਚੇ ਵੀ ਆਪਣੀ ਮਦਰ ਦੀ ਰਿਸਪੈਕਟ ਨਹੀਂ ਕਰ ਸਕਦੇ ਨਹੀਂ ਕਰਦੇ ਕਿਉਂਕਿ ਉਹ ਆਪਣੇ ਫਾਦਰ ਵੱਲ ਦੇਖਦੇ ਨੇ ਕਿ ਮੇਰੇ ਪਾਪਾ ਕਿੱਦਾਂ ਬੋਲ ਰਹੇ ਨੇ ਤਾਂ ਇਹ ਬੜਾ ਮਤਲਬ ਪੁਆਇੰਟ ਹੈ ਕਿ ਆਪਣੀ ਵਾਈਫ ਨੂੰ ਹਮੇਸ਼ਾ ਰਿਸਪੈਕਟ ਦੇਣੀ ਚਾਹੀਦੀ ਹੈ ਔਰ ਰਿਸਪੈਕਟ ਨਾਲ ਦੋ ਚੀਜ਼ਾਂ ਮਿਲਦੀਆਂ ਇੱਕ ਤਾਂ ਬਰਕਤ ਔਰ ਦੂਸਰਾ ਨੰਬਰ ਉਹ ਤੁਹਾਡੇ ਨਾਲ ਦੁੱਖ ਸੁੱਖ ਦੇ ਵਿੱਚ ਖੜੀ ਹੈ ਮੇਰੇ ਤੇ ਕਾਫੀ ਉਤਾਰ ਚੜਾਅ ਆ ਵਾਈ ਜ਼ਿੰਦਗੀ ਦੇ ਵਿੱਚ ਕਿਉਂਕਿ ਸ਼ਾਇਦ ਤੁਹਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਕਿਉਂਕਿ ਤੁਸੀਂ ਛੋਟੇ ਸੀਗੇ ਤਾਂ ਮੈਂ ਇੱਕ ਵਾਰੀ ਜਦੋਂ ਨੌਕਰੀ ਮੈਨੂੰ ਐਮਐ ਸਰਵਿਸ ਕਰ ਰਿਹਾ ਸੀ ਤਾਂ ਮੈਂ ਹਲਕਾ ਨੂੰ ਕਿਹਾ ਮੈਂ ਕਿਹਾ ਹਲਕਾ ਪਾ ਮੰਦਿਰ ਜਾਣਾ ਕਿਉਂਕਿ ਅਸੀਂ ਟਿਊਜ਼ਡੇ ਨੂੰ ਜਗਰਾਉਂ ਪੁਰ ਮੰਦਿਰ ਜਾਂਦੇ ਸੀ ਦੁਰਗਾ ਮਤਾ ਮੰਦਿਰ ਦੁਰਗਾ ਮਤਾ ਮੰਦਿਰ ਤਾਂ ਮੈਂ ਆਪਣੇ ਬਾਪੂ ਨੂੰ ਕਿਹਾ ਕਿ ਮੈਨੂੰ ਮੰਦਿਰ ਜਾਣਾ ਹੈ ਮੈਂ ਤੋ ਕੰਦਾ ਯਾਰ ਤੇਰਾ ਰੋਜ ਦਾ ਹੀ ਕੰਮ ਹੋ ਗਿਆ ਅੱਜ ਤੋਂ ਬਾਅਦ ਤੂੰ ਆਈ ਨਾ ਚਲੋ ਅਲਕਾ ਨੇ ਉਹਨੂੰ ਕਾਫੀ ਰਿਕੁਐਸਟ ਕੀਤੀ ਕਿ ਚਲੋ ਕੋਈ ਗੱਲ ਨਹੀਂ ਗਲਤੀ ਹੋ ਗਈ ਲੇਕਿਨ ਉਹ ਨਹੀਂ ਮੰਨੇ ਕਿਉਂਕਿ ਹੁਣ ਮੈਂ ਉਹਨਾਂ ਦਾ ਨਾਮ ਤਾਂ ਨਹੀਂ ਦੱਸ ਸਕਦਾ ਪਰ ਉਹ ਇਸ ਗੱਲ ਨੂੰ ਨਹੀਂ ਮੰਨੇ ਐਗਰੀ ਨਹੀਂ ਹੋਏ ਤਾਂ ਮੇਰੇ ਕੋਲ ਉਦੋਂ ਸਕੂਟਰ ਸੀਗਾ ਤਾਂ ਮੈਂ ਘਰ ਜਾ ਕੇ ਲੇਟ ਗਿਆ ਕਿਉਂਕਿ ਕੋਈ ਜਰੀਆ ਨਹੀਂ ਸੀ ਕੰਮ ਦਾ ਔਰ ਜਦੋਂ ਬੰਦਾ ਕੰਮ ਛੱਡਦਾ ਨਾ ਉਹਨੂੰ ਅਮਰਜੈਂਸੀ ਕੰਮ ਨਹੀਂ ਮਿਲਦਾ ਜੇ ਉਹਦੀ ਵਾਈਫ ਸਪੋਰਟ ਕਰਦੀ ਆ ਤਾਂ ਉਹ ਬੰਦਾ ਬਹੁਤ ਰੱਕੀ ਕਰ ਜਾਂਦਾ ਹੈ ਜਿਵੇਂ ਕਿ ਮੇਰੀ ਮਤਲਬ ਵਧੀਆ ਰਿਆ ਮੈਨੂੰ ਤਾਂ ਇਹਨਾਂ ਦੇ ਕੋਲ ਵਿਆਹ ਵਾਲੇ ਸੱਜਣ ਵਾਲੇ ਪੈਸੇ ਸੀ ਇਹਨਾਂ ਨੇ ਮੈਨੂੰ ਡੇਲੀ ਦੇਣੇ 100 ਰੁਪਏ ਵੀ ਜਦੋਂ ਤੁਸੀਂ ਤੇਲ ਪਵਾਓ ਕੰਮ ਕਰੋ ਘਰੋਂ ਨਿਕਲੋ ਕੰਮ ਕਰੋ ਤਾਂ ਡੇਲੀ ਮੈਂ ਇਹਨਾਂ ਕੋਲੋਂ ਪੈਸੇ ਲੈ ਕੇ 50 ਰੁਪਏ 100 ਰੁਪਏ ਉਹਦੇ ਨਾਲ ਤੇਲ ਪਵਾ ਕੇ ਤਾਂ ਮੈਂ ਆਪਣਾ ਕੰਮ ਸਟਾਰਟ ਕੀਤਾ ਸੀ ਮੈਂ ਅੱਜ ਭੁੱਲ ਨਹੀਂ ਸਕਦਾ ਉਸ ਚੀਜ਼ ਨੂੰ ਕਿਉਂਕਿ ਅੱਜ ਜੋ ਵੀ ਹੈ ਨਾ ਉਹ ਹਲਕਾ ਦੀ ਵਜ੍ਹਾ ਨਾਲ ਹੈ ਇਹ ਕੋਈ ਮਤਲਬ ਤਾਰੀਫ ਨਹੀਂ ਹੈ ਲੇਕਿਨ ਜੋ ਸੱਚਾ ਉਹ ਸੱਚੀ ਰਹਿਣਾ ਹੈ ਔਰ ਹਮੇਸ਼ਾ ਸੱਚ ਜਿਹੜਾ ਹੈ ਨਾ ਉਹ ਤੁਹਾਨੂੰ ਮਾਰੇ ਕਰਮਾਂ ਤੋਂ ਵੀ ਬਚਾਉਂਦਾ ਹੈ ਔਰ ਕਦੀ ਵੀ ਝੂਠ ਬੋਲ ਕੇ ਆਪਣੇ ਆਪ ਨੂੰ ਕਦੀ ਪ੍ਰਮੋਟ ਨਾ ਕਰੋ ਕਿਉਂਕਿ ਦੁਨੀਆ ਨੂੰ ਪਤਾ ਲੱਗ ਜਾਏਗਾ ਤੁਹਾਡਾ ਸੱਚ ਕੀ ਹੈ ਉਹ ਅੱਜ ਨਹੀਂ 10 ਸਾਲ ਬਾਅਦ ਪਤਾ ਲੱਗ ਜਾਏਗਾ ਕਿ ਦੁਨੀਆ ਦਾ ਸਾਡਾ ਤੁਹਾਡਾ ਸੱਚ ਕੀ ਹੈ ਤੁਹਾਡੇ ਅੰਦਰ ਕੀ ਚੱਲ ਰਿਹਾ ਤਾਂ ਜੋ ਵੀ ਹੈ ਨਾ ਉਹ ਕਲੀਅਰ ਦੱਸਣਾ ਔਰ ਕਿਸੇ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਆਹੀ ਜ਼ਿੰਦਗੀ ਰਹੀ ਹੈ ਪਰ ਲੇਕਿਨ ਹੁਣ ਮੈਂ ਬਹੁਤ ਖੁਸ਼ ਆ ਬਹੁਤ ਖੁਸ਼ ਤੁਸੀਂ ਖਾਲੀ ਆ ਤਾਏ ਸੀਗੇ ਮੈਂ ਸੁਣਿਆ ਜਦ ਕੋਰਸ਼ ਕੋਰਸ਼ ਕੋਰ ਖੇਤਰ ਤੋਂ ਆਏ ਹੋ ਤੁਸੀਂ ਹਨ ਮੇਰੇ ਦਾਦਕੇ ਉੱਥੇ ਦੇ ਨੇ ਕਿ ਉਹ ਥੋ ਖਾਲੀਆ ਤਾਂਏ ਸੀਗੇ ਉਦੋਂ ਬਿਲਕੁਲ ਉੱਥੇ ਸਾਡੇ ਕੋਲ ਕੁਝ ਨਹੀਂ ਸੀ ਅਨਮੋਲ ਜੀ ਇੱਦਾਂ ਸੀਗਾ ਕਿ ਉੱਥੇ ਇੱਕ ਸਾਡੇ ਕੋਲ ਰੂਮ ਸੀ ਤੇ ਮੈਂ ਉੱਥੇ ਅੰਡਿਆਂ ਦੀ ਰੇੜੀ ਲਗਾਉਂਦਾ ਸੀ ਕਿਉਂਕਿ ਘਰ ਦੇ ਵਿੱਚ ਬਹੁਤ ਗਰੀਬੀ ਸੀ ਤਾਂ ਇੱਕੋਦਮ ਫਿਰ ਮੈਨੂੰ ਇੱਥੇ ਭੇਜ ਦਿੱਤਾ ਮੇਰੇ ਰਿਲੇਟਿਵ ਦੇ ਕੋਲ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਦੇ ਕੋਲ ਮੈਨੂੰ ਭੇਜ ਦਿੱਤਾ ਉਹਨਾਂ ਕੋਲ ਮੈਂ ਸਰਵਿਸ ਕਰਨੀ ਸ਼ੁਰੂ ਕੀਤੀ 250 ਰੁਪਏ ਦੇ ਵਿੱਚ ਮਹੀਨੇ ਦਾ ਮਹੀਨੇ ਦਾ 250 ਰੁਪਏ ਮਹੀਨਾ ਮੈਨੂੰ ਲਗਭਗ ਕੋਈ 3k 250 ਰੁਪਏਉਂ ਦਿੰਦੇ ਰਹੇ ਉਦੋਂ ਕਿੰਨੀ ਉਮਰ ਸੀ ਤੁਹਾਡੀ ਉਦੋਂ ਮੇਰੀ ਏਜ ਹੋਣੀ ਆ 15 ਇਅਰ 14 14 ਸਾਲ ਪੜਾਈ ਲਿਖਾਈ ਫਿਰ ਪੜਾਈ ਲਿਖਾਈ ਬਸ ਵਿੱਚ ਹੀ ਰਹਿ ਗਈ ਸੀਗੀ ਲੇਕਿਨ ਲੋਕਾਂ ਨੇ ਇੰਨੀਆਂ ਠੋਕਰਾਂ ਮਾਤੀਆਂ ਕਿ ਮਤਲਬ ਸਾਰੀਆਂ ਪੜਾਈਆਂ ਪਾਸ ਕਰਾਤੀਆਂ ਬੀਬੀਏ ਕਰਾਤੀ ਸਭ ਐਲ ਐਲਬੀ ਕਰਾਤੀ ਐਮ ਬੀਏ ਕਰਾਤੀ ਸਭ ਕਰਾਦੀ ਇਹ ਲੋਕਾਂ ਹੀ ਠੋਕਰਾਂ ਨੇ ਕਰਾਤੀਆਂ ਕਿਉਂਕਿ ਲੋਕਾਂ ਨੇ ਇੰਨਾ ਮੈਨੂੰ ਸਿਖਾ ਦਿੱਤਾ ਤਾਂ ਉੱਥੋਂ ਅਸੀਂ ਜਦੋਂ ਇੱਥੇ ਆ ਗਏ ਤਾਂ ਇੱਥੇ 5 ਸਾਲ ਮੈਂ ਇਕੱਲਾ ਰਿਹਾ ਉਸ ਤੋਂ ਬਾਅਦ ਮੇਰੇ ਮਦਰ ਕਹਿੰਦੇ ਕਿ ਬੇਟਾ ਅਸੀਂ ਵੀ ਬਹੁਤ ਤੰਗ ਹੈਗੇ ਆਂ ਤੇ ਤੂੰ ਸਾਨੂੰ ਵੀ ਉੱਥੇ ਬੁਲਾ ਲਾ ਮੈਂ ਕਿਹਾ ਭਈ ਮੈਂ ਹਜੇ ਖੋਦੀ ਉੱਥੇ ਨੌਕਰੀ ਕਰ ਰਿਹਾ ਆਪਾਂ ਨੂੰ 250 ਰੁਪਏ ਮਿਲ ਰਹੇ ਆ ਦੇ ਵਿੱਚੋਂ ਕੀ ਕਰਾਂਗੇ ਤੁਸੀਂ ਇਕੱਲੇ ਆਏ ਸੀ ਉਦੋਂ ਹਾਂ ਮੈਂ ਇਕੱਲਾ ਆਇਆ ਸੀਗਾ ਤੇ ਫਿਰ ਮਦਰ ਉਹਨਾਂ ਨੂੰ ਮੈਂ ਇੱਥੇ ਲਿਆਂਦਾ ਇੱਥੇ ਜਦੋਂ ਲਿਆਂਦਾ ਤਾਂ ਉਹ ਸਾਡੇ ਰਿਲੇਟਿਵ ਇਹ ਜੋ ਸੱਚ ਹੈਗਾ ਨਾ ਮੈਂ ਉਹ ਤੁਹਾਨੂੰ ਦੱਸ ਰਿਹਾ ਸਾਡੇ ਰਿਲੇਟਿਵ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਕਿ ਮਤਲਬ ਇਹ ਇੱਥੇ ਆ ਗਏ ਆ ਪਾ ਇੱਥੇ ਆਣ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਮਤਲਬ ਉਹਨਾਂ ਦਾ ਰਵਈਆ ਚੇਂਜ ਹੋ ਗਿਆ ਫਿਰ ਮੈਨੂੰ ਉਹਨਾਂ ਕੋਲ ਨੌਕਰੀ ਛੱਡ ਕੇ ਕਿਸੇ ਹੋਰ ਬੰਦੇ ਨੇ ਸਿੱਧੀ 250 ਤੋਂ 2500 ਕਰ ਦਿੱਤੀ 250 ਤੋਂ 2500 ਹਾਂ ਉਹਨੇ ਦੇਖਿਆ ਕਿ ਚਲੋ ਮਿਹਨਤ ਕਰਦਾ ਤਾਂ ਉਹਨੇ ਮੇਰੀ 2500 ਲਗਾ ਤੀ ਉਸ ਤੋਂ ਬਾਅਦ ਮੈਂ ਉਹਨਦੇ ਕੋਲ 1 ਸਾਲ ਕੰਮ ਕੀਤਾ 1 ਸਾਲ ਬਾਅਦ ਫਿਰ ਉਸੇ ਬੰਦੇ ਨੇ ਜਿਨੇ ਮੈਨੂੰ 250 ਦਿੰਦਾ ਸੀ ਉਹਨੇ ਹੀ 4500 ਕਰ ਦਿੱਤੀ ਹੂੰ ਕਿ ਬੜੀ ਪੰਦੇ ਨੂੰ ਪਤਾ ਇਹ ਬੰਦਾ ਕੰਮ ਕਰਦਾ ਫਿਰ ਕਿਉਂਕਿ ਚਲੋ ਮੈਨੂੰ ਦਿਨ ਰਾਤ ਇਹ ਨਹੀਂ ਸੀ ਕਿ ਆਓ ਜਾਓ ਕੋਈ ਚੱਕਰ ਨਹੀਂ ਸੀ ਜਦੋਂ ਮਰਜੀ ਆਓ ਜਾਓ ਲੇਕਿਨ ਜਦੋਂ ਅਸੀਂ ਕੁਰਖੇਤਰ ਤੋਂ ਆਏ ਸੀ ਨਾ ਉਦੋਂ ਸਾਡੇ ਕੋਲ ਸਿਰਫ ਇੱਕ ਚਾਰਪਾਈ ਸੀ ਔਰ ਇੱਕ ਸਾਡੇ ਕੋਲ ਮੰਜਾ ਪੇਟੀ ਸੀ ਜਿਹਨੂੰ ਮੰਜਾ ਕਹਿੰਦੇ ਇੱਕ ਉਹ ਸੀ ਇੱਕ ਪੇਟੀ ਸੀ ਔਰ ਇੱਕ ਗੈਸ ਚੁੱਲਾ ਸੀ ਜਿਹੜਾ ਕਿ ਸਾਡੇ ਕੋਲ ਕਾਰਡ ਵੀ ਨਹੀਂ ਸੀ ਤਾਂ ਉਹਦੇ ਦਰਮਿਆਨ ਜਦੋਂ ਅਸੀਂ ਇੱਥੇ ਪਹੁੰਚੇ ਸੀਗੇ ਬਹੁਤ ਮਾੜੇ ਹਾਲਾਤ ਸੀ ਕਿਰਾਏ ਤੇ ਰਹੇ ਫਿਰ ਕਿਰਾਏ ਤੇ ਰਹੇ ਕਿਰਾਏ ਤੇ ਰਹੇ ਤਾਂ ਬੜੀ ਪ੍ਰੋਬਲਮ ਰਹੀ ਉਦੋਂ ਵੀ ਕਿਉਂਕਿ ਜਿਹਦਾ ਮਕਾਨ ਮਾਲਕ ਦਾ ਮਕਾਨ ਸੀ ਉਹਦੇ ਉੱਪਰ ਵਾਲਾ ਸੀ ਪੋਰਸ਼ਨ ਲਿੱਤਾ ਸੀ ਦੋ ਮੇਰੀਆਂ ਸਿਸਟਰਾਂ ਸੀ ਹੈਨਾ ਤੇ ਇੱਕ ਸਿਸਟਰ ਦੀ ਡੈਥ ਹੋ ਗਈ ਆ ਤਾਂ ਇੱਕ ਸਿਸਟਰ ਸੀਗੇ ਤਾਂ ਅਸੀਂ ਉਹਨਾਂ ਦੇ ਉੱਪਰ ਰਹਿੰਦੇ ਸੀ ਉਹ ਰਾਤ ਨੂੰ ਸ਼ਰਾਬ ਪੀ ਕੇ ਸਾਨੂੰ ਗਾਲਾਂ ਕੱਢਦਾ ਸੀ ਕਿ ਤੁਸੀਂ ਲੇਟ ਆਨੇ ਹੋ نیچے ਉਤਰੋ ਕਈ ਵਾਰੀ ਰੈਂਟ ਲੇਟ ਹੋ ਜਾਂਦਾ ਸੀ ਤਾਂ ਉਹਦੀਆਂ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ ਸੀ ਜਿਹੜਾ ਕਿ ਮੈਨੂੰ ਜ਼ਿੰਦਗੀ 'ਚ ਕਦੀ ਭੁੱਲ ਨਹੀਂ ਸਕਦਾ ਹੁਣ ਥੋੜਾ ਜਿਹਾ ਫਿਰ ਵੀ ਕਾਫੀ ਠੀਕ ਆ ਹੁਣ ਤਾਂ ਪਰਮਾਤਮਾ ਦੀ ਬਹੁਤ ਕਿਰਪਾ ਹੈ ਤਾਂ ਹੁਣ ਕੋਈ ਕਮੀ ਨਹੀਂ ਰਹੀ ਪਰਮਾਤਮਾ ਨੇ ਤੋ ਲੋ ਜੀ ਅਸੀਂ ਮੈਸ ਮੈਸ ਜਲਕਰਨ ਜੀ ਤੁਹਾਡੇ ਵਾਲਾ ਨੇ ਤੁਸੀਂ ਇਹ ਦੱਸੋ ਕਿ ਪਰਵਰਿਸ਼ ਕਿਵੇਂ ਕੀਤੀ ਤੁਸੀਂ ਅਨਮੋਲ ਕੋ ਆਤਰਾ ਜੀ ਦੀ ਲੋਕ ਬੜਾ ਪੁੱਛਦੇ ਨੇ ਕਿ ਐਸਾ ਕੀ ਸਿਖਾਇਆ ਉਹਨੂੰ ਕਿ ਇਦਾਂ ਦੀ ਸੋਚ ਹੈ ਮੈਂ ਤਾਂ ਚਲੋ ਬੜੀ ਬੜੀ ਕਲੀਅਰ ਕੀਤਾ ਕਿ ਮੈਨੂੰ ਪੈਰੈਂਟਸ ਵੱਲੋਂ ਖੁੱਲੀ ਛੁੱਟੀ ਮਿਲੀ ਸੀ ਜੋ ਤੇਰਾ ਦਿਲ ਕਰਦਾ ਕਰ ਕੰਮ ਕਰਨਾ ਕਰ ਨਹੀਂ ਕਰਨਾ ਨਾ ਕਰ ਤੇ ਤੁਸੀਂ ਕੀ ਪਰਵਰਿਸ਼ ਚ ਸਮਝਦੇ ਹੋ ਆਪਣੇ ਕਿ ਤੁਸੀਂ ਪਰਵਰਿਸ਼ ਦਿੱਤੀ ਐ ਸੀ ਅਨਮੋਲ ਜੀ ਨੂੰ ਤੇ ਜਿਹੜੇ ਇਹਨਾਂ ਦੇ ਇਦਾਂ ਦੀ ਸੋਚ ਬਣੀ ਐਸ ਸੁਆਵ ਦੇ ਸੰਸਕਾਰ ਜਿਹੜਾ ਨਾ ਇਹ ਬੱਚਾ ਕੋਈ ਪਿਛਲੇ ਜਨਮ ਦੀ ਪੜਾਈ ਜਿਹੜੀ ਅਧੂਰੀ ਰਹਿ ਜਾਂਦੀ ਨਾ ਇਹ ਲੈ ਕੇ ਹੀ ਆਂਦਾ ਤੇ ਬਾਕੀ ਹੋਰ ਐਦਾਂ ਨਾ ਬਣਾਈ ਸੀ ਪਰਮਾਤਮਾ ਤੇ ਬਹੁਤ ਵਿਸ਼ਵਾਸ ਹੈ ਮੈਨੂੰ ਬਹੁਤ ਜ਼ਿਆਦਾ ਮੈਂ ਕੋਈ ਵੀ ਗੱਲ ਕਿਸੇ ਨਾਲ ਸ਼ੇਅਰ ਕਰਨ ਲੱਗਾਂ ਨਾ ਉਸ ਪਰਮਾਤਮਾ ਤੇ ਦੂਸ਼ਰ ਜਿਸ ਨੇ ਪੈਦਾ ਕੀਤਾ ਉਸਨੇ ਵੈਦਾ ਵੀ ਕੀਤਾ ਉਹ ਕਦੀ ਗਲਤ ਨਹੀਂ ਕਰੇਗਾ ਔਰ ਮੈਂ ਹਰ ਗੱਲਾਂ ਆਪਣੇ ਪਰਮਾਤਮਾ ਨਾਲ ਬੈਠ ਕੇ ਡਾਇਰੈਕਟ ਕਰਦੀ ਹੁੰਦੀ ਸੀ ਤੇ ਉਹ ਜਦੋਂ ਗਰਭ ਦੇ ਵਿੱਚ ਬੱਚਾ ਹੁੰਦਾ ਉਹ ਪਰਮਾਤਮਾ ਦਾ ਨਾਮ ਹੀ ਲੈਣਾ ਦੁਰਗਾ ਸਤਿਤੀ ਪੜਨੀ ਤਿੰਨ ਤਿੰਨ ਘੰਟੇ ਇਹ ਮੇਰੇ ਸੰਸਕਾਰ ਮੇਰੇ ਮਾਪੇ ਬਨੇ ਪਾਏ ਸੀ ਛੋਟੇ ਹੁੰਦੇ ਮੈਂ ਦੁਰਗਾ ਸਤਿਤੀ ਪੜਦੀ ਸੀ ਪੜਨੀ ਨਹੀਂ ਆਂਦੀ ਸੀ 8th ਕਲਾਸ ਮੇਰੇ ਪਾਪਾ ਨੇ ਮੰਦਿਰ ਦਾ ਦਰਵਾਜਾ ਖੋਲ ਦੇਣਾ ਪੱਖਾ ਚਲਾ ਦੇਣਾ ਕਿ ਤਿੰਨ-ਤਿੰਨ ਘੰਟੇ ਦੁਰਗਾ ਸੂਤੀ ਪੜ੍ਹਦੀ ਰਹਿੰਦੀ। ਤੋਂ ਬਸ ਵਿਸ਼ਵਾਸ ਪਰਮਾਤਮਾ ਦਾ ਇੰਨਾ ਸੀ ਕਿ ਮੈਨੂੰ ਕਦੀ ਕੋਈ ਗਲਤ ਨਹੀਂ ਹੋਏਗਾ। ਕੁਝ ਜਿਹੜੇ ਸੀ ਨਾ ਸਭ ਕੁਝ ਪੈਸਾ ਨਹੀਂ ਹੁੰਦਾ। ਰਿਸਪੈਕਟ ਬਹੁਤ ਜ਼ਰੂਰੀ ਹੁੰਦੀ। ਗਰੀਬੀ ਵਿੱਚ ਵੀ ਮੇਰੇ ਹਸਬੰਦ ਨੇ ਮੇਰਾ ਸਾਥ ਬਹੁਤ ਦਿੱਤਾ। ਉਹ ਕਹਿੰਦੇ ਤੁਸੀਂ ਉਹਨਾਂ ਦਾ ਸਾਥ ਦਿੱਤਾ, ਤੁਸੀਂ ਕਹਿੰਦੇ ਉਹਨਾਂ ਨੇ ਤੁਹਾਡਾ ਸਾਥ ਦਿੱਤਾ। ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਕਿ ਉਹਨਾਂ ਨੇ ਆਪਣੀਆਂ ਖੁਆਇਸ਼ਾਂ ਕੁਝ ਨਹੀਂ ਦੇਖੀਆਂ। ਕੁਝ ਵੀ ਹੁੰਦਾ ਸੀ ਮੇਰੇ ਮੂੰਹ 'ਚ ਇੱਕ ਵੀ ਚੀ ਨਿਕਲ ਜਾਂਦੀ ਸੀ ਮੈਂ ਇਹ ਲੈਣੀ ਨਾ ਉਹ ਇਹ ਨਹੀਂ ਦੇ ਦ બસ ਇਹੀ ਜਿਹੜਾ ਰਿਸਪੈਕਟ ਕੀਤੀ ਹਰ ਲੇਡੀ ਚਾਹੁੰਦੀ ਮੇਰਾ ਪਤੀ ਮੈਨੂੰ ਬਹੁਤ ਰਿਸਪੈਕਟ ਦੇ ਔਰ ਪੈਸੇ ਦੀ ਐਵੇਂ ਜ਼ਰੂਰੀ ਨਹੀਂ ਹੁੰਦਾ ਪੈਸੇ ਚ ਤੁਸੀਂ ਦੋ ਸੂਟ ਘੱਟ ਲੈ ਦੋ ਮੈਨੂੰ ਅੱਜ ਵੀ ਯਾਦ ਆ ਜਦੋਂ ਮੈਂ ਮੈਰਿਜ ਤੋਂ ਬਾਅਦ ਗਈ ਆਪਣੇ ਮਾਇਕੇ ਮੈਂ ਆਪਣੇ ਪੇਰੈਂਟਸ ਘਰ ਮੈਨੂੰ ਮੈਨੂੰ ਵੀ ਕੱਪੜੇ ਦਾ ਬਹੁਤ ਸ਼ੌਂਕ ਸੀ ਜੋ ਅਨਮੋਲ ਜੀ ਹੋ ਤੇ ਅਨਮੋਲ ਜੀ ਐਂ ਲੱਗ ਰਿਹਾ ਜਿਵੇਂ ਅਸੀਂ ਅਨਮੋਲ ਜੀ ਦੀ ਉਹ ਕਰ ਰਹੇ ਆ ਪੋਡਕਾਸਟ ਤੇ ਇੰਟਰਵਿਊ ਕਰ ਰਹੇ ਜੇ ਖੁਦ ਹੀ ਆਵਾਜ਼ ਹੁੰਦੀ ਜੋ ਦੋਗੇ ਰਿਟਰਨ ਵਾਪਸ ਆਏਗਾ ਐਸੀ ਕੁਝ ਨਹੀਂ ਹੈ ਤੇ ਉਹ ਸੂਟਾਂ ਦਾ ਸ਼ੌਂਕ ਹੁੰਦਾ ਸੀ ਮੈਨੂੰ ਮੈਂ ਵੀ ਰਿਪੀਟ ਸੂਟ ਨਹੀਂ ਕਰਦੀ ਹੁੰਦੀ ਕਾਲਜ ਆਣਾ ਬਿਲਕੁਲ ਨਹੀਂ ਰਿਪੀਟ ਕਰਨੇ ਫਿਰ ਮੈਂ ਪਾਰਲਰ ਦਾ ਕੀਤਾ ਉੱਥੇ ਰਿਪੀਟ ਨਹੀਂ ਕਰਦੀ ਸੀ ਅੱਛਾ ਮੈਨੂੰ ਤੁਹਾਡੇ ਤੋਂ ਆਦਤ ਪਈ ਹੈ ਕੱਪੜੇ ਨਾਲ ਰਿਪੀਟ ਕਰਨ ਦੀ ਹਾਂ ਮੈਂ ਵੀ ਨਹੀਂ ਕਰਦੀ ਸੀ ਫਿਰ ਜਦੋਂ ਮੇਰੀ ਮੈਰਿਜ ਹੋ ਗਈ ਮੈਂ ਨਾਲ ਦੀ ਦੇਖਿਆ ਇਨਕਮ ਤੇ ਉਸ ਹਿਸਾਬ ਨਾਲ ਪਰ ਇਹਨਾਂ ਨੇ ਮੈਨੂੰ ਜਿਹੜੇ ਸੂਟ ਲੈ ਕੇ ਦਿੱਤੇ ਉਹ ਰੇਂਜ ਮੇਰੀ 250 ਸੀ ਪਰ ਮੈਨੂੰ ਬੜੇ ਸ਼ੌਂਕ ਬੜਾ ਹੁੰਦਾ ਸੀ ਉਸ ਦੁਕਾਨ ਤੇ ਚੱਲ ਐ ਲੈ ਐ ਲੈ ਆਪਣੇ ਲਈ ਕੁਝ ਨਹੀਂ ਲੈਣਾ ਬਟ ਮੇਰੇ ਸਾਰੇ ਸ਼ੌਂਕ ਪੂਰੇ ਕਰਨੇ ਜਦੋਂ ਮੈਂ ਗਈ ਉੱਥੇ ਵਾਪਸ ਮੈਂ ਇਹ ਦੇਖਿਆ ਸੂਟ ਚਾਹੇ 250 ਦਾ ਲੀਤਾ ਪਰ ਉਸ ਬੰਦੇ ਨੇ ਆਪਣੇ ਲਈ ਕੁਝ ਨਹੀਂ ਲੀਤਾ ਮੇਰੇ ਲਈ ਲੈ ਕੇ ਦਿੱਤਾ ਤੇ ਜੇ ਉਸ ਟਾਈਮ ਇਹਨੇ 250 ਦਾ ਸੂਟ ਪਾਇਆ ਤੇ ਅੱਜ 10000 ਦਾ ਵੀ ਉਹੀ ਪਵਾ ਰੇਣਾ ਤੇ ਇਸ ਕਰਕੇ ਹਮੇਸ਼ਾ ਉਸ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਰਿਹਾ ਹੋ ਕਹਿੰਦੇ ਨਾ ਤੇਰਾ ਪਾਣਾ ਮਿੱਠਾ ਲੱਗੇ ਜਿਸ ਰਜਾ ਚ ਕੇ ਰਾਜੀ ਰਹਿਣਾ ਇਹ ਗੱਲਾਂ ਸੱਚੀਆਂ ਨੇ ਇਹ ਪ੍ਰੈਕਟੀ ਤੇ ਉਸ ਟਾਈਮ ਬਸ ਰਿਸਪੈਕਟ ਰਿਗਾਰਡ ਸੁਣਨੀ ਸਭ ਤੋਂ ਵੱਡੀ ਘਰ ਚ ਸਿਚੁਏਸ਼ਨ ਜਦੋਂ ਹੁੰਦੀ ਆਪਾਂ ਫੈਮਿਲੀ ਨਵੀਂ ਫੈਮਿਲੀ ਚ ਆਂਦੇ ਆ ਤੇ ਮੈਂ ਕੋਈ ਵੀ ਕੋਈ ਗੱਲ ਹੋਣੀ ਇਹਨਾਂ ਨੇ ਮੇਰੀ ਬੜੇ ਪਿਆਰ ਨਾਲ ਸੁਣਨੀ ਰਿਪਲਾਈ ਕਰਨਾ ਬਸ ਰਿਸਪੈਕਟ ਰਿਗਾਰਡ ਦੂਜੇ ਦੀ ਖੁਸ਼ੀ ਚ ਆਪਣੀ ਖੁਸ਼ੀ ਲੱਭਣੀ ਬਹੁਤ ਅੱਛਾ ਮੈਂ ਬਾਬਾ ਤੁਹਾਨੂੰ ਪੁੱਛਣਾ ਚਾਹਨਾ ਕਿ ਜਦੋਂ 250 ਰੁਪਏ ਤੁਹਾਡੀ ਤਨਖਾਹ ਸੀ ਉਦੋਂ ਸੋਚਿਆ ਸੀ ਉਦੋਂ ਕੀ ਸੋਚਿਆ ਸੀ ਕਿ ਬਸ ਮੈਂ ਇੱਥੇ ਤੱਕ ਜਾਣਾ ਆ ਕਰਨਾ 250 ਤੋਂ ਕਿੱਥੇ ਤੱਕ ਜਾਣਾ ਬਥੋੜੇ ਘਰ ਲੈ ਲੈਣਾ ਆਪਣਾ ਜਾਂ ਕੀ ਸੋਚਿਆ ਸੀ ਬੇਟਾ ਇਦਾਂ ਸੀਗਾ ਉਹਦੋਂ ਨਾ ਮੇਰੀ ਇੱਕ ਸੋਚ ਸੀ ਕਿ ਮੇਰੇ ਕੋਲ 1 ਲੱਖ ਰੁਪਏ ਹੋ ਜੋਏ ਨਾ ਤਾਂ ਮੈਂ 1 ਲੱਖ ਰੁਪਏ ਨੂੰ ਬਹੁਤ ਵੱਡੀ ਅਮਾਉਂਟ ਸਮਝਦਾ ਸੀ ਜਦੋਂ 250 ਰੁਪਏ ਸੀ ਔਰ ਮੈਨੂੰ ਉਦੋਂ 94 ਦੇ ਵਿੱਚ ਮੈਂ ਇੱਕ ਕਿੱਟੀ ਪਾਈ ਸੀ 94 ਦੇ ਵਿੱਚ ਮੈਨੂੰ 1 ਲੱਖ ਆਇਆ ਸੀ 1 ਲੱਖ ਆਇਆ ਤੇ 95 ਵਿੱਚ ਮੇਰੀ ਮੈਰਿਜ ਹੋਈ 94 ਦੇ ਵਿੱਚ ਨਾ ਮੈਨੂੰ 1 ਲੱਖ ਆਇਆ ਮੈਂ ਆਪਣੀ ਮਦਰ ਨੂੰ ਕਿਹਾ ਮੈਂ ਕਿਹਾ ਮਾਤਾ ਜੀ ਵੀ ਲੱਖ ਰੁਪਏ ਆਪਣੇ ਕੋਲ ਆ ਗਿਆ ਤੇ ਆਪਾਂ ਇਹਨੂੰ ਕਿੱਥੇ ਰੱਖੀਏ ਮ ਮੇਲੇ ਮਾਤਾ ਹੀ ਕਹਿੰਦੇ ਬੇਟਾ ਟਰੰਕ ਦੇ ਵਿੱਚ ਰੱਖ ਦੇ ਲੇਕਿਨ ਮੈਂ ਉਹਨੂੰ ਲਿਫਾਫੇ ਦੇ ਵਿੱਚ ਪਾ ਪਾ ਕੇ ਲਪੇਟ ਕੇ ਨਾ ਕਿਚਨ ਦੇ ਸਿਵਰੇਜ ਦੇ ਵਿੱਚ ਰੱਖਦਾ ਤੇ ਰਾਤ ਨੂੰ ਮੈਂ ਤਿੰਨ ਤਿੰਨ ਵਾਰੀ ਉੱਠ ਕੇ ਦੇਖਿਆ ਕਿ 1 ਲੱਖ ਰੁਪਏ ਪਿਆ ਮਤਲਬ ਉਸ ਟਾਈਮ ਪੋਜੀਸ਼ਨ ਇਹ ਸੀ ਔਰ ਅੱਜ ਇੰਨੀ ਪਰਮਾਤਮਾ ਦੀ ਕਿਰਪਾ ਅੱਜ ਵਾਈਗੁਰ ਜੀ ਦੀ ਇੰਨੀ ਕਿਰਪਾ ਹੈ ਕਿ ਅੱਜ ਕੋਈ ਕਮੀ ਨਹੀਂ ਹੈ ਇਹ ਤਾਂ ਗੱਲ ਮੈਂ ਵੀ ਪੌਡਕਾਸਟ ਚ ਪਹਿਲੀ ਵਾਰੀ ਸੁਣਿਆ ਕਿ ਤੁਸੀਂ ਅੱਛਾ ਇਹ ਵੀ ਕੀਤਾ ਪੌਡਕਾਸਟ ਚ ਚਲੋ ਇਹ ਤਾਂ ਫਾਇਦਾ ਹੋ ਗਿਆ ਨਵੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਮੈਨੂੰ ਕਿਉਂਕਿ ਜਿਹੜਾ ਪੋਡਕਾਸਟ ਤੁਸੀਂ ਕਰ ਰਹੇ ਹੋ ਮੈਂ ਕੁਝ ਵੀ ਝੂਠ ਬੋਲ ਕੇ ਮਤਲਬ ਜਿਹੜੇ ਸਾਡੇ ਨਾਲ ਪਿਆਰ ਕਰਦੇ ਨੇ ਹੈਨਾ ਇਹ ਪਿਆਰ ਦੀ ਵਜ੍ਹਾ ਨਾਲ ਹੀ ਆਪਾਂ ਨੂੰ ਪਿਆਰ ਮਿਲ ਰਿਹਾ ਤਾਂ ਹੀ ਆਪਣਾ ਮਤਲਬ ਲੋਕ ਸਾਨੂੰ ਸੁਣ ਰਹੇ ਨੇ ਤਾਂ ਨਾ ਤੇ ਆਪਾਂ ਕਿਸੇ ਨੂੰ ਵੀ ਗੁੰਮਰਾਹ ਨਹੀਂ ਕਰਨਾ ਝੂਠ ਬੋਲ ਕੇ ਇਸ ਕਰਕੇ ਜੋ ਸੱਚ ਹੈ ਨਾ ਉਹੀ ਮੈਂ ਬੇਟਾ ਤੁਹਾਨੂੰ ਕਹੂੰਗਾ ਤੁਸੀਂ ਕਿਹੜੇ ਕਿਹੜੇ ਕੰਮ ਕੀਤੇ ਨੇ 250 ਰੁਪਏ ਵਿੱਚ ਤੁਸੀਂ ਕੀ ਕੀ ਕੰਮ ਕਰਦੇ ਸੀ ਪੂਰੀ ਦਿਹਾੜੀ ਦੇ ਵਿੱਚ 250 ਦੇ ਵਿੱਚ ਸਮਝ ਲਓ ਕਿ ਮੈਨੂੰ ਮੈਨੂੰ ਅੱਜ ਵੀ ਕੋਈ ਸ਼ਰਮ ਨਹੀਂ ਹੈ ਉਦੋਂ ਵੀ ਕੋਈ ਨਹੀਂ ਸੀ ਅਗਰ ਮਾਲਕ ਮੈਨੂੰ ਕਹਿ ਦਿੰਦਾ ਸੀ ਕਿ ਯਾਰ ਟਾਇਲਟ ਧੋ ਦੇ ਤਾਂ ਮੈਂ ਧੋ ਦਿੰਦਾ ਸੀ ਕਿਉਂਕਿ ਮੈਂ ਕਦੀ ਇਹ ਨਹੀਂ ਸੋਚਿਆ ਕੰਮ ਕਦੀ ਵੀ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੇ ਉੱਤੇ ਟਾਈਮ ਆਉਂਦਾ ਜਾਂਦਾ ਰਹਿੰਦਾ ਹੈ ਬਸ ਤੁਸੀਂ ਆਪਣੀ ਸੱਚੀ ਨੀਅਤ ਰੱਖੋ ਔਰ ਜਿੰਨਾ ਹੋ ਸਕਦਾ ਹੈ ਮਤਲਬ ਆਪਣੇ ਆਪ ਨੂੰ ਨਾ ਤੰਗ ਕਰਕੇ ਡਿਪੋਜ਼ਿਟ ਜ਼ਰੂਰ ਕਰੋ ਕਿਉਂਕਿ ਜਿਹੜਾ ਡਿਪੋਜ਼ਿਟ ਹੈ ਨਾ ਉਹ 2 ਸਾਲਾਂ ਬਾਅਦ ਤੁਹਾਡੀ ਬਾਹ ਬਣ ਜਾਏਗਾ ਇੱਕ ਬੇਟਾ ਜਿਹੜਾ ਹੈ ਉਹ ਤੁਹਾਨੂੰ 22 ਸਾਲ ਤੋਂ ਬਾਅਦ ਇਨਕਮ ਦੇਣੀ ਸਟਾਰਟ ਕਰਦਾ ਹੈ ਲekin ਜਿਹੜਾ ਡਿਪੋਜ਼ਿਟ ਨਾ ਤੁਹਾਨੂੰ ਨੈਕਸਟ ਈਅਰ ਹੀ ਇਨਕਮ ਪ੍ਰੋਵਾਈਡ ਕਰਾਨੀ ਸ਼ੁਰੂ ਕਰ ਦਿੰਦਾ ਪਰ ਆ ਬੇਟਾ ਤਾਂ 28 ਸਾਲ ਦਾ ਹੀ ਦੇ ਸਕਿਆ ਇਹ ਤੱਕ ਇਹਨੂੰ ਕੰਮ ਕਰਕੇ 22 ਸਾਲ ਤੋਂ ਬਾਅਦ ਕਿਦਾਂ ਦਿੰਦਾ ਇਸ ਇਹ ਲੌਜੀਕ ਹੀ ਹੈ ਇਸ ਬੇਟੇ ਨੇ ਉਹ ਦਿੱਤਾ ਜੋ ਕਿ ਲਾਡੋ ਨੇ ਪਹਿਲਾਂ ਮਨਾ ਕੀਤਾ ਸੀ ਪਾਪਾ ਨਹੀਂ ਇਮੋਸ਼ਨਲ ਹੋ ਜਾਣਾ ਚਲੋ ਆਪਾਂ ਇਹ ਗੱਲ ਕਰਾਂਗੇ ਕਿ ਤੁਸੀਂ ਸੰਸਕਾਰ ਜਿਵੇਂ ਦੇਖਦੇ ਹੋ ਕਿਦਾਂ-ਕਿਦਾਂ ਦੀ ਸਟੋਰੀਜ਼ ਆਉਂਦੀਆਂ ਤੁਹਾਡੇ ਕੋਲ ਸੰਸਕਾਰਾਂ ਦੇ ਵਿੱਚ ਕੀ ਤਜਰਬਾ ਹੈ ਤੁਹਾਡਾ ਸੰਸਕਾਰਾਂ ਦੇ ਵਿੱਚ ਕੀ ਮਤਲਬ ਲੋਕਾਂ ਦੇ ਕੋਲ ਕਫਨ ਵਾਸਤੇ ਵੀ ਪੈਸੇ ਨਹੀਂ ਹੁੰਦੇ ਅਗਰ ਕਿਸੇ ਨੇ ਦੇਖਣਾ ਹੈ ਨਾ ਕਿਉਂਕਿ ਦੇਖੋ ਘਰ ਦੇ ਵਿੱਚ ਬੈਠ ਕੇ ਵੀਡੀਓ ਸਾਡੀ ਦੇਖਣੀ ਉਹਦੇ ਵਿੱਚ ਤੇ ਪ੍ਰੈਕਟੀਕਲ 'ਚ ਬਹੁਤ ਫਰਕ ਹੈ ਮੈਂ ਸਿਵਲ ਦੇ ਵਿੱਚ ਜਾ ਕੇ ਖੁਦ ਦੇਖਿਆ ਉੱਥੇ ਲੋਕ ਮੈਂ ਹੁਣੀ ਪਿਛਲੇ ਹਫਤੇ ਨਾ ਸਿਵਲ ਸਵੇਰੇ 9 ਵਜੇ ਚਲਾ ਗਿਆ ਸੀ ਇੱਕ ਲੜਕੇ ਦਾ ਕਤਲ ਕਰਕੇ ਉਹਨੂੰ ਟ੍ਰੇਨ ਥੱਲੇ ਸੁੱਟ ਦਿੱਤਾ ਉਸ ਫੈਮਿਲੀ ਦੀ ਮੇਰੇ ਕੋਲ ਫੋਟੋ ਵੀ ਹੈ ਤੇ ਉਹਦੀ ਸਟੋਰੀ ਵੀ ਸਾਰੀ ਹੈਗੀ ਉਹਨੂੰ ਕਤਲ ਕਰਕੇ ਟ੍ਰੇਨ ਦੇ ਨੀਚੇ ਸਿੱੜ ਦਿੱਤਾ ਉਹਨੂੰ ਟ੍ਰੇਨ ਦਾ ਉਹ ਬਣਾ ਦਿੱਤਾ ਕਿ ਟ੍ਰੇਨ ਦੇ ਥੱਲੇ ਆ ਕੇ ਮਰ ਗਿਆ ਸੁਸਾਈਡ ਕਰ ਲਿਆ ਹਾਂ ਸੁਸਾਈਡ ਕਰ ਗਿਆ ਤਾਂ ਉਹਦੀ ਫੈਮਲੀ ਇੰਨੀ ਗਰੀਬ ਸੀ ਕਿ ਪੁਲਿਸ ਵਾਲੇ ਉਹਨਾਂ ਦੀ ਗੱਲ ਵੀ ਨਹੀਂ ਸੁਣ ਰਹੇ ਸੀ ਤਾਂ ਮੈਂ ਫੋਨ ਕੀਤਾ ਜੀਆਰਪੀ ਲੁਧਿਆਣਾ ਤਾਂ ਉਹਨਾਂ ਨੇ ਜਾ ਕੇ ਉਹਨਾਂ ਦੀ ਗੱਲ ਸੁਣੀ ਉਸ ਤੋਂ ਬਾਅਦ ਉਹ ਰੋਣ ਲੱਗੇ ਕਿ ਸਾਡੇ ਕੋਲ ਕਫਨ ਵਾਸਤੇ ਵੀ ਪੈਸੇ ਨਹੀਂ ਹੈ ਔਰ ਉਹਨਾਂ ਦਾ ਮਤਲਬ ਕਿ ਲੜਕਾ ਭੇਜ ਕੇ ਪਤਾ ਵੀ ਕਰਵਾਇਆ ਚੁਗੀਆਂ ਦੇ ਵਿੱਚ ਰਹਿੰਦੇ ਸੀ ਔਰ ਸੱਚ ਦੇ ਵਿੱਚ ਨਮੋਲ ਜੀ ਉਹਨਾਂ ਕੋਲ ਕਫਨ ਵਾਸਤੇ ਵੀ ਪੈਸੇ ਨਹੀਂ ਸੀ ਫਿਰ ਉਹਨਾਂ ਐ ਸੰਸਕਾਰ ਦੀ ਪਰਮਾਤਮਾ ਨੇ ਡਿਊਟੀ ਦਿੱਤੀ ਕਿ ਚਲੋ ਇਹ ਸਭ ਨਾ ਪਰਮਾਤਮਾ ਹੀ ਕਰਵਾ ਰਿਆ ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਸਾਨੂੰ ਸੇਵਾ ਲਈ ਉਸ ਪਰਮਾਤਮਾ ਨੇ ਚੁਣਿਆ ਲੇਕਿਨ ਹੁਣ ਸਾਡਾ ਅੱਗੇ ਬਣ ਜਾਂਦਾ ਕਿ ਅਸੀਂ ਆਪਣੀ ਇਮਾਨਦਾਰੀ ਨਾਲ ਇਸ ਡਿਊਟੀ ਨੂੰ ਨਿਭਾਈਏ ਹੁਣ ਦੇਖੋ ਹੁਣ ਕਈਆਂ ਦੀ ਉਮੀਦਾਂ ਸਾਡੇ ਤੇ ਆ ਚੁੱਕੀਆਂ ਨੇ ਕਿਉਂਕਿ ਸਾਡੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ ਕਿ ਅਸੀਂ ਕਿਸੇ ਦੇ ਵੀ ਕੋਲੋਂ ਪੈਸੇ ਨਹੀਂ ਫੜ ਸਕਦੇ ਕਿਉਂਕਿ ਅਗਰ ਅਸੀਂ ਪੈਸੇ ਫੜਦੇ ਹਾਂ ਮੰਨ ਲਓ ਕਿਸੇ ਕੋਲੋਂ ਤਾਂ ਅਸੀਂ ਮਤਲਬ ਮਾਰਕੀਟੇਸ ਆ ਜਾਾਂਗੇ ਕਿ ਯਾਰ ਇਹਨਾਂ ਨੇ ਮੇਰੇ ਕੋਲੋਂ ਪੈਸੇ ਫੜੇ ਤਾਂ ਉਹਦੇ ਨਾਲ ਕਿਸੇ ਦਾ ਕੰਮ ਰੁੱਕ ਜਾਏਗਾ ਕਿਸੇ ਪੇਸ਼ੈਂਟ ਦਾ ਕੰਮ ਰੁੱਕ ਜਾਏਗਾ ਕਿਸੇ ਦਾ ਸੰਸਕਾਰ ਹੁਣ ਰੁੱਕ ਜਾਏਗਾ ਉਹ ਵਜਾ ਕੌਣ ਬਣੇ ਅਸੀਂ ਪਾਪਾਂ ਦੇ ਭਾਗੀਦਾਰ ਬਣੇ ਅਸੀਂ ਉਹ ਸਾਨੂੰ ਬਾਦਵਾਵਾ ਦੇਗਾ ਕਿ ਯਾਰ ਇਹਨਾਂ ਨੇ ਪੈਸੇ ਨਾ ਖਾਦੇ ਹੁੰਦੇ ਤਾਂ ਅੱਜ ਸ਼ਾਇਦ ਮੇਰਾ ਕੰਮ ਹੋ ਜਾਂਦਾ ਹੁਣ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਚੁੱਕੀ ਹੈ ਹੁਣ ਪਰਮਾਤਮਾ ਦੇ ਅੱਗੇ ਹੀ ਇਹ ਅਰਦਾਸ ਹੈ ਕਿ ਸਾਡੀ ਨੀਅਤ ਸੁੱਚੀ ਰੱਖੀ ਤਾਂ ਕਿ ਅਸੀਂ ਸਮਾਜ ਨੂੰ ਵਧੀਆ ਦੇਣ ਆਪਣਾ ਜੋ ਇੱਕ ਸਮਾਜ ਲਈ ਸਾਡਾ ਬਣਦਾ ਉਹ ਦੇ ਸਕੀਏ ਕਿਉਂਕਿ ਸਮਾਜ ਦੇ ਵਿੱਚ ਦੁੱਖ ਬਹੁਤ ਨੇ ਅਗਰ ਤੁਸੀਂ ਦੇਖਣ ਜਾਓਗੇ ਨਾ ਤਾਂ ਬਹੁਤ ਦੁੱਖ ਨੇ ਲੇਕਿਨ ਆਪਾਂ ਆਪਣੀ ਫੈਮਿਲੀ ਦੇ ਵਿੱਚ ਰੁੱਝੇ ਰਹਿੰਦੇ ਆ ਆਪਾਂ ਨੂੰ ਪਤਾ ਹੀ ਨਹੀਂ ਕਿ ਦੁੱਖ ਕੀ ਆ ਬਾਹਰ ਬੜੀਆਂ ਸਟੋਰੀਜ਼ ਨੇ ਕਿ ਇੱਕ ਵਾਰ ਮੋਤੀ ਨਗਰ ਥਾਣਾ ਲੁਧਿਆਣੇ ਪਾਰਕ ਦੇ ਵਿੱਚ ਇੱਕ ਭਿਖਾਰੀ ਉਹ ਕੂੜਾ ਚੱਕਣ ਵਾਲਾ ਡਿੱਗਿਆ ਸੀਗਾ ਮਤਲਬ ਡਿੱਗਿਆ ਪਿਆ ਸੀ ਤਾਂ ਉਹ ਤਿੰਨ ਦਿਨ ਅਨਮੋਲ ਜੀ ਉਹਦੀ ਬਾਡੀ ਨੂੰ ਕੁੱਤੇ ਖਾ ਗਏ ਔਰ ਉਹਦੀ ਫੋਟੋ ਵੀ ਸ਼ਾਇਦ ਪਈ ਹੋएगी ਆਪਣੇ ਕੋਲ ਉਹਦੇ ਤੇ ਮਤਲਬ ਬਿਲਕੁਲ ਵੀ ਮਾਸ ਨਹੀਂ ਰਿਆ ਕੀ ਉਹ ਕਿਸੇ ਦਾ ਮਾਂ ਪੁੱਤ ਨਹੀਂ ਸੀ ਉਹ ਵੀ ਕਿਸੇ ਦਾ ਪੁੱਤਰ ਸੀ ਨਾ ਤਾਂ ਲੇਕਿਨ ਇੰਨਾ ਅੱਗੇ ਸਾਡਾ ਵਾਸ ਨਹੀਂ ਚੱਲਦਾ ਕਿ ਪ੍ਰਮਾਤਮਾ ਨੇ ਕੀ ਕੁਝ ਕੀਤਾ ਔਰ ਕਿੰਨੀਆਂ ਬਾਡੀਆਂ ਤਾਂ ਟ੍ਰੇਨ ਥੱਲੇ ਕਟਿੰਗ ਹੋ ਕੇ ਜਿਨ੍ਹਾਂ ਦੇ ਕੀ ਮੈਂ 16-16 ਪੀਸ ਚੱਕੇ ਨੇ ਆਪਣੇ ਹੱਥੀ 16 ਪੀਸ ਟ੍ਰੇਨ ਦੇ ਥੱਲੇ ਆ ਗਈਆਂ 16 ਪੀਸ ਹੋ ਗਏ ਉਹਦੇ ਕੰਟੈਕਟ ਕਿਦਾਂ ਕਰਦੇ ਨੇ ਲੋਕ ਤੁਹਾਡੇ ਨਾਲ ਜਦੋਂ ਕੋਈ ਬਾਡੀ ਆਂਦੀ ਹੈ ਤੁਹਾਨੂੰ ਰੀਚ ਕਿਦਾਂ ਕਰਦੇ ਨੇ ਪਹਿਲਾਂ ਥੋੜਾ ਜਿਹਾ ਔਖਾ ਹੁੰਦਾ ਸੀ ਲੋਕਾਂ ਨੂੰ ਲੇਕਿਨ ਹੁਣ ਪੂਰੇ ਲੁਧਿਆਣੇ ਦੀ ਪੁਲਿਸ ਨੂੰ ਪਤਾ ਹੀ ਹੈ ਕਿ ਉਹ ਕਰਦੇ ਨੇ ਤੇ ਜਿਵੇਂ ਕੱਲ ਆਪਾਂ ਮੰਨ ਲਓ ਮੰਡੇ ਨੂੰ ਗਿਣ ਸਕਦੇ ਆ ਮੰਡੇ ਨੂੰ ਸਮਝ ਲਓ 27 ਤਰੀਕ ਹੈ ਕੱਲ 27 ਤਰੀਕ ਨੂੰ 8 ਬਾਡੀਆਂ ਦੇ ਇਕੱਠੇ ਸੰਸਕਾਰ ਹੋਣੇ ਆ ਉਹ ਲਵਾਰਿਸ ਨੇ ਲਵਾਰਿਸ ਨੇ 8 ਬਾਡੀਆਂ ਜਿਹਦੇ ਵਿੱਚੋਂ 4 ਅਸੀਂ 27 ਤਰੀਕ ਨੂੰ ਮੰਗਾ ਰਹੇ ਆ 4 28 ਨੂੰ ਮੰਗਾ ਰਹੇ ਆ ਉਹਨਾਂ ਦੇ ਫਿਰ ਕਫਨ ਦਾ ਅਰੇਂਜ ਤੇ ਉਹਨਾਂ ਦੇ ਸੰਸਕਾਰ ਦਾ ਅਰੇਂਜ ਕਰਦਾ ਸਭ ਪਰਮਾਤਮਾ ਹੀ ਹੈ ਸਾਡੀ ਤਾਂ ਐਵੇਂ ਡਿਊਟੀ ਲੱਗੀ ਹੋਈ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸਾਡਾ ਮਤਲਬ ਕੋਈ ਜ਼ਿਆਦਾ ਪੈਸਾ ਹੁਣ ਨਹੀਂ ਲੱਗਦਾ ਲੱਗ ਰਿਹਾ ਤੇ ਹੁਣ ਤਾਂ ਮਤਲਬ ਲੋਕ ਪਹਿਲਾਂ ਹੀ ਤਿਆਰ ਖੜੇ ਨੇ ਕਿ ਸੰਸਕਾਰ ਸਾਡੇ ਵੱਲੋਂ ਕਰਵਾ ਦੋ ਐਵਰੇਜ ਕਿੰਨੇ ਖਰਚਾ ਆ ਜਾਂਦਾ ਇੱਕ ਸੰਸਕਾਰ ਦਾ ਐਵਰੇਜ 2500 ਰੁਪਏ ਹੁੰਦਾ ਔਰ ਕਫਨ 240 ਰੁਪਏ ਦਾ ਐਕਸਟਰਾ ਹੁੰਦਾ ਉਹ ਕਫਨ ਆਪਾਂ ਨੂੰ ਪ੍ਰੋਵਾਈਡ ਕਰਵਾਉਣਾ ਪੈਂਦਾ ਸਿਵਲ ਹਸਪੀਟਲ 'ਚ ਫਿਰ ਬੋਡੀ ਦੇ ਉੱਤੇ ਉਹ ਆ ਕੇ ਕਫਨ ਫਿਰ ਇੱਥੇ ਪਹੁੰਚਦੀ ਹੈ ਸ਼ਮਸ਼ਾਨਘਾਟ ਇਹ ਕਿਵੇਂ ਕਰਦੇ ਹੋ ਤੁਸੀਂ ਕੰਮ ਫਿਰ ਤੁਹਾਡਾ ਕੋਈ ਅਕਾਊਂਟ ਨੰਬਰ ਨਹੀਂ ਕੋਈ ਪੇਟੀਐਮ ਨੰਬਰ ਨਹੀਂ ਡੋਨਰ ਕਿੱਦਾਂ ਫਿਰ ਤੁਹਾਨੂੰ ਪੇਮੈਂਟ ਕੋਲੇ ਇੰਨੇ ਇੱਕ ਕੰਟੈਕਟ ਲਿਖਿਓ ਹੀ ਨੇ ਮੈਂ ਪਹਿਲਾਂ ਵੀ ਸ਼ਾਇਦ ਤੁਹਾਨੂੰ ਦੱਸਿਆ ਕਿ 3100 ਸੰਸਕਾਰ ਇੱਕੋ ਬੰਦੇ ਨੇ ਲਖਵਾਤਾ ਕਿ 3100 ਸੰਸਕਾਰ ਮੈਂ ਕਰਾਉਂਦਾ ਹਾਂ ਉਹ ਜਦੋਂ ਉਹਦੀ ਵਾਰੀ ਖਤਮ ਹੋਣੀ ਹੈ ਉਸ ਤੋਂ ਬਾਅਦ ਦੂਸਰੇ ਦੀ ਵਾਰੀ ਤਾਂ ਆਣੀ ਨਹੀਂ ਕਿਉਂਕਿ 3100 ਸੰਸਕਾਰ ਜਿਹੜਾ ਉਹ ਆਪਾਂ ਅਗਰ ਮੰਨ ਲਓ ਹਜ਼ਾਰ ਸੰਸਕਾਰ ਵੀ ਲਗਾ ਲੀਏ ਸਾਲ ਦਾ ਤਾਂ ਵੀ 3 ਸਾਲ ਲੱਗ ਜਾਣਗੇ ਨਾ ਉਹਨੂੰ ਪਰ ਉਹ ਕਿਤੇ ਨਾ ਕਿਤੇ ਜਿਹੜੇ ਹੋਰ ਲੋਕ ਸੰਸਕਾਰ ਦੀ ਸੇਵਾ ਲੈਣਾ ਚਾਹੁੰਦੇ ਨੇ ਉਹ ਪਿੱਛੇ ਨਹੀਂ ਰਹਿ ਰਹੇ ਨਹੀਂ ਅਸੀਂ ਉਹਨਾਂ ਨੂੰ ਰਹਿਣ ਨਹੀਂ ਦਿੰਦੇ ਪਿੱਛੇ ਅਸੀਂ ਉਹਨਾਂ ਨੇ ਸਾਨੂੰ ਕਹਿ ਦਿੱਤਾ ਕਿ ਸਾਡੀ ਬੈਕਬੋਨ ਤੇ ਉਹ ਖੜੇ ਨਹੀਂ ਜਿਵੇਂ ਉਹਨੂੰ ਤੁਹਾਡੀ ਐਨ ਜੀਓ ਦੇ ਵਿੱਚ ਵੀ ਕੁਝ ਲੋਕ ਤਾਂ ਤੁਹਾਡੀ ਬੈਕਬੋਨ ਤੇ ਖੜੇ ਨੇ ਨਾ ਜਿਹਦੇ ਹੌਸਲੇ ਨਾਲ ਤੁਸੀਂ ਚੱਲ ਰਹੇ ਹੋ ਐਦਾਂ ਹੀ ਸਾਡਾ ਹੈ ਕਿ ਸਾਡੇ ਪਿੱਛੇ ਉਹ ਖੜੇ ਨਹੀਂ ਅਗਰ ਕੋਈ ਡੋਨਰ ਨਹੀਂ ਮਿਲਦਾ ਤਾਂ ਅਸੀਂ ਉਹਨਾਂ ਨੂੰ ਕਹਿ ਦਿੰਨੀ ਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀਆਂ ਅਸਤੀਆਂ ਦਾ ਕੀ ਕਰਦੇ ਹਾਂ ਉਹਨਾਂ ਦੀਆਂ ਅਸਤੀਆਂ ਜਿੱਦੀਆਂ ਫਿਰ ਆਪਾਂ ਸ ਨਾਨਨਪੁਰ ਸਾਹਿਬ ਦੇ ਕੋਲ ਕੀਰਤਪੁਰ ਸਾਹਿਬ ਹੈ ਉੱਥੇ ਜਾ ਕੇ ਜਲ ਪ੍ਰਵਾਹ ਕਰ ਦਿੱਤਾ ਹਾਂਜੀ ਕਿੰਨੇ ਕ ਸੰਸਕਾਰ ਹੁਣ ਤੱਕ ਜਿਹੜੇ ਤੁਹਾਨੂੰ ਜੇ ਯਾਦ ਹੋਣ ਕਿੰਨੇ ਕ ਹੁਣ ਤੱਕ ਹੋ ਚੁੱਕੇ ਨੇ ਮਤਲਬ ਜਿਹੜਾ ਆਪਣੇ ਕੋਲ ਡਾਟਾ ਹੋਏਗਾ ਨਾ ਉਹ 1050 60 ਮਤਲਬ 1100 ਦੇ ਨੇੜੇ ਤੇੜੇ ਸਮਝ ਲਓ ਹੁਣ ਤੱਕ ਹਾਂ ਹੋ ਚੁੱਕੇ ਹੋਣਗੇ ਤੁਹਾਡੇ ਪਤੀ ਦੇ ਵੀ ਇੰਨਾ ਵਧੀਆ ਕੰਮ ਕਰ ਰਹੇ ਨੇ ਤੁਹਾਡਾ ਬੇਟਾ ਇੰਨਾ ਵਧੀਆ ਕੰਮ ਕਰ ਰਿਹਾ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ ਬਹੁਤ ਅੱਛਾ ਜਦੋਂ ਮੈਨੂੰ ਹਰਕੋਈ ਇਹੀ ਪੁੱਛਦਾ ਕਿ ਤੁਸੀਂ ਇਹਨਾਂ ਮੋਲਦੇ ਮਮਾਓ ਤੋ ਉਹ ਮੈਂ ਇੱਕ ਮੂੰਹ ਤੋਂ ਕੋਈ ਸ਼ਬਦ ਨਹੀਂ ਨਿਕਲਦਾ ਕਿਸ ਪਰਮਾਤਮਾ ਦੀ ਡਰਦੀ ਕਿ ਹੈ ਹੰਕਾਰ ਵੀ ਨਾ ਆਵੇ ਪਰ ਹੋਈ ਮਨ ਨੀਵਾ ਮਤ ਉੱਚੀ ਕਿ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਵੀ ਕਰਦੀ ਹੈ ਤੇ ਮਨ ਚ ਇਹ ਵੀ ਸਿੱਖਦੀ ਮੈਂ ਬੜੀ ਵਾਰੀ ਦੇਖਿਆ ਕਿ ਤੁਸੀਂ ਕਿਤੇ ਨਾ ਕਿਤੇ ਜਾ ਕੇ ਲੁਕੋ ਕੇ ਰੱਖਦੇ ਹੋਏ ਚੀਜ਼ ਕੀ ਮੇਰਾ ਬੇਟਾ ਅਨਮੋਲ ਕੋਤਰਾ ਪਾਪਾ ਕਿਤੇ ਨਾ ਕਿਤੇ ਦੱਸ ਦਿੰਦੇ ਨੇ ਕਿ ਹਾਂ ਜੀ ਮੇਰਾ ਬੇਟਾ ਤੁਸੀਂ ਕਿਉਂ ਲੁਕੋ ਕੇ ਰੱਖਦੇ ਹੋ ਤੁਸੀਂ ਕਿਉਂ ਨਹੀਂ ਕਰਦੇ ਨਹੀਂ ਮੇਰੇ ਮੂੰਹ ਚ ਮੈਂ ਨਾ ਮੈਂ ਮੇਰਾ ਬੇਟਾ ਬਸ ਮੇਰੇ ਮੁਝੇ ਮੈਂ ਤਾਂ ਡਰ ਲੱਗਦੀ ਕਿ ਮੈਂ ਚ ਅਹੰਕਾਰ ਆ ਜਾਂਦਾ ਇਹ ਪਰਮਾਤਮਾ ਤੇਰੀ ਦਾਤ ਹੈ ਇਹ ਸੇਵਾ ਵਾਸਤੇ ਆਇਆ ਤੁਹਾਨੂੰ ਜਦੋਂ ਜੰਮਿਆ ਸੀ ਉਦੋਂ ਪਹਿਲਾਂ ਪਤਾ ਲੱਗੇ ਸੀ ਲੋਕੇ ਬਹੁਤ ਪੁੱਛਦੇ ਨੇ ਇਹ ਨਮੂਲ ਕਿਉਂ ਰੱਖਿਆ ਮੈਂ ਪਹਿਲੇ ਸੋਚੀ ਸੀ ਪਰਮਾਤਮਾ ਮੈਨੂੰ ਦੇ ਗਿਆ ਅਨਮੋਲ ਹੀ ਦੂਜੀ ਆਪਸ਼ਨ ਕੀ ਸੀ ਨਾਲ ਹੋਰ ਅਨਮੋਲ ਨਾਮ ਦੇ ਫਿਲਹਾਲ ਇਹ ਸੋਚਿਆ ਸੀ ਬਾਕੀ ਉਹਦਾ ਸੋਚਿਆ ਨਹੀਂ ਸੀ ਦੂਜਾ ਨਾਮ ਇੱਕੋ ਹੀ ਸੋਚਿਆ ਸੀ ਅਨਮੋਲ ਹੋਏ ਤੈਨ ਅਮੋਲ ਹੀ ਰੱਖਣਾ ਬੇਟਾ ਹੋਏਗਾ ਤੈਨ ਅਨਮੋਲ ਰੱਖਣਾ ਅਨਮੋਲ ਦਾ ਮਤਲਬ ਕਿ ਜਿਹਦਾ ਕੋਈ ਮੁੱਲ ਹੀ ਨਹੀਂ ਅਨਮੋਲ ਹੈ ਜਿਹਦਾ ਕੋਈ ਮੁੱਲ ਹੀ ਨਹੀਂ ਕੀ ਬਾਤ ਹੈ ਜੀ ਅੱਜ ਕੱਲ ਫਿਰ ਉਹੀ ਸਿੱਖਿਆ ਤੇ ਅਨਮੋਲੀ ਚੱਲ ਰਹੇ ਨੇ ਤੇ ਮੈਨੂੰ ਇਹ ਦੱਸੋ ਕਿ ਤੁਸੀਂ ਹਰ ਬਿਜ਼ਨਸਮੈਨ ਦਾ ਬੇਟਾ ਚਾਹੁੰਦਾ ਚਲੋ ਤੁਸੀਂ 250 ਤੋਂ ਮਹੀਨੇ ਤੋਂ ਸ਼ੁਰੂ ਫੈਕਟਰੀ ਚ ਚਲਾਈ ਤੁਸੀਂ ਬਿਜ਼ਨਸ ਕਰਦੇ ਹੋ ਤੁਸੀਂ ਕਿਉਂ ਨਹੀਂ ਕਦੀ ਆਪਣੇ ਬੇਟੇ ਨੂੰ ਕਿਹਾ ਕਿ ਫੈਕਟਰੀ ਬਹਿ ਕੰਮ ਕਰ ساری ਦੁਨੀਆ ਬਠਾਉਂਦੀ ਹੈ ਬੱਚਿਆਂ ਨੂੰ ਆਪਣੇ ਤੁਸੀਂ ਕੋਈ ਆਜ਼ਾਦ ਪੰਛੀ ਛੱਡਿਆ ਉਹਨੂੰ ਮੈਂ ਇਸ ਕਰਕੇ ਛੱਡਿਆ ਉਹਨੂੰ ਕਿਉਂਕਿ ਨਾ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਇਹਦਾ ਧਿਆਨ ਕਿੱਧਰ ਹੈ ਲੇਕਿਨ ਮੈਂ ਤੁਹਾਨੂੰ ਅਨਮੋਲ ਜੀ ਦੱਸਣਾ ਚਾਹਨਾ ਕਿ ਮੈਂ ਕਦੀ ਵੀ ਅਨਮੋਲ ਜੀ ਨੂੰ ਖੁੱਲੇ ਪੈਸੇ ਨਹੀਂ ਦਿੱਤੇ ਕਿ ਤੁਸੀਂ ਯਾਰ ਖਰਚ ਲਓ ਕਿਉਂਕਿ ਅਗਰ ਤੁਸੀਂ ਬੱਚੇ ਨੂੰ ਖੁੱਲੇ ਪੈਸੇ ਦਿੰਨੇ ਹੋ ਤਾਉ ਮੈਨੂੰ ਨਹੀਂ ਲੱਗਦਾ ਕਿ ਉਹ ਬੱਚਾ ਤੁਹਾਡੇ ਕੈਨੇਕਾਰ ਚ ਰਹੂਗਾ ਪਰ ਉਹ ਤਾਂ ਵੀਡੀਓ ਚ ਕਹਿੰਦੇ ਨੇ ਕਿ ਮੈਨੂੰ ਖਰਚਾ ਹੀ ਬੜਾ ਖੁੱਲਾ ਮਿਲਿਆ ਉਹ ਉਹ ਆਪਣੀ ਜਗ੍ਹਾ ਰਿਸਪੈਕਟ ਦਿੰਦੇ ਨੇ ਪਰ ਮੈਂ ਉਹਨਾਂ ਦੀਆਂ ਕਦੀ ਇਹ ਨਹੀਂ ਕੀਤਾ ਕਿ ਖੁੱਲੇ ਪੈਸੇ ਲੈ ਜਾਓ ਅਨਮੋਲ ਜੀ ਨੇ ਹਮੇਸ਼ਾ ਮੈਨੂੰ ਇੱਕ ਇੱਕ ਪੈਸੇ ਦਾ ਹਿਸਾਬ ਦਿੱਤਾ ਕਿ ਇੱਥੇ ਮੇਰੇ ਖਰਚ ਹੋਏ ਨੇ ਇੱਥੇ ਖਰਚ ਹੋਏ ਨੇ ਐਦਾਂ ਨਹੀਂ ਕਿ ਜਿੱਥੇ ਮਰਜ਼ੀ ਉਡਾ ਦਿਓ ਲੇਕਿਨ ਹਾਂ ਇੱਕ ਜ਼ਰੂਰ ਮੈਂ ਸਾਰੇ ਸਰੋਤਿਆਂ ਨੂੰ ਕਹਿਣਾ ਚਾਹੁੰਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਾਸੰਗ ਨਾਲ ਜ਼ਰੂਰ ਜੋੜੋ ਤੁਸੀਂ ਕਿਵੇਂ ਜੋੜਿਆ ਸੀ ਮੈਨ ਮੋਲਜੀ ਨੂੰ ਖੁਦ ਕਿਹਾ ਸੀਗਾ ਕਿ ਅਨਮੋਲ ਜੀ ਤੁਸੀਂ satsang ਸੁਣਿਆ ਕਰੋ ਤੇ ਮੈਂ ਤੁਹਾਡੀ ਜਿਹੜੀ ਹੈ ਪੌਕੇਟ ਮਨੀ ਵਧਾ ਦਾਂਗਾ ਤਾਂ ਉਹ ਮੈਂ ਵਧਾਈ ਵੀ ਸੀ ਤੇ ਅਨਮੋਲ ਜੀ ਦੇ ਕੋਲੋਂ ਨਾਲ ਮੈਂ ਸੁਣਦਾ ਵੀ ਸੀ ਕਿ ਤੁਸੀਂ ਕੀ ਸੁਣ ਕੇ ਆਏ ਹੋ ਉਹ ਸਾਨੂੰ ਉਹਦਾ ਦੱਸੋ ਕਿ ਅੱਜ ਕੀ ਸੁਣਿਆ ਤਾਂ ਫਿਰ ਅਨਮੋਲ ਜੀ ਨੇ ਉੱਤੇ ਆਪਣਾ ਅਮਲ ਵੀ ਕੀਤਾ ਜਿਹੜਾ ਕਿ ਅੱਜ ਜਿੰਨੀ ਵੀ ਦੁਨੀਆ ਇੰਨਾ ਪਿਆਰ ਦੇ ਰਹੀ ਹੈ ਉਹ ਅਸੀਂ ਭੁੱਲ ਨਹੀਂ ਸਕਦੇ ਬਹੁਤ ਪਿਆਰ ਦੇ ਰਹੀ ਹੈ ਤੁਸੀਂ ਕੀ ਕਹਿ ਰਹੇ ਸੀ ਮੈਂ ਕਹਿ ਰਹੀ ਸੀ ਪਾਪਾ ਕੋ ਤਾਂ ਪੈਸੇ ਮੰਗਦਾ ਹੀ ਨਹੀਂ ਸੀ ਅਨਮੋਲ ਪੈਸੇ ਨਹੀਂ ਮੰਗਦਾ ਸੀ ਅਨਮੋਲ ਸਿਰਫ ਲਿਸਟ ਬਣਾ ਕੇ ਲਗਾ ਦਿੰਦਾ ਸੀ ਮੰਮਾ ਪੈਸੇ ਮੇਰੇ ਲੈ ਲਿਓ ਤਾਂ ਕਾਲਜ ਜਾਣਾ ਤੇ ਲਿਖ ਕੇ ਦੇ ਦੇਣਾ ਜੀ ਆਹ ਮੇਰੇ ਗੱਡੀ ਦਾ ਤੇਲ ਆ ਮੇਰੇ ਬਾਈਕ ਦਾ ਤੇਲ ਆ ਮੇਰੇ ਜਿਮ ਦੀ ਫੀਸ ਆ ਮੇਰੀ ਡਾਈਟ ਤੇਆ ਮੇਰਾ ਖਰਚਾ ਟੋਟਲ ਕਰਕੇ ਮੈਨੂੰ ਦੇ ਦੋ ਮੈਨੂੰ ਅੱਜ ਵੀ ਯਾਦ ਹੈ ਅਨਮੋਲ ਲਿਸਟ ਬਣਾਣੀ ਮੰਮਾ ਆਜੀ ਪੈਸੇ ਲੈ ਲੈਣਾ ਵਾਪਾ ਤਾਂ ਲਿਸਟ ਡੈਕਸ਼ਨ ਉੱਤੇ ਲਗਾ ਦਨੀ ਤੇ ਬਾਅਦ ਚੋਂ ਅੰਦਰ ਦੇਖੀ ਜਾਣਾ ਕਿ ਹੁਣ ਮੰਮਾ ਨੇ ਕਿਹਾ ਨਹੀਂ ਫਿਰ ਮੈਨੂੰ ਇਸ਼ਾਰੇ ਕਰਨਾ ਪਾਪਾ ਸੇ ਬੋਲੋ ਪੈਸੇ ਲੈ ਲਓ ਫਿਰ ਪਾਪਾ ਨੇ ਸਲੀਪ ਲੈ ਕੇ ਜਦੋਂ ਅਕਾਊਂਟ ਕਰਨੀ ਕਹਿਣਾ ਇਹ ਤੇ ਟੋਟਲ 28 ਬੰਦਾ ਲਿਖਿਆ ਤੇ ਕਹਿੰਦਾ ਇਹ ਤਾਂ ਥੋੜੇ ਬਹੁਤੇ ਉਪਰੋ ਲੱਗ ਗਏ ਹਾਂ ਮੈਨੂੰ ਵੀ ਉਹ ਚੀਜ਼ ਯਾਦ ਆ ਕਾਫੀ ਵਧੀਆ ਹੋਇਆ ਤੇ ਮੈਨੂੰ ਨਾ ਇਹ ਵੀ ਬੜੇ ਲੋਕ ਪੁੱਛਦੇ ਨੇ ਕਿ ਤੂੰ ਕਾਲਜ ਦੇ ਵਿੱਚ ਬੜੀ ਇੰਜੋਏ ਕੀਤਾ ਲਾਈਫ ਜਦੋਂ ਅਸੀਂ ਬੰਕ ਮਾਰਦੇ ਸੀ ਤੇ ਫਿਲਮਾਂ ਦੇਖਿਆ ਜਾਂਦੇ ਸੀ ਤੇ ਮੈਂ ਆਪਣੀ ਮਾਂ ਨੂੰ ਫੋਨ ਕਰ ਦਿੰਦਾ ਸੀਗਾ ਕਿ ਮੈਂ ਫਿਲਮ ਦੇਖਣ ਚੱਲਾਂ ਤੇ ਤੁਸੀਂ ਵੀ ਕਹਿਣਾ ਖੜੇ ਮਤੇ ਠੀਕ ਹੈ ਬੇਟਾ ਕੁਝ ਖਾ ਲਿਆ ਫਿਲਮ ਦੇਖ ਕੇ ਆ ਜੀ ਇਹ ਤੁਹਾਡਾ ਦਿਲ ਕਿੱਥੋਂ ਆ ਅੱਗੋਂ ਡਾਂਟਦੇ ਕਿਉਂ ਨਹੀਂ ਸੀ ਕਿ ਤੂੰ ਗਿਆ ਕਾਲਜ ਪੜ੍ਹਨ ਆ ਤੂੰ ਫਿਲਮ ਦੇਖਣ ਚੱਲਣਾ ਇਹ ਹੈ ਪਿਓ ਇਹ ਮੇਰੇ ਪਾਪਾ ਤੋਂ ਮੈਂ ਆਪਣੇ ਪਾਪਾ ਨੂੰ ਬਹੁਤ ਪਿਆਰ ਕਰਦੀ ਸੀ ਹੈ ਤਾਂ ਮੰਮੀ ਪਾਪਾ ਦੋਨਾਂ ਨੂੰ ਪਰ ਮੇਰੇ ਪਾਪਾ ਨਾਲ ਬਾਂਡਿੰਗ ਥੋੜੀ ਜ਼ਿਆਦਾ ਸੀ ਕਿ ਜਦੋਂ ਬਾਕੀਆਂ ਕੁੜੀਆਂ ਨੂੰ ਰੋਕਿਆ ਜਾਂਦਾ ਸੀ ਉਸ ਟਾਈਮ ਬੜੀਆਂ ਪਾਬੰਦੀਆਂ ਹੁੰਦੀਆਂ ਸੀ ਸਕਤੀਆਂ ਬਹੁਤ ਹੁੰਦੀਆਂ ਕਾਲਜ ਜਾਣਾ ਪਿੱਛੇ ਮਤਲਬ ਕਿ ਮੇਰੇ ਪਾਪਾ ਨੇ ਕਦੀ ਸਟਿੱਕਨੈਸ ਨਹੀਂ ਕੀਤੀ ਸੀ ਪਰ ਮੇਰੇ ਪਾਪਾ ਹਮੇਸ਼ਾ ਕਹਿੰਦੇ ਸੀ ਜੋ ਹੋਏਗਾ ਬੇਟਾ ਪਹਿਲੇ ਮੈਨੂੰ ਆ ਕੇ ਦੱਸਣਾ ਮੈਨੂੰ ਬਾਹਰੋਂ ਨਾ ਲੋਕਾਂ ਤੋਂ ਪਤਾ ਲੱਗੇ ਕੋਈ ਵੀ ਗੱਲ ਹੋਏਗੀ ਨਾ ਪਹਿਲਾਂ ਮੈਨੂੰ ਆ ਕੇ ਸ਼ੇਅਰ ਕਰਨੀ ਤੇ ਇਹ ਗੱਲ ਮੈਂ ਆਪਣੇ ਪਾਪਾ ਤੋਂ ਸਿੱਖੀ ਸੀ ਕਿ ਤੁਸੀਂ ਜਿੰਨਾ ਬੱਚੇ ਨੂੰ ਖਿੱਚੋਗੇ ਰੋਕੋਗੇ ਨਾ ਜਿੰਨਾ ਤੁਸੀਂ ਫਰੈਂਡ ਸਰਕਲ ਰੱਖੋਗੇ ਫਰੈਂਡਸ ਨਾਲ ਉਹ ਤਾਂ ਨਾ ਖੁੱਲ ਕੇ ਗੱਲ ਕਰੋਗੇ ਜਿੱਥੋਂ ਤੁਸੀਂ ਬੱਚੇ ਨੂੰ ਰੋਕੋਗੇ ਉਹ ਗਲਤ ਹੈ ਈ ਉਸ ਟਾਈਮ ਦੇ ਵਿੱਚ ਇਹ ਮਤਲਬ ਮਾਈਂਡਸੈਟ ਬਣਾਣਾ ਕਿ ਬੱਚਿਆਂ ਨਾਲ ਖੁੱਲ ਕੇ ਰੋ ਦੋਸਤੀ ਕਰਕੇ ਰੋ ਇਹ ਬੜੀ ਵੱਡੀ ਗੱਲ ਹੈ ਅੱਜ ਦੇ ਮਾਪੇ ਆਪਣੇ ਬੱਚਿਆਂ ਨੂੰ ਕੁਝ ਮਾਪੇ ਜਿਹੜੇ ਡਰ ਦੇ ਜ਼ੋਰ ਤੇ ਰੱਖ ਰਹੇ ਨੇ ਕਿ ਸਾਡੇ ਤੱਕ ਇਹ ਗੱਲ ਨਾ ਪਹੁੰਚੇ ਤੋ ਸਾਡੀ ਇੱਜ਼ਤ ਨਾ ਰੋਲਦੀ ਜਾਂ ਇਦਾਂ ਇਦਾਂ ਇਹ ਤੁਹਾਡੇ ਪਾਪਾ ਜੀ ਮੇਰੇ ਨਾਨਾ ਜੀ ਉਦੋਂ ਹੀ ਇਨੇ ਮਾਡਰਨ ਹੋਗੇ ਸੀ हां ओ मॉडर्न से ਸਾਡੇ ਵੀ ਨਾ ਜੁਆਇੰਟ ਫੈਮਿਲੀ ਇਦਾਂ ਹੁੰਦੀ ਸੀ ਚਾਚੇ ਤਾਏ ਬਹੁਤ ਵੱਡਾ ਪਰਿਵਾਰ ਪੂਰੀ ਗਲੀ ਦੀ ਗਲੀ ਆਪਣੇ ਹੁੰਦੀ ਸੀ ਉਲਟਾ ਸਭ ਕੁਝ ਜਿਹੜੇ ਡੈਡੀ ਦੇ ਚਾਚੇ ਤਾਏ ਉਹਨਾਂ ਨੇ ਸਾਡੇ ਤੇ ਸਖਤੀ ਰੱਖਣੀ ਕਿ ਕਾਲਜ ਆ ਰਹੀ ਐ ਪਿੱਛੇ ਜਾਣਾ ਸਿੱਧੇ ਜਾ ਰਹੀ ਕਿਸੇ ਨਾਲ ਗਲਤ ਤਾਂ ਨਹੀਂ ਕਰ ਰਹੀ ਜਾਂ ਕਿਦਾਂ ਪਰ ਮੇਰੇ ਪਾਪਾ ਦਾ ਮਾਈਂਡ ਇਦਾਂ ਨਹੀਂ ਸੀ ਕਹਿੰਦੇ ਬੇਟਾ ਮੈਂ ਪਿੱਛੇ ਬੈਠਾ ਬਸ ਤੂੰ ਗਲਤ ਨਹੀਂ ਹੋਣੀ ਚਾਹੀਦੀ ਤੇਰੀ ਗੱਲ ਪਹਿਲੇ ਮੈਨੂੰ ਪਤਾ ਹੋਣੀ ਚਾਹੀਦੀ ਦੂਸਰੇ ਤੋਂ ਮੈਂ ਨਾ ਸੁਣਾ ਤੇ ਬਹੁਤ ਪਾਪਾ ਨੇ ਉਸ ਟਾਈਮ ਤੇ ਅੱਜ ਦੇ ਬੱਚਿਆਂ ਦੇ ਤੁਸੀਂ ਕੀ ਫਰਕ ਸਮਝਦੇ ਹੋ ਅੱਜ ਦੇ ਬੱਚੇ ਕਿਦਾਂ ਦੇ ਨੇ ਅੱ ਕੀ ਬਦਾ ਬੱਚਾ ਉਹ ਸਹੀ ਵੀ ਹੋਵੇ ਔਰ ਰਹੀ ਏਜ ਦੀ ਗੱਲ ਏਸ ਤੇ ਹਰ ਬੱਚੇ ਤੇ ਆਣੀ ਹੈ ਤੁਹਾਡੀ ਗੱਲ ਇਹ ਸਹੀ ਲੱਗਦੀ ਸੀ ਤੁਸੀਂ ਫੋਨ ਕਰਕੇ ਮੈਨੂੰ ਦੱਸਦੇ ਸੀ ਮੈਨੂੰ ਲੋਕਾਂ ਤਾਂ ਨਹੀਂ ਪਤਾ ਲੱਗਦਾ ਸੀ ਅੱਜ ਮੁੰਡੇ ਨੇ ਬੰਕ ਲਗਾਇਆ ਅੱਜ ਮੂਵੀ ਦੇਖਣ ਗਿਆ ਕਿਉਂਕਿ ਮੈਨੂੰ ਖੁਦ ਮੂਵੀ ਨੂੰ ਮੂਵੀ ਦਾ ਬਹੁਤ ਸ਼ੌਂਕ ਸੀ ਮੈਂ ਵੀ ਫਿਲਮਾਂ ਤੋਂ ਬਹੁਤ ਕੁਝ ਸਿੱਖਿਆ ਪੋਜ਼ਿਟਿਵਿਟੀ ਕਿ ਇੱਕ ਤਾਂ ਹੁੰਦਾ ਨਾ ਹੀਰੋ ਇੱਕ ਹੁੰਦੇ ਵਿਲਨ ਮੈਂ ਬਸ ਇਹ ਪਰਮਾਤਮਾ ਨੂੰ ਕਹਿੰਦੇ ਸੀ ਜਿਹੜਾ ਹੀਰੋ ਹੋਏਗਾ ਨਾ ਬਸ ਉਹੀ ਤੂੰ ਮੈਨੂੰ ਮਿਲਾਈ ਉਹ ਜਸ ਤਾਂ ਤੁਸੀਂ ਕਹਿੰਦੇ ਕਿ ਗਲਤ ਬੰਦੇ ਨਾਲ ਮੇਰਾ ਸਾਥ ਨਹੀਂ ਹੁੰਦਾ ਔਰ ਪਰਮਾਤਮਾ ਕਰੇ ਐਸ ਦਾ ਕੰਪਨੀ ਸੋਦਾ 컬러 ਜੈਸੀ ਸੰਗਤ ਵੈਸੀ ਰੰਗਤ ਔਰ ਜੇ ਤੁਸੀਂ ਪਰਮਾਤਮਾ ਨਾਲ ਜੁੜੇ ਹੋ ਤਾਂ ਪਰਮਾਤਮਾ ਤੁਹਾਨੂੰ ਮਿਲਾਏਗਾ ਵੀ ਰਾਈਟ ਬੰਦੇ ਨਾਲ ਰੋਂਗ ਬੰਦੇ ਕਦੀ ਨਹੀਂ ਮਿਲਾਏਗਾ ਕੋਈਨ ਮੋਲਜੀ ਦੀ ਬਚਪਨ ਦੀ ਗੱਲ ਸੁਣਾਓ ਕਿ ਬਚਪਨ ਚ ਕਿਵੇਂ ਦੇ ਸੀ ਸ਼ਰਾਰਤੀ ਸੀ ਲੜਾਕੂ ਸੀ ਪੜਾਕੂ ਸੀ ਇਮਾਨਦਾਰ ਸੀ ਕਿ ਤੇਜ ਸੀ ਕਿਦਾਂ ਦਾ ਸੀ ਬਹੁਤ ਐਕਟਿਵ ਸੀ ਲੜਦਾ ਜਿਹੜਾ ਹੁੰਦਾ ਸੀ ਬੱਚਿਆਂ ਨਾਲ ਖੇਡਦਾ ਹੁੰਦਾ ਸੀ ਪਰ ਮਾਰਦਾ ਕਦੀ ਨਹੀਂ ਸੀ ਆ ਕੇ ਘਰ ਚਾਚੂ ਕਾ ਆ ਜਾਂਦਾ ਸੀ ਉਸਨੇ ਮੇਰੇ ਕੋ ਮਾਰਿਆ ਜਾਂ ਦਾਦੀ ਕੋ ਉਸਨੇ ਮੇਰੇ ਕੋ ਮਾਰਤਾ ਹੈ ਖੁਦ ਨਹੀਂ ਮਾਰ ਕੇ ਆਂਦਾ ਸੀ ਖੁਦ ਬਸ ਕੰਪਲੇਨ ਲੈ ਕੇ ਘਰ ਆ ਜਾਂਦਾ ਸੀ ਕਿ ਘਰ ਦੇ ਫਿਰ ਜਾਂਦੇ ਸੀ ਚਾਚੂ ਜਾਣਾ ਦਾਦੀ ਨੇ ਜਾਣਾ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਖੁਦ ਨਹੀਂ ਮਾਰਦਾ ਸੀ ਔਰ ਬਹੁਤ ਨਾਈ ਸੀ ਇੱਕ ਵਾਰ ਅਸੀਂ ਜਾ ਰਹੇ ਸੀ ਹੁਸ਼ਾਰਪੁਰ ਤੇ ਖਰਚਾ ਮਿਲਦਾ ਸੀ ਖਰਚੇ ਮੈਂ 100 ਰੁਪਏ ਦੀ ਪਾਕਟ ਚ ਪਾਤੇ ਤਾਂ 5 ਰੁਪਏ ਰਿਕਸ਼ਾ ਦਾ ਕਰਾਇਆ ਹੁੰਦਾ ਸੀ

ਜਿਹੜੀ ਗੱਲ ਆਪਾਂ ਸੋਚ ਕੇ ਆ ਸੀਗੀ ਉਹ ਮੰਮਾ ਨੇ ਬੋਲ ਦਿੱਤੀ ਨਹੀਂ ਨਹੀਂ ਸੋਚ ਕੇ ਨਹੀਂ ਆਈ ਸੀਗੀ ਕਿਉਂਕਿ ਤੁਸੀਂ ਤਾਂ ਸਾਨੂੰ ਕੁਝ ਦੱਸਿਆ ਹੀ ਨਹੀਂ ਕੀ ਕੀ ਪੁੱਛੋਗੇ ਤਾਂ ਜੋ ਸੱਚ ਹੈ ਉਹੀ ਹਾਂ ਤੁਹਾਨੂੰ ਦੱਸ ਰਹੇ ਆਂ ਅੱਜ ਕੱਲ ਕੀ ਚੱਲ ਰਿਹਾ ਜ਼ਿੰਦਗੀ ਦੇ ਵਿੱਚ ਅੱਜ ਕੱਲ ਕਿਵੇਂ ਮਾਹੌਲ ਬਹੁਤ ਅੱਛਾ ਅੱਜ ਕੱਲ ਹੁਣ ਅਸੀਂ ਅਨਮੋਲ ਜੀ ਕੋਲੋਂ ਇੰਨਾ ਕੁ ਸਿੱਖ ਰਹੇ ਆਂ ਕਿ ਮੈਨੂੰ ਨਹੀਂ ਪਤਾ ਕਿ ਲੋਕ ਕੀ ਸਿੱਖ ਰਹੇ ਨੇ ਅਨਮੋਲ ਜੀ ਕੋਲੋਂ ਜਾਂ ਸੜ ਰਹੇ ਨੇ ਜਾਂ ਕੁਝ ਵੀ ਹੈ ਪਰ ਸਾਡੀ ਕਿਸਮਤ ਜਿਹੜੀ ਹੈ ਸਾਡਾ ਜਿਹੜਾ ਆਨ ਆਲਾ ਟਾਈਮ ਹੈ ਉਹ ਅਨਮੋਲ ਜੀ ਨੇ ਸਾਨੂੰ ਸੁਧਾਰ ਦਿੱਤਾ ਕਿਉਂਕਿ ਸਾਡੇ ਮਨ ਦੇ ਵਿੱਚ ਕਦੀ ਹੁੰਦਾ ਸੀ ਕਿਸੇ ਦੇ ਪ੍ਰਤੀ ਕੀ ਕੁਝ ਕਰ ਲਓ ਕੁਝ ਕਰ ਲਓ ਲੇਕਿਨ ਹੁਣ ਰੈਗੂਲਰ ਅਨਮੋਲ ਜੀ ਸਾਨੂੰ ਕਰਮਾਂ ਦੇ ਬਾਰੇ ਜਦੋਂ ਆਪਾਂ ਕਿਸੇ ਨੂੰ ਸੁਣਦੇ ਆ ਉਹਦੀ ਗੱਲ ਸੁਣੀਏ ਤਾਂ ਹਮੇਸ਼ਾ ਅਨਮੋਲ ਜੀ ਨੇ ਕਰਮਾਂ ਦੇ ਉੱਤੇ ਗੱਲ ਕੀਤੀ ਹੈ ਕਿ ਆਪਣੇ ਕਰਮ ਸੁਧਾਰੋ ਤਾਂ ਉਹਦੇ ਤੋਂ ਅਸੀਂ ਕਾਫੀ ਮਤਲਬ ਆਪਣਾ ਜੀਵਨ ਬਦਲ ਰਹੇ ਹਾਂ ਕਿ ਠੀਕ ਹੈ ਯਾਰ ਦੋ ਪਲਾਟ ਘੱਟ ਰਹਿ ਜਾਣਗੇ 10-20 ਲੱਖ ਰੁਪਏ ਘੱਟ ਰਹਿ ਜਾਊਗਾ ਪਰ ਜੇ ਸਾਡੀ ਵਜ੍ਹਾ ਨਾਲ ਅਗਰ ਕੋਈ ਖੁਸ਼ ਹੋ ਰਿਹਾ ਤਾਂ ਉਹਨੂੰ ਕਰ ਦੇਣਾ ਚਾਹੀਦਾ ਉਹ ਵੀ ਸਾਡੇ ਕਰਮ ਹੈ ਔਰ ਰੈਗੀ ਗੱਲ ਕੀ ਆਪਣਾ ਬੰਦੇ ਨੂੰ ਆਪਣੇ ਆਪ ਨੂੰ ਵੀ ਬਚਾਉਣਾ ਚਾਹੀਦਾ ਹੈ ਇਹ ਨਹੀਂ ਕਿ ਆਪਣਾ ਸਾਰਾ ਕੁਝ ਤੁਸੀਂ ਲੂਟਾ ਦਿਓ ਕਿਉਂਕਿ ਕੱਲ ਨੂੰ ਕੱਲ ਦਾ ਟਾਈਮ ਕਿਸੇ ਨੇ ਨਹੀਂ ਦੇਖਿਆ ਕੱਲ ਕੀ ਹੋ ਸਕਦਾ ਤਾਂ ਉਹਦੇ ਲਈ ਸਭ ਨੂੰ ਡਿਪੋਜ਼ਿਟ ਵੀ ਕਰਨਾ ਚਾਹੀਦਾ ਹੈ ਲੇਕਿਨ ਆਪਣੇ ਕਰਮ ਵੀ ਬਚਾਣੇ ਚਾਹੀਦੇ ਨੇ ਕਿਉਂਕਿ ਚੀਤਾ ਤੋਂ ਬਾਅਦ ਜਿਹੜੇ ਹਨ ਉਹ ਆਪਣੇ ਨਾਲ ਕਰਮ ਹੀ ਜਾਣੇ ਆ ਆਪਣੇ ਨਾਲ ਬੱਚਿਆਂ ਨੇ ਨਹੀਂ ਜਾਣਾ ਵਾਈਫ ਨੇ ਨਹੀਂ ਜਾਣਾ ਉੱਥੇ ਤਾਂ ਅਮਲਾਂ ਦੇ ਆਪਾਂ ਸਭ ਸੁਣਦੇ ਆ ਕਿ ਉੱਥੇ ਅਮਲਾਂ ਦੇ ਹੋਣੇ ਨੇ ਨਿਵੇੜੇ ਲੇਕਿਨ ਉਹਦੇ ਕੋਈ ਵਰਡ ਲੈਣ ਨੂੰ ਤਿਆਰ ਹੀ ਨਹੀਂ ਕੀ ਉੱਥੇ ਆਪਣੇ ਕਰਮਾਂ ਦਾ ਹਿਸਾਬ ਹੋਣਾ ਹੈ ਉੱਥੇ ਕੋਈ ਨਹੀਂ ਤੁਹਾਡਾ ਹੋਏਗਾ ਸੰਗੀ ਸਾਥੀ ਕੋਈ ਨਹੀਂ ਹੋਏਗਾ ਉੱਥੇ ਕੁਝ ਵੀ ਨਹੀਂ ਤੁਹਾਨੂੰ ਨਾਲ ਜਾਣਾ ਉੱਥੇ ਤੁਹਾਨੂੰ ਇਕੱਲੇ ਸਿਰਫ ਕਰਮਾਂ ਦੇ ਉੱਤੇ ਹੀ ਸਾਰੀ ਤੁਹਾਡੀ ਨਪਟਾਰੇ ਹੋਣੇ ਆ ਕਿ ਤੁਸੀਂ ਜੀਵਨ ਦੇ ਵਿੱਚ ਕੀਤਾ ਕੀ ਪਹਿਲਾਂ ਤਾਂ ਸਾਨੂੰ ਆਪਣੇ ਆਪ ਨੂੰ ਹੀ ਪੁੱਛਣਾ ਚਾਹੀਦਾ ਮੈਂ ਆਪਣੇ ਆਪ ਨੂੰ ਹੀ ਪੁੱਛਦਾ ਕਿ ਯਾਰ ਮੈਂ ਦੁਨੀਆ ਤੇ ਕਰਨ ਕਿ ਆਇਆ ਸੀ ਕੀ ਕਰਨਾ ਆਇਆ ਸੀ ਮੈਨੂੰ ਖੁਦ ਹੀ ਨਹੀਂ ਪਤਾ ਆਪਾਂ ਤਾਂ ਉਹਦੇ ਵਿੱਚ ਹੀ ਲੱਗ ਗਏ ਕਿ ਪ੍ਰਾਪਰਟੀ ਇਕੱਠੀ ਕਰ ਲਈ ਵਿਆਹ ਕਰਾ ਲੇ ਬੱਚੇ ਹੋ ਗਏ ਤਾਂ ਬਿਜ਼ਨਸ ਖੜੇ ਕਰ ਲੇ ਵੱਡੇ ਵੱਡੇ ਐਮਪਾਇਰ ਖੜੇ ਕਰ ਲੇ ਲੇਕਿਨ ਆਪਾਂ ਨੂੰ ਇਹੀ ਨਹੀਂ ਪਤਾ ਕਿ ਆਪਾਂ ਕਰਨ ਕਿਉਂ ਆਏ ਸੀ ਕਿਉਂਕਿ ਜਿਹੜੇ ਆਪਾਂ ਕਾਫੀ ਦਿਨਾਂ ਤੋਂ ਮੈਂ ਮਤਲਬ ਮੇਰੇ ਮਨ ਚ ਡਿਸਕਸ ਚੱਲ ਰਹੀ ਹੈ ਕਿ ਭਗਵਾਨ ਸ਼੍ਰੀ ਰਾਮ ਜੀ ਸੀਗੇ ਸ਼ੰਕਰ ਭਗਵਾਨ ਜੀ ਸੀਗੇ ਭਗਵਾਨ ਕ੍ਰਿਸ਼ਨ ਸੀਗੇ ਗੁਰੂ ਨਾਨਕ ਦੇਵ ਜੀ ਸੀਗੇ ਅਰਜਨ ਦੇਵ ਜੀ ਸੀਗੇ ਇਹਨਾਂ ਨੂੰ ਲੋਕ ਕਿਉਂ ਯਾਦ ਕਰਦੇ ਆ ਉਹਦਾ ਕੋਈ ਕਾਰਨ ਹੀ ਨਹੀਂ ਸਮਝਦਾ ਸਿਰਫ ਯਾਦ ਕਰ ਰਹੇ ਨੇ ਲੇਕਿਨ ਕਿਉਂ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਆਪਣਾ ਜੀਵਨ ਲਗਾਇਆ ਸੇਵਾ ਦੇ ਵਿੱਚ ਕੀ ਆਪਾਂ ਇਹ ਸਮਝ ਨਹੀਂ ਸਕਦੇ ਕਿ ਉਸ ਟਾਈਮ ਇੰਨਾ ਵੱਡਾ एंपਾਇਰ ਸੀ ਬਾਬੇ ਨਾਨਕ ਦਾ ਉਹਨਾਂ ਦੇ ਪਿੱਛੇ ਇੰਨਾ ਵੱਡਾ एंपਾਇਰ ਸੀ एंपਾਇਰ ਕੌਣ ਸੀ ਦੁਨੀਆ ਸੀ ਉਹਨਾਂ ਦੀਆਂ ਜੇਬਾਂ ਸੀ ਉਹਨਾਂ ਦਾ ਪੈਸਾ ਸੀ ਤੇ ਉਹ ਪੈਸਾ ਨਹੀਂ ਇਕੱਠਾ ਕਰ ਸਕਦੇ ਸੀ ਲੇਕਿਨ ਉਹਨਾਂ ਨੂੰ ਸਮਝ ਆ ਚੁੱਕੀ ਸੀ ਕਿ ਇਸ ਸੰਸਾਰ ਨੂੰ ਉਤਾਰਨ ਲਈ ਆਏ ਸੀ ਆਪਾਂ ਠੀਕ ਹੈ ਉਹਨਾਂ ਦੇ ਚਰਣਾ ਬਰਾਬਰ ਵੀ ਜੁੱਤੀ ਬਰਾਬਰ ਵੀ ਨਹੀਂ ਬਣ ਸਕਦੇ ਪਰ ਲੇਕਿਨ ਆਪਾਂ ਉਹਨਾਂ ਦੀ ਕਈ ਹੋਈ ਗੱਲ ਤੇ ਤਾਂ ਚੱਲੀਏ ਜਿਵੇਂ ਕਿ ਪਰਸੋਂ ਹੀ ਮੈਂ ਸੁਣ ਰਿਹਾ ਸੀ ਜੱਸਾ ਜੀ ਕਹਿ ਰਹੇ ਸੀਗੇ ਤੁਹਾਡੇ ਬ੍ਰੌਡਕਾਸਟ ਦੇ ਵਿੱਚ ਕਿ ਉਹਨਾਂ ਨਾਮ ਕੀ ਲੋਕ ਲੰਗਰ ਲਾ ਰਹੇ ਨੇ ਸਾਡੇ ਤਾਂ ਯਾਰ ਪਿਓ ਦੇ ਚਾਰ ਪੁੱਤਰ ਵਾਰ ਦਿੱਤੇ ਤੇ ਆਪਾਂ ਜਲੇਬੀਆਂ ਦੇ ਲੰਗਰ ਲਾਈ ਜਾ ਰਹੇ ਆ ਆਪਾਂ ਖੁਸ਼ੀਆਂ ਮਨਾਈ ਜਾ ਰਹੇ ਆ ਆਪਾਂ ਪਟਾਕੇ ਚਲਾਈ ਜਾ ਰਹੇ ਆ ਹਨਾ ਦੇਖੋ ਦੀਵਾਲੀ ਦੇ ਉੱਤੇ ਭਗਵਾਨ ਸ਼੍ਰੀ ਰਾਮ বনਵਾਸ ਕੱਟ ਕੇ ਆਏ ਸੀ ਸਾਨੂੰ ਸਵਾਗਤ ਕਰਨਾ ਚਾਹੀਦਾ ਉਹਨਾਂ ਦਾ ਲੇਕਿਨ ਆਪਾਂ ਪਟਾਕੇ ਚਲਾ ਕੇ ਆਪਣਾ ਇੰਜੋਏ ਕਰਕੇ ਉਹਨਾਂ ਦਾ ਸਵਾਗਤ ਕਰ ਰਹੇ ਆ ਇਹ ਮੈਨੂੰ ਉਹਨਾਂ ਦੀ ਗੱਲ ਜਿਹੜੀ ਹੈ ਨਾ ਉਹ ਮੇਰੇ ਅੰਦਰ ਗੱਲ ਕਰ ਕਰ ਕਿਵੇਂ ਸਵਾਗਤ ਕਰਨਾ ਚਾਹੀਦਾ ਤੁਹਾਡੇ ਹਿਸਾਬ ਨਾਲ ਇਹਨਾਂ ਦਿਨਾਂ ਨੂੰ ਜਾਂ ਇਨਸਾਨ ਨੂੰ ਆਪਣੇ ਖੁਸ਼ੀ ਦੇ ਮੌਕੇ ਕਿਵੇਂ ਸੈਲੀਬ੍ਰੇਟ ਕਰਨੇ ਚਾਹੀਦੇ ਮੈਂ ਤੁਹਾਨੂੰ ਦੱਸਦਾ ਕਿ ਆਪਣੇ ਸੈਲੀਬ੍ਰੇਟ ਐਦਾ ਕਰਨੇ ਚਾਹੀਦੇ ਨੇ ਜਦੋਂ ਜਦੋਂ ਤੁਸੀਂ ਕਿਸੇ ਨੂੰ ਯਾਦ ਕਰ ਰਹੇ ਹੋ ਮੰਨ ਲਓ ਕਿਸੇ ਨੂੰ ਯਾਦ ਕਰ ਰਹੇ ਹੋ ਤੁਸੀਂ ਜਦੋਂ ਕਿਸੇ ਦਾ ਕੋਈ ਮਤਲਬ ਕੰਮ ਕਰ ਦੋਗੇ ਕਿਸੇ ਨੂੰ ਮੈਡੀਸਿਨ ਲੈ ਕੇ ਦੇ ਦੋਗੇ ਕਿਸੇ ਦਾ ਇਲਾਜ ਕਰਾ ਦੋਗੇ ਅਨਮੋਲ ਜੀ ਤੁਸੀਂ ਮੰਨੋ ਕਿ ਤੁਹਾਡੇ ਕੋਲ ਤਾਂ ਪੇਸ਼ੈਂਟ ਆਂਦੇ ਆਂਦੇ ਆ ਲੇਕਿਨ ਤੁਹਾਡੇ ਨਾਮ ਲੈ ਕੇ ਤੁਹਾਡਾ ਜਰੀਆ ਮਨ ਲਓ ਤੁਹਾਨੂੰ ਬਣਾ ਕੇ ਸਾਡੇ ਕੋਲ ਇੰਨੀਆਂ ਪ੍ਰੋਬਲਮਸ ਆਉਂਦੀਆਂ ਨੇ ਕਿ ਲੋਕਾਂ ਨੂੰ ਅਸੀਂ ਸੁਣ-ਸੁਣ ਕੇ ਉਹ ਸੋਚਦੇ ਆ ਕਿ ਯਾਰ ਲੋਕ ਕਿੰਨੀ ਪ੍ਰੋਬਲਮਸ ਵਿੱਚ ਨੇ ਕਿੰਨੀਆਂ ਪ੍ਰੋਬਲਮ ਨੇ ਲੋਕਾਂ ਨੂੰ ਮਨ ਲਓ ਮੇਰੇ ਫਾਦਰ ਦੀ ਵਰਸੀ ਹੋਵੇ ਮੰਨ ਲਓ ਤਾਂ ਮੈਂ ਨਹੀਂ ਚਾਹਾਂਗਾ ਕਿ ਮੈਂ ਉੱਤੇ ਲੰਗਰ ਲਾਵਾਂ ਮੈਂ ਚਾਹਾਂਗਾ ਕਿ ਯਾਰ ਕਿਸੇ ਨੂੰ ਆਪਾਂ ਕਿਸੇ ਨੂੰ ਖੁਸ਼ ਕਰ ਦਈਏ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਅਨਮੋਲ ਜੀ ਸਿਰਫ ਥੋੜੇ ਜਿਹਾ ਮੇਰਾ ਕੋਈ ਟਾਰਗੇਟ ਹੈਗਾ ਉਸ ਤੋਂ ਬਾਅਦ ਆਪਾਂ ਵੀ ਕੁਝ ਉਹ ਕਰਾਂਗੇ ਦੁਨੀਆ ਲਈ ਕਿ ਲੋਕ ਯਾਦ ਕਰਨ ਐਸਾ ਕੀ ਕਰੂੰਗਾ ਜਿਹੜਾ ਮੈਨੂੰ ਨਹੀਂ ਦੱਸਿਆ ਅਜੇ ਤੱਕ ਤੁਹਾਨੂੰ ਪਤਾ ਲੱਗੇਗਾ ਇਸ ਚੀਜ਼ ਦਾ ਉਹਦਾ ਕਾਰਨ ਹੈ ਕਿਉਂਕਿ ਨਾ ਸਾਰੇ ਲੋਕ ਕਹਿੰਦੇ ਕਿ ਯਾਰ ਮਤਲਬ ਮੈਨੂੰ ਵੀ ਮੇਰੇ ਦੋਸਤ ਕਹਿੰਦੇ ਕਿ ਯਾਰ ਤੂੰ ਅਨਮੋਲ ਨੂੰ ਕਿਹੜੇ ਕੰਮ ਲਾਇਆ ਹੋਇਆ ਤਾਂ ਮੈਂ ਉਹਨਾਂ ਨੂੰ ਵੀ ਅੱਜ ਦੱਸਣਾ ਚਾਹਨਾ ਕਿ ਅਸੀਂ ਦੁਨੀਆ ਤੋਂ ਉਹ ਇਕੱਠਾ ਕਰਕੇ ਜਾਣਾ ਜਦੋਂ ਜਾਈਏ ਨਾ ਤੇ ਲੋਕ ਰੋ ਪੈਣ ਤੇ ਪਰਮਾਤਮਾ ਵੀ ਪਛਤਾਵੇ ਕਿ ਯਾਰ ਮੇਰੇ ਕੋਲ ਕੰਪਿਊਟਰ ਦਾ ਬਟਨ ਤਾਂ ਨਹੀਂ ਗਲਤ ਦੱਬਿਆ ਗਿਆ ਕਿ ਮੈਂ ਕਿੰਨੂੰ ਬੁਲਾ ਲਿਆ ਥੱਲੋਂ ਐਸਾ ਕੁਝ ਕਰਕੇ ਜਾਓ ਕਿ ਲੋਕ ਭੇਜਣ ਵਾਲੇ ਨਾ ਤੁਹਾਡੇ ਲਈ ਮਹਿਸੂਸ ਕਰਨ ਕਿ ਅੱਜ ਸਾਡਾ ਕੁਝ ਚਲਾ ਗਿਆ ਉਹਦੇ ਲਈ ਤੁਹਾਨੂੰ ਇਮਾਨਦਾਰੀ ਰੱਖਣੀ ਪੈਗੀ ਸੱਚਾਈ ਰੱਖਣੀ ਪੈਗੀ ਜਦੋਂ ਤੁਸੀਂ ਪਰਮਾਤਮਾ ਦੇ ਵਿਸ਼ਵਾਸ ਰੱਖੋਗੇ ਕਿਸੇ ਨਾਲ ਧੋਖਾ ਨਹੀਂ ਕਰੋਗੇ ਤਾਂ ਪਰਮਾਤਮਾ ਆਪਣੇ ਆਪ ਹੀ ਤੁਹਾਨੂੰ ਬਰਕਤ ਪਾਊਗਾ ਕਿਉਂਕਿ ਅਗਰ ਪਰਮਾਤਮਾ ਸੇਵਾ ਵਾਲੀ ਡਿਊਟੀ ਸਾਨੂੰ ਦੇ ਸਕਦਾ ਨਾ ਤਾਂ ਉਹ ਪੈਸੇ ਤਾਂ ਵੰਜਿਆ ਨਹੀਂ ਲੱਕ ਸਕਦਾ ਇਹ ਤਾਂ ਆਪਣੀ ਆਪਣੀ ਸੋਚ ਹੈ ਤੁਹਾਡਾ ਬੈਸਟ ਫਰੈਂਡ ਕੌਣ ਹੈ ਮੇਰੇ ਬੈਸਟ ਫਰੈਂਡ ਮਤਲਬ ਸਮਝ ਲਓ ਹੁਣ ਬਹੁਤ ਜ਼ਿਆਦਾ ਹੋ ਚੁੱਕੇ ਨੇ ਉਹ ਵੀ ਸਮਝ ਲਓ ਕਿ ਅਨਮੋਲ ਜੀ ਤੁਹਾਡੀ ਵਜ੍ਹਾ ਨਾਲ ਇੰਨੇ ਸਰਕਲ ਬਣ ਗਿਆ ਹੋਇਆ ਪਰ ਮੈਂ ਪੁਰਾਣੇ 25 30 ਸਾਲ ਪੁਰਾਣੇ ਦੋਸਤਾਂ ਚੋਂ ਇੱਕੋ ਹੀ ਬੰਦੇ ਦੀ ਰਿਸਪੈਕਟ ਕਰਦਾ ਔਰ ਕਰਦਾ ਰਵਾਂਗਾ ਹਮੇਸ਼ਾ ਉਹ ਹੈਗੇ ਨਵੀਨ ਗੁਪਤਾ ਜਿਨ੍ਹਾਂ ਨੂੰ ਮਤਲਬ ਮੈਂ ਦਿਲ ਤੋਂ ਪੂਜਦਾ ਕਿਉਂ ਐਸਾ ਕੀ ਉਹਨਾਂ 'ਚ ਉਹਨਾਂ ਦੇ ਵਿੱਚ ਉਹ ਹੈ ਅਨਮੋਲ ਜੀ ਜਦੋਂ ਮੈਂ ਸੰਸਕਾਰ ਸ਼ੁਰੂ ਕੀਤੇ ਸੀ ਮੈਂ ਅੱਜ ਤੱਕ ਉਹਨਾਂ ਕੋਲੋਂ ਕਦੀ ਕੋਈ ਫਾਇਦਾ ਨਹੀਂ ਲਿੱਤਾ ਉਹ ਇਹ ਬ੍ਰਾਡਕਾਸਟ ਸੁਣਨਗੇ ਪਰ ਮੈਂ ਉਹਨਾਂ ਕੋਲ ਕਦੀ ਫਾਇਦਾ ਨਹੀਂ ਲਿੱਤਾ ਨਾ ਕਦੀ ਉਹਨਾਂ ਨੂੰ ਮੈਂ ਕਿਹਾ ਕਿ ਮੈਨੂੰ ਆ ਦੇ ਦਿਓ ਉਹ ਦੇ ਦਿਓ ਲੇਕਿਨ ਜਦੋਂ ਮੈਂ ਸੰਸਕਾਰ ਸਟਾਰਟ ਕੀਤੇ ਸੀ ਨਾ ਉਦੋਂ ਮੈਂ ਬੜੀ ਪ੍ਰੋਬਲਮ ਵਿੱਚ ਰਹਿੰਦਾ ਸੀ ਤਾਂ ਮੈਨੂੰ ਉਹਨਾਂ ਨੇ ਕਿਹਾ ਤੂੰ ਯਾਰ ਸਾਡੀ ਡਿਊਟੀ ਲਾਇਆ ਕਰ ਸੰਸਕਾਰਾਂ ਦੀ ਲੇਕਿਨ ਉਹਨਾਂ ਨੇ ਮੈਨੂੰ ਇੱਕ ਦਿਨ ਐਸਾ ਕਹਿਤਾ ਕਿ ਰਾਜੂ ਜੀ ਜਿੰਨੇ ਸੰਸਕਾਰ ਆਣਗੇ ਨਾ ਤੁਸੀਂ ਮੈਨੂੰ ਨਹੀਂ ਕਹਿਣਾ ਮੇਰੇ ਅਕਾਊਂਟਸ ਵਾਲੇ ਲੜਕੇ ਨੂੰ ਫੋਨ ਕਰ ਦੇਣਾ ਉਹ ਸਾਰੇ ਸੰਸਕਾਰ ਔਰ ਉਹੀ ਮੇਰੇ ਪਿੱਛੇ ਅੱਜ ਖੜੇ ਨੇ ਹੁਣ ਤਾਂ ਕਾਰਵਾ ਜੁੜਦਾ ਜਾ ਰਿਹਾ ਕਿਉਂਕਿ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਸੱਚਾਈ ਨਾਲ ਕੰਮ ਕਰ ਰਹੇ ਨੇ ਪਰ ਉਦੋਂ ਉਹਨਾਂ ਨੇ ਜ਼ੀਰੋ ਤੋਂ ਸਾਡੀ ਬਹੁਤ ਸਪੋਰਟ ਕੀਤੀ ਆ ਉਹ ਤਾਂ ਵਾਕਈ ਰੱਬ ਰੂਪ ਇਨਸਾਨ ਨੇ ਬਿਲਕੁਲ ਹਾਂਜੀ ਤੁਸੀਂ ਦੱਸੋ ਜੀ ਹੁਣ ਕੁਝ ਸੁਣਾਓ ਆਪਣੇ ਸਾਧ ਸੰਗ ਦੀ ਗੱਲ ਤੁਸੀਂ ਸਾਧ ਸੰਗ ਤੇ ਵੀ ਜਾਣਦੇ ਹੋ ਤੁਸੀਂ ਜੁੜੇ ਹੋ ਸਾਧ ਸੰਗ ਤੇ ਤੁਸੀਂ ਜਾਣੇ ਰਹੇ ਨੇ ਉੱਥੋਂ ਕੀ ਸਿੱਖਦੇ ਹੋ ਉਹਨਾਂ ਬਾਰੇ ਸਾਨੂੰ ਅੱਜ ਕੁਝ ਸਿਖਾਓ ਨਹੀਂ ਸਾਧ ਸੰਗ ਦਾ ਮਤਲਬ ਹੀ ਹੈ ਕਿ ਸੱਚ ਨਾਲ ਜੁੜਨਾ ਪਹਿਲੇ ਸਾਨੂੰ ਗੁਰੂ ਦਾ ਮਤਲਬ ਵੀ ਨਹੀਂ ਪਤਾ ਸੀ ਅਸੀਂ ਗੁਰੂ ਨੂੰ ਦੇ ਰੂਪ 'ਚ ਜਾ ਕੇ ਕਰਦੇ ਸੀ ਮੰਨਦੇ ਸੀ ਕਿ ਉਹ ਵੀ ਸਾਨੂੰ ਆਪਣੇ ਨਾਲ ਨਹੀਂ ਜੋੜਦੇ ਸੀ ਉਹ ਵੀ ਬਾਣੀ ਨਾਲ ਹੀ ਜੋੜਦੇ ਸੀ ਕਹਿੰਦੇ ਨਾ ਗੁਰੂ ਹੈ ਬਾਣੀ ਬਾਣੀ ਹੈ ਗੁਰੂ ਵਿੱਚ ਬਾਣੀ ਗੁਰੂ ਸਾਰ ਇਹ ਸਾਰਾ ਸਾਰ ਜਿਹੜਾ ਨਾ ਗੁਰਬਾਣੀ 'ਚ ਹੀ ਆ ਤੇ ਉਹ ਸਾਨੂੰ ਜਿੱਦਾਂ ਕਹਿੰਦਾ ਨਾ ਪਾਠ ਹੀ ਦੱਸਦੇ ਐ ਰਸਤਾ ਦੱਸਦੇ ਇਹ ਕਿ ਟੀਚਰ ਐ ਬਸ ਉਹ ਉਹਦੇ ਵਿੱਚ ਕੀ ਲਿਖਿਆ ਉਹੀ ਦੱਸਦੇ ਐ ਤੇ ਮੈਂ ਗੁਰੂ ਜੀ ਦੀ ਇੱਕ ਗੱਲ ਕਰਨੀ ਸੀ ਤੂੰ ਛੋਟਾ ਹੁੰਦੇ ਪੈਸੇ ਨਾ ਪੰਜ ਪਾਈ ਦਾ ਸਿੱਕਾ ਜਦੋਂ ਨਵਾਂ ਚੱਲਿਆ ਸੀ ਬਹੁਤ ਖਰਚਦੇ ਸੀ ਮੈਂ ਕੋਈ ਪਾਈ ਦਾ ਸਿੱਕਾ ਨਾ ਸਬਜ਼ੀ ਚ ਬਚਣਾ ਜਾਂ ਕਿਸੇ ਤੇ ਵੀ ਪਾਈ ਦਾ ਸਿੱਕਾ ਮਿਲਣਾ ਮੈਂ ਰੱਖ ਲੈਣਾ ਅਨਮੋਲ ਨੂੰ ਚਾਹੀਦਾ ਇੱਕ ਦਿਨ ਮਹਾਰਾਜ ਜੀ ਸਾਡੇ ਘਰ ਆਏ ਗੁਰੂ ਜੀ ਮੈਂ ਕਿਹਾ ਮਹਾਰਾਜ ਜੀ ਅਨਮੋਲ ਨਾ ਪੈਸੇ ਬਹੁਤ ਖਰਚਦਾ ਮੈਨੂੰ ਕਹਿੰਦੇ ਅੱਜ ਕਿਹਿਆ ਦੁਆਰਾ ਨਾ ਕਹੀਂ ਅਨਮੋਲ ਤੇਰੇ ਕਰਮਾ ਦਾ ਨਹੀਂ ਖਾਂਦਾ ਤੂੰ ਅਨਮੋਲ ਦੇ ਕਰਮਾ ਦਾ ਖਾਨੇ ਉਹ ਦਿਨ ਜਾਂਦਾ ਆਇਦਾ ਦਿਨ ਜਾਂਦਾ ਮੈਂ ਕਦੀ ਨਹੀਂ ਕਹ ਅਨਮੋਲ ਬਹੁਤ ਖਰਚਾ ਕਰਦਾ ਕਿਉਂਕਿ ਉਹਦਾ ਖਰਚਾ ਗਲਤ ਨਹੀਂ ਸੀ ਸਿਰਫ ਕੱਪੜਿਆਂ ਦਾ ਹੁੰਦਾ ਸੀ ਉਹ ਵੀ ਪਾਪਾ ਦੇ ਲੈਣੀ ਆਈ ਸੀ ਬਿਜ਼ਨਸ ਦੀ ਤੇ ਪਾਪਾ ਨੇ ਅੱਜ ਤੱਕ ਇੱਕ ਟੀ-ਸ਼ਰਟ ਜਾਂ ਇੱਕ ਸ਼ਰਟ ਤਾਂ ਲਿਆਂਦੀ ਨਹੀਂ ਸੀ ਇਕੱਠੇ 12 12 14 14 ਸਾਰੇ ਸੈਂਪਲ ਬਾਹਰ ਦੇ ਤੇ ਤੇਰੇ ਤੋਂ ਬਾਅਦ ਸਾਡੇ ਜਿਹੜਾ ਆਪਣੇ ਰਿਲੇਟਿਵ ਹੋਣਾ ਇੱਕ ਦੂਜੇ ਦੇ ਪਾਲਣੇ ਤੇ ਮੈਨੂੰ ਦੁੱਖ ਨਹੀਂ ਲੱਗਦਾ ਸੀ ਅੱਜ ਇੰਨੇ ਦਾ ਕਪੜਾ ਆਇਆ ਵੇਸਟ ਗਿਆ ਜਾਂ ਮੇਰੇ ਕੱਪੜੇ ਬਕਾਰ ਜਾਣਗੇ ਜਾਂ ਛੋਟੇ ਹੋਣਗੇ ਸਾਰੇ ਬਾਕੀ ਉਸਨੂੰ ਕੋ ਪ੍ਰਾਊਡ ਫੀਲ ਹੁੰਦਾ ਸੀ ਦੁਆਰਾ ਫਿਰ ਸਾਡੇ ਕੋਲ ਹੀ ਵਾਪਸ ਜਿਹੜੇ ਮਾਵਾ ਪੇ ਪੌਡਕਾਸਟ ਦੇਖ ਰਹੇ ਨੇ ਤੁਸੀਂ ਉਹਨਾਂ ਨੂੰ ਪਰਵਰਿਸ਼ ਦੇ ਦੋ ਚਾਰ ਗੁਣ ਦੱਸੋ ਕਿ ਉਹ ਵੀ ਆਪਣੇ ਛੋਟੇ ਬੱਚਿਆਂ ਨੂੰ ਮੇਰੇ ਕੋਲ ਉੱਥੇ ਬਹੁਤ ਲੋਕ ਆਂਦੇ ਨੇ ਕਿ ਜੀ ਸਾਡਾ ਬੱਚਾ ਤੁਹਾਡੇ ਵਰਗਾ ਬਣੇ ਜਾਂ ਕੁਝ ਐਦਾਂ ਦੀ ਸੋਚ ਉਹਦੀ ਬਣੇ ਉਹ ਕਿਵੇਂ ਬਣਾਉਣ ਉਹਨਾਂ ਦੀ ਸੋਚ ਜਦੋਂ ਸਮਾਂ ਆ ਜਾਂਦੇ ਉਹ ਤਾਂ ਤੁਹਾਡੇ ਘਰ ਦੇ ਦੇਖੋ ਜਿਹੜਾ ਸਿਮਰਨ ਚੱਲਦਾ ਸਤਸੰਗ ਚੱਲਦਾ ਜੋ ਵੀ ਚੱਲਦਾ ਤੁਹਾਡੇ ਘਰ ਚ ਜਿੱਦਾਂ ਨਹੀਂ ਵਾਈਬਰੇਸ਼ਨ ਹੋਣਗੇ ਬੱਚਾ ਫੋਲੋ ਕਰੇਗਾ ਇਹ ਸਿਆਣੇ ਜੋ ਕਹਿੰਦੇ ਆ ਕਹਿੰਦੇ ਨਾ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਕੰਮ ਆਂਦਾ ਇਹ ਜੁਆਇੰਟ ਫੈਮਿਲੀ ਦਾ ਵੀ ਹੈ ਕਿ ਜਦੋਂ ਪਰਵਰਿਸ਼ ਹੁੰਦੀ ਨਾ ਫਿਰ ਕੱਲੀ ਮਾਂ ਦੀ ਰਿਸਪੌਂਸਿਬਿਲਟੀ ਨਹੀਂ ਰਹਿੰਦੀ ਫਿਰ ਜਿਹਨੇ ਵੀ ਦੇਖਣਾ ਜੇ ਦਾਦੀ ਨੇ ਦੇਖ ਲਿਆ ਉਸ ਨੂੰ ਉਹਨੂੰ ਪਕੜ ਲੈਣਾ ਸੰਭਾਲ ਕਰਨੀ ਚਾਚੂ ਨੇ ਦੇਖ ਲਿਆ ਉਹਨੇ ਚਾਚੀ ਨੇ ਦੇਖ ਲੈ ਸਾਰੀ ਇਹ ਜੁਆਇੰਟ ਫੈਮਿਲੀ ਦੇ ਜਿਹੜੇ ਬੱਚੇ ਜਿਹੜੇ ਅਸੀਂ ਰਿਲੈਕਸ ਰਹਿੰਨੇ ਕਿ ਕਿ ਸਭ ਨੇ ਆਪਣੇ ਆਪਣੇ ਸੰਸਕਾਰ ਦੇਣਾ ਜਿੱਥੇ ਬੱਚਾ ਗਲਤ ਹੁੰਦਾ ਉੱਥੇ ਕੱਟ ਦੇਣਾ ਔਰ ਕਈ ਹੁੰਦੇ ਬੱਚੇ ਨੂੰ ਡਾਂਟਦੇ ਆ ਤੇ ਮਾਂ ਫੜਫੜ ਕਹੋਗੀ ਮੇਰੇ ਬੱਚੇ ਨੂੰ ਕੁਝ ਨਹੀਂ ਕਹਿਣਾ ਮੈਂ ਨਹੀਂ ਕਹਿੰਦੀ ਸੀ ਮੈਂ ਪਹਿਲੇ ਦੇਖਦੀ ਸੀ ਕਿ ਉਹਦੀ ਗਲਤੀ ਹੋएगी ਤਾਂ ਹੀ ਬੱਚੇ ਨੂੰ ਡਾਂਟਿਆ ਇਹ ਜੇ ਹਮੇਸ਼ਾ ਮਾਂ ਉੱਥੇ ਗਲਤੀ ਕਰਦੀ ਹੁੰਦੀ ਕਿ ਬਸ ਮੇਰਾ ਮੁੰਡਾ ਮੈਂ ਹੀ ਪਰਵਰਿਸ਼ ਕਰਨੀ ਪਰ ਜਦੋਂ ਮੇਰੇ ਬੱਚੇ ਨੂੰ ਉਹ ਸਮਝਾਉਂਦੇ ਤਾਂ ਡਾਂਟਦੇ ਸੀ ਨਾ ਮੈਂ ਵਿੱਚ ਬਿਲਕੁਲ ਨਹੀਂ ਟੋਕਦੀ ਹੁੰਦੀ ਸੀ ਮੈਂ ਕਹਿੰਦੀ ਸੀ ਉਹਦੀ ਗਲਤੀ ਹੋएगी ਉਹਨੂੰ ਤਾਂ ਡਾਂਟਿਆ ਅਕਸਰ ਤਾਂ ਘਰਾਂ ਦੇ ਵਿੱਚ ਜੁਆਇੰਟ ਫੈਮਲੀਆ 'ਚ ਟਿਕਦੇ ਨਹੀਂ ਬੱਚੇ ਕੀ ਤੂੰ ਮੇਰੇ ਬੱਚੇ ਨੂੰ ਕੁਝ ਕਿਉਂ ਕਿਹਾ ਤੂੰ ਮੇਰੇ ਬੱਚੇ ਨੂੰ ਕੁਝ ਕਿਉਂ ਕਿਹਾ ਤੁਸੀਂ ਜੁਆਇੰਟ ਫੈਮਲੀ 'ਚ ਕਿਵੇਂ ਆਪਣੇ ਆਪ ਨੂੰ ਹੁਣ ਤੱਕ ਇਕੱਠੇ ਰੱਖਿਆ ਤੇ ਇਕੱਠੇ ਰੱਖੋਗੇ ਏਸੀ ਗੱਲ ਤਾਂ ਮੈਂ ਕਦੀ ਕਹਿੰਦੀ ਨਹੀਂ ਸੀ ਮੇਰਾ ਬੱਚਾ ਇਸ ਗੱਲ ਤਾਂ ਮੈਨੂੰ ਸ਼ੁਰੂ ਤੋਂ ਡਰ ਲੱਗਦਾ ਸੀ ਮੈਂ ਤਾਂ ਆਪਣੀ ਲਿਆਣੀ ਨਹੀਂ ਮੇਰਾ ਬੱਚਾ ਮੈਂ ਹਮੇਸ਼ਾ ਕਹਿੰਨਾ ਤੁਹਾਡਾ ਬੱਚਾ ਤੁਹਾਡਾ ਪੋਤਾ ਤੁਹਾਡਾ ਪਤੀ ਜੇ ਪਾਪਾ ਬਾਰੇ ਵੀ ਕਦੀ ਮਾਂ ਨੇ ਕੁਝ ਕਹਿਦਾ ਨਾ ਮੈਂ ਕਹਿੰਨਾ ਪੁੱਤਰ ਤੇ ਤੁਹਾਡਾ ਹੀ ਆ ਬਸ ਇਹਦੇ ਚ ਹਰ ਕਿਸ ਨੂੰ ਹੁੰਦਾ ਸੀ ਕਿ ਵਾਕਈ ਮੁੰਡਾ ਤੇ ਮੇਰਾ ਹੀ ਆ ਮੈਂ ਆਪਣੀ ਮੈਂ ਤਾਂ ਪਤੀ ਚ ਲਿਆਂਦੀ ਮੇਰਾ ਬੱਚਾ ਮੇਰਾ ਪਤੀ ਮੇਰੀ ਬੇਟੀ ਮੈਂ ਆਪਣੇ ਕੁਝ ਵੀ ਨਹੀਂ ਲਗਾਉਂਦੀ ਸੀ ਤੇ ਬਸ ਉਹ ਸਭ 13 13 13 ਕਰਦੀ ਸਭ ਕੁਝ ਅੱਜ ਪਰਮਾਤਮਾ ਦੀ ਅਪਾਰ ਕਿਰਪਾ ਲੋਕਾਂ ਦੇ ਸਵਾਲ ਵੀ ਨੇ ਦੋ ਚਾਰ ਪਾਉ ਉਹ ਵੀ ਪੁੱਛਣਾ ਚਾਹਾਂਗੇ ਦਿਓ ਹੁਣ ਮੈਂ ਲੋਕਾਂ ਨੂੰ ਪੁੱਛਿਆ ਮੈਂ ਕਿਹਾ ਜੀ ਮੇਰੇ ਪੇਰੈਂਟਸ ਕੋਲੋ ਜੇ ਕੋਈ ਸਵਾਲ ਪੁੱਛਣ ਦਾ ਮੌਕਾ ਮਿਲੇ ਤਾਂ ਕੀ ਸਵਾਲ ਪੁੱਛੋਗੇ ਤਾਂ ਲੋਕਾਂ ਨੇ ਤਾਂ ਲੜੀ ਲਾਤੀ ਤੇ ਅਸੀਂ ਆ ਪੁੱਛਾਂਗੇ ਜੀ ਤਾਂ ਆਪਾਂ ਉਹਦੇ ਵਿੱਚੋਂ ਹੀ ਤੁਹਾਨੂੰ ਪੁੱਛਾਂਗੇ ਕਿ ਆ ਲੋਕਾਂ ਦੇ ਸਵਾਲ ਆਏ ਨੇ ਤਾਂ ਤੁਸੀਂ ਉਹਨਾਂ ਦੇ ਵਿੱਚੋਂ ਇੰਨੇ ਚੰਗੇ ਸੰਸਕਾਰ ਕਿਵੇਂ ਦਿੱਤੇ ਤਾਂ ਹੋ ਚੁੱਕਾ ਆਪਕੋ ਭਗਵਾਨ ਕੋ ਜਨਮ ਦੇ ਕੇ ਕਿਹਦਾ ਮਹਿਸੂਸ ਹੋ ਰਿਹਾ ਇਹ ਤਾਂ ਬੇਕਾਰ ਸਵਾਲ ਹੈ ਔਰ ਮੈਂ ਇਹਨਾਂ ਦੇ ਸਵਾਲ ਤਾਂ ਬਹੁਤ ਲੰਬੀ ਲਿਸਟ ਆਈ ਹੋਈ ਆ ਦੇਖੋ ਬਹੁਤ ਲੰਬੀ ਲਿਸਟ ਆਈ ਹੋਈ ਹੈ ਇਹਦੇ ਚੋਂ ਤਾਂ ਸਿਲੈਕਟ ਕਰਨੇ ਪੈਣੇ ਸਵਾਲ ਮੈਨੂੰ ਤੁਸੀਂ ਇਹ ਦੱਸੋ ਮੈਨੂੰ ਅਗਲੇ ਜਨਮ ਦੇ ਵਿੱਚ ਤੁਸੀਂ ਕੀ ਬਣ ਕੇ ਫਿਰ ਦੁਨੀਆ ਚਾਣਾ ਚਾਹੁੰਦੇ ਹੋ ਇਸੇ ਪਰਿਵਾਰ ਨੂੰ ਮਿਲਣਾ ਚਾਹੁੰਦੇ ਹੋ ਜਾਂ ਕੀ ਸੋਚਣਾ ਚਾਹੁੰਦੇ ਹੋ ਬਿਲਕੁਲ ਸੱਤ ਜਨਮ ਵੀ ਮੈਨੂੰ ਇਹੀ ਪਰਿਵਾਰ ਇਹੀ ਪਤੀ ਇਹੀ ਬੱਚੇ ਇਹੀ ਬੇਟੀ ਮੈਂ ਇਹ ਪੁੱਛਣਾ ਚਾਹਣਾ ਕਿ ਤੁਹਾਨੂੰ ਇੰਨੀ ਸਪੋਰਟ ਕਿਵੇਂ ਮਿਲੀ ਤੁਸੀਂ ਇਹਨਾਂ ਸਪੋਰਟ ਕਿਵੇਂ ਕੀਤਾ ਆਪਣੇ ਬੱਚੇ ਨੂੰ ਕਿ ਉਹ ਜੇ ਕੈਸੀ ਐਨ ਜੀਓ ਚਲਾ ਰਿਹਾ ਜਿਹਦੇ ਚੋਂ ਘਰੋ ਖਰਚਾ ਕਰਕੇ ਜਾਂਦਾ ਸੀਗਾ ਰੋਜ਼ ਤੇ ਖਰਚਾ ਕਰਕੇ ਫਿਰ ਮੰਗ ਲੈਂਦਾ ਸੀਗਾ ਬਿਨਾ ਉਹਦਾ ਕੁਝ ਫਿਊਚਰ ਪਲੈਨਿੰਗ ਸੁਣੇ ਕਿ ਕੱਲ ਨੂੰ ਮੈਂ ਕੀ ਕਰੂੰਗਾ ਜਿਵੇਂ ਇੱਕ ਬੱਚਾ ਆਪਣੇ ਪਾਪਾ ਨੂੰ ਕਹਿੰਦਾ ਨਾ ਕਿ ਮੈਨੂੰ 2 ਸਾਲ ਦੇ ਦੇ ਦਿਓ ਉਸ ਤੋਂ ਬਾਅਦ ਮੈਂ ਦੱਸੂੰਗਾ ਮੈਂ ਕੀ ਕਰ ਲਗਾ ਪਰ ਇਹਦੇ ਵਿੱਚ ਤਾਂ ਅਨਮੋਲ ਜੀ ਦਾ ਕੋਈ ਫਿਊਚਰ ਹੀ ਨਹੀਂ ਸੀਗਾ ਕੁਝ ਪਤਾ ਹੀ ਨਹੀਂ ਸੀ ਕਿ ਕੱਲ ਨੂੰ ਕੀ ਕਰੇਗਾ ਕੀ ਨਹੀਂ ਕਰੇਗਾ ਸ਼ੋਦਾ ਵੀ ਨਹੀਂ ਪਤਾ ਸੀਗਾ ਇੱਕ ਸਿੰਪਲ ਐਨਜੀਓ ਚਲਾਣੀ ਸਾਰਾ ਦਿਨ ਕਰੀ ਜਾਣਾ ਕਰੀ ਜਾਣਾ ਤੁਸੀਂ ਫਿਰ ਕੀ ਸੋਚ ਕੇ ਉਹਨੂੰ ਪਰਮਿਸ਼ਨ ਦਿੱਤੀ ਤੁਸੀਂ ਜਵਾਬ ਦਿਓ ਇਹ ਪਰਮਿਸ਼ਨ ਬੇਟਾ ਇਸ ਕਰਕੇ ਦਿੱਤੀ ਕਿ ਜਦੋਂ ਵੀ ਆਪਾਂ ਕਿਸੇ ਅੱਛੇ ਰਸਤੇ ਤੇ ਜਾਂਦੇ ਆ ਨਾ ਅਨਮੋਲ ਜੀ ਕੋਈ ਨਸ਼ਾ ਨਹੀਂ ਵੇਚ ਰਹੇ ਸੀ ਕਿ ਉਹਦੇ ਵਿੱਚ ਫਿਊਚਰ ਖਰਾਬ ਹੋਏਗਾ ਕਿ ਆ ਲੋਕਾਂ ਦੀਆਂ ਬਾਦੂਆਵਾਂ ਲੱਗਣਗੀਆਂ ਤੁਸੀਂ ਕਿਸੇ ਵੀ ਅੱਛੇ ਰਸਤੇ ਤੇ ਤੁਰਦੇ ਹੋ ਔਰ ਤੁਸੀਂ ਜਦੋਂ ਦੁਆਵਾਂ ਲੈਣੀਆਂ ਸਟਾਰਟ ਕਰਦੇ ਹੋ ਤਾਂ ਉਹ ਦੁਆਵਾਂ ਜਿਹੜੀਆਂ ਨਾ ਤੁਹਾਡੀ ਤਰੱਕੀ ਦਾ ਰਸਤਾ ਖੋਲਦੀਆਂ ਚਲੀ ਜਾਂਦੀਆਂ ਤੁਸੀਂ ਪੈਸੇ ਨਾਲੋਂ ਵੱਧ ਅਗਰ ਦੁਆਵਾਂ ਲਓਗੇ ਨਾ ਲੋਕਾਂ ਦੀਆਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਤੁਹਾਡੇ ਲਈ ਕੋਈ ਵੀ ਚੀਜ਼ ਅਚੀਵ ਕਰਨੀ ਮੁਸ਼ਕਲ ਨਹੀਂ ਹੈ ਹਜੇ ਤਾਂ ਚਲੋ ਪਰਮਾਤਮਾ ਨੇ ਬਹੁਤ ਛੋਟੀ ਛੋਟੀ ਚੀਜ਼ਾਂ ਤੁਹਾਨੂੰ ਦਿਖਾਈਆਂ ਨਾ ਲੇਕਿਨ ਮੈਂ ਤੁਹਾਨੂੰ ਦੱਸ ਸਕਦਾ ਜਿਹੜੀਆਂ ਦੁਆਵਾਂ ਨਾ ਉਹ ਮਲਟੀਪਲ ਮਤਲਬ ਕਿ ਦਵਾਵਾਂ ਚੱਕਰਵਰਤੀ ਵਿਆਜ ਦੀ ਤਰ੍ਹਾਂ ਕੰਮ ਕਰਦੀਆਂ ਕੀ ਪੁਰਾਣਾ ਵੀ ਬੰਦਾ ਦਵਾਵਾਂ ਦੇ ਰਿਹਾ ਅੱਗੇ ਜਿਹੜਾ ਨਵਾਂ ਜੁੜਿਆ ਉਹ ਵੀ ਦੇ ਰਿਹਾ ਅਗਲਾ ਵੀ ਦੇ ਰਿਹਾ ਅਗਲਾ ਵੀ ਦੇ ਰਿਹਾ ਉਹ ਜਿਹੜਾ ਪਿਛਲਾ ਉਹ ਦੇ ਹੀ ਜਾ ਰਿਹਾ ਕੀ ਉਹਦਾ ਘਰ ਬਚ ਗਿਆ ਹੈਨਾ ਤਾਂ ਉਹ ਦਵਾਵਾਂ ਕੰਮ ਕਰਦੀਆਂ ਦਵਾਵਾਂ ਦੇ ਲਈ ਮੇਰੇ ਖਿਆਲ ਨਾਲ ਨਹੀਂ ਕੀ ਆਪਣੇ ਬੱਚੇ ਨੂੰ ਤੁਸੀਂ ਰੋਕੋ ਕੀ ਅਗਰ ਕੋਈ ਅੱਛਾ ਕੰਮ ਕਰ ਰਿਹਾ ਤਾਂ ਉਹ ਦੀ سپورਟ ਕਰੋ ਉਹਦੇ ਨਾਲ ਖੜੋ ਮੈਨੂੰ ਲੱਗਦਾ ਕਿ ਮੈਂ ਵੈਸੇ ਪੌਡਕਾਸਟ 'ਚ ਕਹਿਣ ਲੱਗਾ ਕਿ ਮੈਂ ਬਹੁਤ ਪਿਆਰ ਕਰਦਾ ਤੁਹਾਨੂੰ ਦੋਨਾਂ ਨੂੰ ਅਸਲੀ 'ਚ ਨਹੀਂ ਕਦੀ ਕਿਹਾ ਨਾ ਇਹ ਕੈਮਰੇ ਦਾ ਫਾਇਦਾ ਹੈ ਕਿ ਬੰਦਾ ਕੈਮਰੇ ਨੂੰ ਇੰਨਾ ਆਪਣੀ ਜ਼ਿੰਦਗੀ 'ਚ ਮਹਿਸੂਸ ਕਰਨ ਲੱਗ ਗਿਆ ਕਿ ਮੈਂ ਕੈਮਰੇ ਤੇ ਜ਼ਿਆਦਾ ਕੰਫਰਟੇਬਲ ਹੋਂਨਾ ਤੇ ਆਫ ਕੈਮਰਾ ਮੈਂ ਘੱਟ ਹੋਂਨਾ। ਕੁਝ ਚੀਜ਼ਾਂ ਮਹਿਸੂਸ ਕੀਤੀਆਂ ਜਾਂਦੀਆਂ ਇਜ਼ਹਾਰ ਕਰਨ ਨਾਲ ਨਹੀਂ ਕੀਤੀਆਂ ਜਾਂਦੀਆਂ। ਹੁਣ ਹੋ ਸਕਦਾ ਪਾਪਾ ਬਹੁਤ ਕਰਦੇ ਆ ਪਰ ਕਹਿੰਦੇ ਨਹੀਂ। ਕਹਿੰਦੇ ਨਾ ਜਿੱਦਾਂ ਪੱਖਾ ਚੱਲਦਾ ਪਰ ਹਵਾ ਦਿਖਾਈ ਨਹੀਂ ਦਿੰਦੀ। ਨਿੰਬੂ ਦੀ ਖਟਾਸ ਹੈ ਪਰ ਖਟਾਸ ਦਿਖ ਨਹੀਂ ਹੁੰਦੀ। ਤੋ ਅੰਦਰੋਂ ਮਹਿਸੂਸ ਕੀਤੀਆਂ ਜਾਂਦੀਆਂ। ਪਰ ਮੈਂ ਤਾਂ ਨਾ ਤੁਹਾਡੇ ਨਾਲ ਕਿਤੇ ਪ੍ਰੋਗਰਾਮ ਤੇ ਜਾਂਦਾ, ਨਾ ਤੁਹਾਡੇ ਰਿਸ਼ਤੇਦਾਰੀਆਂ ਦੇ ਵਿਆਹ 'ਚ ਜਾਂਦਾ। ਫਿਰ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਮੇਰਾ ਪਿਆ ਪਹਿਲੇ ਪਹਿਲੇ ਹੁੰਦਾ ਹੁਣ ਅਸੀਂ ਉਸ ਲਾਈਨ 'ਚ ਚੱਲ ਪੈਣਾ ਹਾਂ ਸਾਨੂੰ ਪਤਾ ਕਿ ਇਹ ਪਿਆਰ ਕੀ ਚੀਜ਼ ਐ ਇਹ ਦਿਖਾਵਾ ਨਹੀਂ ਐ ਔਰ ਜਿਹੜਾ ਕੰਮ ਕਰ ਰਹੇ ਹੋ ਨਾ ਉਹ ਵਾਕਈ ਇਹੀ ਕਰਨ ਦੇ ਯੋਗ ਆ ਜਦੋਂ ਛੋਟੇ ਸੀ ਉਦੋਂ ਜਾਂਦੇ ਸੀ ਉਦੋਂ ਮੈਨੂੰ ਫੀਲ ਹੁੰਦਾ ਸੀ ਕਿ ਸਪਲੈਂਡਰ 'ਚ ਇੰਨੀ ਧੁੰਦ ਠੰਡ 'ਚ ਜਾਣਾ ਮਮਾ ਮੇ ਆਇਆ ਉਦੋਂ ਮਨ ਨੂੰ ਮਹਿਸੂਸ ਹੁੰਦਾ ਸੀ ਪਰ ਕਿਤੇ ਨਾ ਕਿਤੇ ਰੁਕ ਜਾਂਦੀ ਸੀ ਉਹੀ ਗੱਲ ਸੁਣ ਕੇ satsang ਦੀ ਕਿ ਦੂਜੇ ਦੀ ਖੁਸ਼ੀ 'ਚ ਆਪਣੀ ਖੁਸ਼ੀ ਲੱਭਣੀ ਅੱਜ ਮੈਨੂੰ ਯਾਦ ਆ ਦੀਵਾਲੀ ਵਾਲੇ ਦਿਨ ਸਿਰੇ 4 ਵਜੇ ਜਦੋਂ ਆਏ ਤੜਕੇ ਮੈਂ ਕਿਹਾ ਬੇਟੇ ਅਜ ਤਾਂ ਕਰ ਦੀਵਾਲੀ ਸੀ ਟਾਈਮ ਸਰਾਨਾ ਸੀ ਕਹਿੰਦਾ ਮਾਂ ਉਸ ਮਾਂ ਦੀ ਵੀ ਦੀਵਾਲੀ ਸੀ ਜਦੋਂ ਬੱਚੇ ਦੀ ਮੈਂ ਛੁੱਟੀ ਕਰਾ ਕੇ ਆਇਆ ਤੇ ਉੱਥੇ ਕੋਈ ਸ਼ਬਦ ਹੀ ਨਹੀਂ ਰਹਿੰਦੇ ਸੀ ਬੋਲਣ ਲਈ ਤੇ ਉਹ ਸਾਰਾ ਜਵਾਬ ਪਰਮਾਤਮਾ ਆਟੋਮੈਟਿਕਲੀ ਆਪਣੇ ਆਪ ਮੈਨੂੰ ਮਿਲ ਜਾਂਦੇ ਸੀ ਕਿਉਂਕਿ ਸਤਸੰਗ ਨਾਲ ਜੁੜੀ ਸੀ ਸਾਰੇ ਜਵਾਬ ਉਹਦੇ ਵਿੱਚੋਂ ਮਿਲ ਜਾਂਦੇ ਸੀ ਫਿਰ ਕੋਈ ਸਵਾਲ ਹੀ ਨਹੀਂ ਰਹਿੰਦਾ ਸੀ ਮੈਂ ਪੁੱਛਾਂ ਕੁਝ ਵੀ ਕਾਫੀ ਕਾਈਂਡ ਨੇਚਰ ਹੈ ਤੁਹਾਡੀ ਤਾਂ ਹੀ ਅਨਮੋਲ ਇਦਾਂ ਦਾ ਬੱਚਾ ਜਿ ਪੈਂਪਰਡ ਕਿੱਡ ਹੈ ਨਾ ਉਹਨੂੰ ਹਰ ਸ਼ੌਂਕ ਪੂਰੇ ਕਰਾਏ ਉਹਨੂੰ ਹਰ ਚੀਜ਼ ਦਾ ਪੂਰਾ ਕਰਾਇਆ ਔਰ ਬਿਨਾ ਫਿਊਚਰ ਦੇਖ ਕੇ ਇਨਵੈਸ ਨੇ ਤਾਂ ਅਕਸਰ ਲੋਕ ਇਨਵੈਸਟਮੈਂਟ ਕਰਦੇ ਨੇ ਕਿ ਆਹ ਪਲਾਟ ਲੈ ਲਓ ਬੋਜੀ 10000 ਰੁਪਏ ਗੱਜਾ ਕੱਲ ਨੂੰ ਲੱਖ ਰੁਪਏ ਗੱਜੂਣ ਪਰ ਇੱਕ ਐਸੀ ਇਨਵੈਸਟਮੈਂਟ ਕੀਤੀ ਜਿਹਦਾ ਫਿਊਚਰ ਹੀ ਪਤਾ ਨਹੀਂ ਸੀਗਾ ਕਿ ਕੱਲ ਨੂੰ ਕੀ ਹੋਣਾ ਕੀ ਨਹੀਂ ਉਹ ਤਾਂ ਕਹਿੰਦੇ ਕਿ ਦਮ ਦਾ ਪਰੋਸਾ ਜਾਰ ਦਮ ਆਵੇ ਨਾ ਆਵੇ ਤਾਂ ਅਗਲੇ ਸਾਧ ਆਵਣੀ ਆਪਾਂ ਨੂੰ ਪਤਾ ਜਦੋਂ ਡੋਰੀ ਪ੍ਰਮਾਤਮਾ ਦੇ ਛੱਡਦੀ ਉਸ ਨੂੰ ਮੇਰੇ ਤੋਂ ਜ਼ਿਆਦਾ ਪਤਾ ਮੈਨੂੰ ਨਹੀਂ ਪਤਾ ਕਈ ਵਾਰ ਇੱਕ ਪਲਾਨ ਬਨੇ ਬਨੇ ਰਹਿ ਜਾਂਦੇ ਕੀ ਪਤਾ ਮੈਂ ਤੈਨੂੰ ਇਹ ਬਣਾਉਣਾ ਚਾਹੰਦੀ ਇਹ ਬਣਾਉਣਾ ਚਾਹੰਦੀ ਉਹ ਪ੍ਰਮਾਤਮਾ ਕੁਝ ਹੋਰ ਸੋਚੀ ਬੈਠਾ ਇਸ ਕਰਕੇ ਕਹਿੰਦਾ ਜੋ ਉਹਨੇ ਸੋਚਿਆ ਉਹ ਬਹੁਤ ਕੋਈ ਐਸੇ ਰਿਸ਼ਤੇਦਾਰ ਹੈ ਜਿਹੜੇ ਤੁਹਾਨੂੰ ਅਨਮੋਲ ਜੀ ਦੇ ਕੁਝ ਬਣਨ ਤੋਂ ਪਹਿਲਾਂ ਕਿਸੇ ਹੋਰ ਨਜ਼ਰ ਨਾ ਮਿਲਦੇ ਸੀ ਤੇ ਅੱਜ ਕਿਸੇ ਹੋਰ ਨਜ਼ਰ ਨਾ ਮਿਲਦੇ ਨੇ ਰਿਸ਼ਤੇਦਾਰ ਬਹੁਤ ਨੇ ਅਨਮੋਲ ਜੀ ਜਿਹੜੇ ਤੁਹਾਡੇ ਤੋਂ ਬਾਅਦ ਕਾਫੀ ਪਿਆਰ ਦੇਣ ਲੱਗਦੇ ਨੇ ਪਰ ਲੇਕਿਨ ਸਾਡੀ ਸੋਚ ਐਦਾਂ ਦੀ ਨਹੀਂ ਰਹੀ ਕਿ ਅਸੀਂ ਤਾਂ ਸ਼ੁਰੂ ਤੋਂ ਹੀ ਐਦਾਂ ਹੀ ਸੀਗੇ ਤੇ ਐਦਾਂ ਹੀ ਅੱਜ ਵੀ ਹਾਂ ਜਿਵੇਂ ਕਿ ਕਾਫੀ ਆਪਣੇ ਮਤਲਬ ਮੇਰੇ ਫਰੈਂਡ ਸਰਕਲ ਵਿੱਚ ਹੀ ਨੇ ਉਹ ਪਹਿਲਾਂ ਵੀ ਮੈਨੂੰ ਐਦਾਂ ਹੀ ਦੇਖਦੇ ਸੀ ਅੱਜ ਵੀ ਉਦਾਂ ਹੀ ਨੇ ਇਹ ਤਾਂ ਆਪਣੀ ਸੋਚ ਦਾ ਫਰਕ ਹੈ ਉਹ ਸਾਡੇ ਨਾਲ ਮਤਲਬ ਨਾਲ ਪਿਆਰ ਕਰ ਰਿਹਾ ਪਰ ਆਪਾਂ ਨਹੀਂ ਕਰ ਰਹੇ ਨਾ ਆਪਾਂ ਮਤਲਬ ਨਾਲ ਪਿਆਰ ਨਹੀਂ ਕਰਨਾ ਉਹਦੇ ਨਾਲ ਆਪਾਂ ਤਾਂ ਉਹਨੂੰ ਉਦਾਂ ਹੀ ਮਿਲਣਾ ਜਿੱਦਾਂ ਪਹਿਲਾਂ ਸੀਗੇ ਉਦਾਂ ਹੀ ਹੁਣ ਆਪਣੀ ਨੇਚਰ ਇੱਕੋ ਜੀ ਰੱਖਣੀ ਚਾਹੀਦੀ ਹੈ ਹਮੇਸ਼ਾ ਬੰਦੇ ਨੂੰ ਇਹ ਨਹੀਂ ਕਿ ਚਾਰ ਪੈਸੇ ਆ ਗਏ ਤਾਂ ਤੁਸੀਂ ਆਪਣੀ ਹਵਾ ਬਦਲ ਲਓ ਨਹੀਂ ਤੁਸੀਂ ਜਿੱਦਾਂ ਪਹਿਲਾਂ ਸੀਗੇ ਉਦਾਂ ਹੀ ਰੱਖੋ ਹਮੇਸ਼ਾ ਧਰਤੀ ਨਾਲ ਜੁੜ ਕੇ ਚੱਲੋ ਤਾਂ ਧਰਤੀ ਦੇ ਨਾਲ ਜੁੜਨ ਵਾਲਾ ਹਮੇਸ਼ਾ ਜਿਵੇਂ ਕਾਹ ਹੁੰਦੀ ਹੈ ਨਾ ਕਾਹ ਜਿਹੜਾ ਬਾਸ ਦਾ ਪੇੜ ਹੁੰਦਾ ਉਹ ਹਨੇਰੀ ਆਉਂਦੀ ਤਾਂ ਟੁੱਟ ਜਾਂਦਾ ਲੇਕਿਨ ਕਾਹ ਜਿਹੜੀ ਆ ਉਹ ਵੇਸ਼ੀ ਜਾਂਦੀ ਹੈ ਹਮੇਸ਼ਾ ਆਪਣੇ ਆਪ ਨੂੰ ਕਾਹ ਦੀ ਤਰ੍ਹਾਂ ਮਹਿਸੂਸ ਕਰੋ ਕਿ ਤੁਸੀਂ ਹਮੇਸ਼ਾ ਮਿੱਟੀ ਨਾਲ ਜੁੜੇ ਰਹੋ ਬਾਕੀ ਰਿਸ਼ਤੇਦਾਰਾਂ ਦੀ ਗੱਲ ਹੈ ਤੁਹਾਡਾ ਸੱਚਾ ਰਿਸ਼ਤੇਦਾਰ ਤੁਹਾਡਾ ਕਰਮ ਹੈ ਤੁਸੀਂ ਕਰਮ ਕਿਦਾਂ ਦਾ ਕਰ ਰਹੇ ਹੋ ਉਹੀ ਤੁਹਾਡੇ ਨਾਲ ਦੁੱਖ ਦੇ ਵਿੱਚ ਤੁਹਾਡੇ ਕਰਮਾਂ ਨੇ ਹੀ ਖੜਨਾ ਹੈ ਪ੍ਰਮਾਤਮਾ ਅੱਗੇ ਅਰਦਾਸ ਤੁਹਾਡੇ ਕਰਮਾਂ ਨੇ ਕਰਨੀ ਹੈ ਮੈਨੂੰ ਲੱਗਦਾ ਹੈ ਕਿ ਜਦੋਂ ਮਤਲਬ ਦੁਨੀਆ ਤੋਂ ਜਾਵਾਂਗੇ ਨਾ ਆਪਣੇ ਰਿਸ਼ਤੇਦਾਰਾਂ ਨਾਲੋਂ ਵੱਧ ਮੈਨੂੰ ਮੈਨੂੰ ਆਪਣੇ ਰਿਸ਼ਤੇਦਾਰਾਂ ਨਾਲੋਂ ਵੱਧ ਬਾਹਰਲੇ ਲੋਕ ਰੋਂਗੇ ਕਿਉਂਕਿ ਕਿਸੇ ਲਈ ਕੁਝ ਕੀਤਾ ਹੋਏਗਾ ਤਾਂ ਰਿਸ਼ਤੇਦਾਰਾਂ ਦਾ ਕੁਝ ਨਹੀਂ ਆ ਉਹ ਤਾਂ ਵਿਆਹ ਦੇ ਉੱਤੇ ਅ ਜਲੇਬੀਆਂ 'ਚ ਮਿੱਠਾ ਘੱਟ ਪਾ ਦੋ ਤੇ ਰੋਲ ਲਈ ਰੋਲ ਹੈਨਾ ਬਾਰਲੈਨ ਨੂੰ ਤੁਸੀਂ ਖਾਲੀ ਹੁਣ ਜਿਵੇਂ ਪਰਸੋ ਹੀ ਕਿਸੇ ਕੁੜੀ ਦਾ ਵਿਆਹ ਸੀ ਤਾਂ ਉਹਨਾਂ ਨੂੰ ਆਸ ਨਹੀਂ ਸੀ ਕਿ ਮੈਂ ਆਉਂਗਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਅਨਮੋਲਕ ਬਾਤਰਾ ਦੇ ਪਾਪਾ ਸ਼ਾਇਦ ਨਹੀਂ ਆਣਗੇ ਤਾਂ ਜਦੋਂ ਮੈਂ ਉਹਨਾਂ ਦੇ ਮੈਰिज ਤੇ ਪਹੁੰਚਿਆ ਦਿਨ ਦਾ ਵਿਆਹ ਸੀ ਤਾਂ ਮੈਨੂੰ ਲੱਗਦਾ ਕਿ ਸਾਰੀ ਬਰਾਤ ਨੂੰ ਲੈ ਕੇ ਭੱਜ ਕੇ ਸੁਣਨ ਹੋ ਗਏ ਇੱਕੋ ਦਮ ਉਹ ਮੇਰੇ ਕੋਲ ਵੀਡੀਓ ਨਹੀਂ ਹੈ ਕਿਉਂਕਿ ਮੇਰੇ ਕੋਲ ਤਾਂ ਕੋਈ ਨਾਲ ਨਹੀਂ ਸੀਗਾ ਲੇਕਿਨ ਉਹ ਇੱਕੋ ਦਮ ਐਦਾਂ ਹੋ ਗਿਆ ਮਾਹੌਲ ਉੱਥੇ ਕੀ ਪਤਾ ਨਹੀਂ ਕੌਣ ਆ ਗਿਆ ਤਾ ਇਦਾਂ ਦੀ ਖੁਸ਼ੀਆਂ ਉਹ ਰੋਣ ਲੱਗ ਗਈ ਉਹਦੀ ਮਦਰ ਲੜਕੀ ਦੀ ਹੈਨਾ ਤਾ ਇਦਾਂ ਦੀ ਖੁਸ਼ੀਆਂ ਸਾਨੂੰ ਵੀ ਖੁਸ਼ੀਆਂ ਮਿਲਦੀਆਂ ਤੁਹਾਨੂੰ ਸ਼ੌਂਕ ਕਿਸ ਚੀਜ਼ ਦਾ ਨਾ ਤੁਸੀਂ ਕੱਪੜਿਆਂ ਦਾ ਸ਼ੌਂਕ ਨਾ ਤੁਸੀਂ ਡਰਿੰਕ ਕਰਦੇ ਹੋ ਨਾ ਉਹਦੇ ਨਾਨਵਾਜ ਖਾਣੇ ਹੋ ਨਾ ਤੁਹਾਡੇ ਕੋਲ ਮਹਿੰਗੀ ਗੱਡੀ ਐਕਟਿਵ ਹੈ ਤੁਸੀਂ ਜਾਣਦੇ ਹੋ ਤੁਹਾਨੂੰ ਸ਼ੌਂਕ ਕਿਸ ਚੀਜ਼ ਦਾ ਪਰ ਤੇ ਤੁਹਾਡੇ ਸ਼ੌਂਕ ਪੂਰੇ ਸਾਰੇ ਸਾਨੂੰ ਕਰਾਏ ਹੋਏ ਨੇ ਸਾਨੂੰ ਲੱਖਾਂ ਦੇ ਕੱਪੜੇ ਵੀ ਪਵਾਤੇ ਲੱਖਾਂ ਦੀਆਂ ਗੱਡੀਆਂ ਲੈਤੀਆਂ ਬੋਲੋ ਸੀ ਮੂੰਹ ਚਾਹਨੇ ਕੀ ਹੋ ਪਿੱਛੇ ਮੇਰੀ ਜੈਕਟ ਦਾ ਬੜਾ ਰੌਲਾ ਚੱਲਿਆ ਸੀ 17000 ਦੀ ਜੈਕਟ ਹੁਣ ਦਾ ਪਹੰਦਾ ਤੇ ਉਹ ਵੀਡੀਓ ਬੜੀ ਵਾਇਰਲ ਹੋਈ ਸੀ ਨਾ ਆਪਣੀ ਸ਼ੌਕ ਕੁਛ ਨਹੀਂ ਹੈ ਬੇਟਾ ਮੈਨੂੰ ਮਤਲਬ ਇਹੀ ਸ਼ੌਕ ਰਿਹਾ ਕਿ ਦੇਖੋ ਕੋਈ ਵੀ ਬੰਦਾ ਨਾ ਇੱਕ ਬਾਪ ਆਪਣੇ ਸ਼ੌਕ ਮਾਰ ਕੇ ਹੀ ਦੂਸਰੇ ਦੇ ਪੂਰੇ ਕਰ ਸਕਦਾ ਅਗਰ ਤੁਸੀਂ ਸੋਚੋ ਨਾ ਅਗਰ ਇੱਕ ਬਾਪ ਹੈ ਉਹ ਤਾਂ 2000 ਰੁਪਏ ਦੀ ਸ਼ਰਾਬ ਪੀ ਰਿਹਾ ਔਰ ਬੱਚੇ ਉਹਦੇ ਕੱਪੜੇ ਨਹੀਂ ਪਾ ਰਹੇ ਤਾਂ ਮੈਨੂੰ ਉਹ ਜਿਹਾ ਬਾਪ ਪਸੰਦ ਨਹੀਂ ਮੈਂ ਤਾਂ ਇਹ ਚਾਹਨਾ ਕਿ ਆਪਣੇ ਸ਼ੌਕ ਮਾਰ ਕੇ ਹੀ ਬਾਪ ਮਤਲਬ ਆਪਣੇ ਬੱਚਿਆਂ ਦੇ ਪੂਰੇ ਕਰ ਸਕਦਾ ਹੈ ਲੇਕਿਨ ਬੱਚਿਆਂ ਦੀ ਹਰ ਡਿਮਾਂਡ ਪੂਰੀ ਕਰਨੀ ਚਾਹੀਦੀ ਹੈ ਲੇਕਿਨ ਉਸ ਬੱਚੇ ਦੀ ਕਰਨੀ ਚਾਹੀਦੀ ਹੈ ਕਿ ਬੱਚਾ ਤੁਹਾਡਾ ਸਿੱਧੇ ਰਸਤੇ ਤੇ ਜਾ ਰਿਹਾ ਅਗਰ ਤੁਸੀਂ ਗਲਤ ਬੱਚੇ ਦੀ ਡਿਮਾਂਡ ਪੂਰੀ ਕਰਦੇ ਹੋ ਤੁਹਾਨੂੰ ਸ਼ਾਇਦ ਯਾਦ ਨਹੀਂ ਹੈ ਅਨਮੋਲੀ ਤੁਸੀਂ 12 13 ਸਾਲ ਦੇ ਸੀ ਉਦੋਂ ਤੁਸੀਂ ਸਪਲੈਂਡਰ ਮੰਗਣ ਲੱਗੇ ਸੀ ਮੈਂ ਕਿਹਾ ਨਹੀਂ ਅਸੀਂ ਨਹੀਂ ਲੈ ਕੇ ਦੇਣਾ ਤਾਂ ਤੁਸੀਂ ਗੱਡੀ ਦੇਖੋ ਤੁਹਾਨੂੰ ਕਦੋਂ ਜਾ ਕੇ ਮਿਲੀ ਕਿਉਂਕਿ ਕਿੰਨੀ ਅਚੀਵਮੈਂਟ ਤੁਸੀਂ ਕਿੰਨੀ ਮਿਹਨਤ ਕੀਤੀ ਕਿੰਨਾ ਮਤਲਬ ਉਸ ਤੋਂ ਬਾਅਦ ਜਾ ਕੇ ਤੁਹਾਨੂੰ ਗੱਡੀ ਅਸੀਂ ਦਿਖਾਈ ਤਾਂ ਇਹ ਬੱਚਿਆਂ ਨੂੰ ਆਪਣਿਆਂ ਨੂੰ ਅਗਰ ਤੁਸੀਂ ਸਿੱਧੇ ਰਸਤੇ ਪਾਣਾ ਹੈ ਉਹਨੂੰ ਸਾਥਸੰਗ ਨਾਲ ਜੋੜੋ ਇਹ ਨਹੀਂ ਕਿ ਹੁਣ ਕਿੰਨੇ ਮਾਵਾ ਮੇਰੇ ਸਰਕਲ ਦੇ ਵਿੱਚ ਵੀ ਹੈਗੇ ਨੇ ਉਹ ਬੱਚਿਆਂ ਨੂੰ ਮੋਬਾਈਲ ਲੈ ਕੇ ਦੇ ਦਿੰਦੇ ਨੇ ਕਿ ਯਾਰ ਆਪਣਾ ਖੇਡੇ ਲੱਗਾ ਰਵੇ ਤਾਂ ਉਹ ਚੀਜ਼ਾਂ ਠੀਕ ਨਹੀਂ ਐ ਉਹ ਨੁਕਸਾਨ ਕਰਦੀਆਂ ਕਿਉਂਕਿ ਉਹਨਦੇ ਨਾਲ ਮਾਵਾਬ ਦਾ ਬੁਢਾਪਾ ਖਰਾਬ ਹੋ ਸਕਦਾ ਕਿਉਂਕਿ ਐਂਡ ਆਫ ਦਿ ਡੇ ਉਹਨੇ ਕੰਮ ਤਾਂ ਕਰਨਾ ਹੀ ਐ ਨਾ ਮੰਨ ਲਓ ਕੰਮ ਨਹੀਂ ਕਰੇਗਾ ਤਾਂ ਮਾਵਾਬ ਦਾ ਬੁਢਾਪਾ ਹੀ ਖਰਾਬ ਹੋਏਗਾ ਨਾ ਕਿਉਂਕਿ ਬੱਚਾ ਕੁਝ ਕਮਾ ਕੇ ਹੀ ਨਹੀਂ ਲਿਆ ਰਿਹਾ ਔਰ ਪਏ ਪਏ ਤਾਂ ਖੂ ਵੀ ਖਾਲੀ ਹੋ ਜਾਂਦੇ ਨੇ ਹੈਨਾ ਤਾਂ ਇਸ ਕਰਕੇ ਮਾਪੇ ਬਾਬ ਨੂੰ ਪਹਿਲਾਂ ਆਪਣੀ ਸੇਫਟੀ ਰੱਖਣੀ ਚਾਹੀਦੀ ਹੈ ਉਸ ਤੋਂ ਬਾਅਦ ਬੱਚਿਆਂ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਬੱਚਿਆਂ ਨੂੰ ਸਤਸੰਗ ਨਾਲ ਜੋੜੋ ਅੱਛੇ ਕਰਮਾਂ ਨਾਲ ਜੋੜੋ ਅੱਛੇ ਕੰਮਾਂ ਦੇ ਨਾਲ ਲੈ ਕੇ ਜਾਓ ਹੁਣ ਤੁਸੀਂ ਅੱਛੇ ਕੰਮ ਦੇ ਉੱਤੇ ਕੱਲੇ ਜਾ ਰਹੇ ਹੋ ਤੇ ਕਿਸੇ ਕਿੱਟੀ ਪਾਰਟੀ ਤੇ ਜਾ ਰਹੇ ਹੋ ਤਾਂ ਬੱਚੇ ਨੂੰ ਨਾਲ ਲੈ ਜਾ ਰਹੇ ਹੋ ਉਹ ਕਿਦਾਂ ਹੋਊਗਾ ਮੈਂ ਸੁਣਿਆ ਤੁਹਾਨੂੰ ਕਿੱਟੀ ਪਾਰਟੀਆਂ ਵੀ ਨਹੀਂ ਪਸੰਦ ਨਾ ਇਹ ਕਿਉਂ ਕਿੱਟੀ ਪਾਰਟੀ ਇਸ ਕਰਕੇ ਨਹੀਂ ਪਸੰਦ ਹੈਗੀ ਚਲੋ ਹੋ ਸਕਦਾ ਕਿੱਟੀ ਪਾਰਟੀ ਵਾਲੇ ਵੀ ਦੇਖਣਗੇ ਇਸ ਕਰਕੇ ਪਸੰਦ ਨਹੀਂ ਹੈ ਕਿਉਂਕਿ ਮੈਂ ਚਾਹਨਾ ਜਿਹੜੀ ਵੇਸਟ ਆਫ ਮਨੀ ਮੈਂ ਇਹਨੂੰ ਵੇਸਟ ਆਫ ਮਨੀ ਕਹਿੰਦਾ ਇਹ ਪੈਸਾ ਕਿਸੇ ਦੇ ਕੰਮ ਆ ਪਰ ਸਾਰੇ ਤੁਹਾਡੇ ਵਰਗੇ ਸਾਧ ਨਹੀਂ ਨਾ ਬਣ ਸਕਦੇ ਉਹਨਾਂ ਕਿਸੇ ਨੂੰ ਇੰਜੋਏ ਵੀ ਕਰਨਾ ਜ਼ਿੰਦਗੀ ਇਸ ਨਹੀਂ ਨਹੀਂ ਇੰਜੋਏ ਕਰਨ ਠੀਕ ਹੈ ਪਰ ਇਹ ਜੀਵਨ ਨਹੀਂ ਦੁਬਾਰਾ ਮਿਲਣਾ ਇਹ ਤੁਸੀਂ ਆਪਣਾ ਇੰਜੋਏ ਜਿਗਵਾ ਦਿਓ ਜਾਂ ਸੇਵਾ ਜਿਗਵਾ ਦਿਓ ਕਿਸੇ ਨੂੰ ਸੇਵਾ ਦਾ ਨਸ਼ਾ ਹੈ ਦਾ ਕਿਸ਼ ਨੂੰ ਇੰਜੋਏ ਦਾ ਨਸ਼ਾ ਦੇਖੋ ਇੱਕ ਦੋ ਚੀਜ਼ਾਂ ਨਹੀਂ ਤੁਸੀਂ ਆਈਸਕ੍ਰੀਮ 1000 ਰੁਪਏ ਦੀ ਵੀ ਖਾ ਰਹੇ ਹੋ ਤੁਸੀਂ ਆਈਸਕ੍ਰੀਮ 100 ਰੁਪਏ ਦੀ ਵੀ ਖਾ ਰਹੇ ਹੋ ਤੁਸੀਂ 100 ਵਾਲੀ ਖਾ ਕੇ ਗਲੇ ਤੱਕ ਟੇਸਟ ਲੈ ਲਿਆ 900 ਰੁਪਏ ਕਿਸੇ ਦੀ ਹੈਲਪ ਚ ਲਾ ਦੋ ਨਾ ਹੂੰ ਤਾਂ ਉਹ ਤੁਹਾਨੂੰ ਦੁਆਵਾਂ ਦੇ ਕੇ ਨਾ ਫਿਰ ਕੱਲ ਨੂੰ ਤੁਹਾਡੇ ਕੋਲ ਉਹੀ ਆਈਸਕ੍ਰੀਮ 10000 ਰੁਪਏ ਦੀ ਵੀ ਤੁਸੀਂ ਖਾ ਸਕਦੇ ਹੋ ਜੋ ਤੁਸੀਂ ਦੁਆਵਾਂ ਹੀ ਨਹੀਂ ਲੈਂਤੀਆਂ ਤੁਸੀਂ ਆਪਣੇ ਜੋਗਾ ਹੀ ਸੋਚਿਆ ਨਾ ਕਈ ਬੰਦੇ ਸੋਚਦੇ ਆ ਮੈਂ ਤੇ ਮੇਰਾ ਬੰਨਾ ਤੀਜੇ ਦਾ ਮੱਥਾ ਪੰਨਾ ਹੈ ਨਾ ਇਹ ਹੈ ਇਹ ਹੈਗਾ ਕਿ ਮੈਂ ਤੇ ਮੇਰਾ ਘਰ ਵਾਲਾ ਹੋਵੇ ਬਸ ਤੀਜਾ ਕੋਈ ਨਾ ਹੋਵੇ ਮਤਲ ਲੇਕਿਨ ਉੱਠ ਕੇ ਜਾ ਕੇ ਦੇਖੋ ਕਿ ਕਿੱਦਾਂ ਦੁਆਵਾਂ ਕੰਮ ਕਰਦੀਆਂ ਤੁਹਾਨੂੰ ਪੈਸੇ ਖਰਾਬ ਕਰਨਾ ਵੀ ਨਹੀਂ ਪਸੰਦ ਤੇ ਜੇ ਕੋਈ ਹੋਰ ਕਰ ਰਿਹਾ ਉਹ ਵੀ ਨਹੀਂ ਪਸੰਦ ਨਹੀਂ ਚਲੋ ਹੋਰ ਐਦਾਂ ਨਾ ਹੋਰ ਕੋਈ ਬੰਦਾ ਮੈਨੂੰ ਤਾਂ ਇਹ ਹੁੰਦਾ ਕਿ ਯਾਰ ਜਿਹੜੇ ਰਸਤੇ ਚੋਂ ਜਿਹੜੀ ਮਤਲਬ 250 ਰੁਪਏ ਚ ਨੌਕਰੀ ਕਰਕੇ ਜਿਹੜੀ ਮਜਬੂਰੀਆਂ ਚੋਂ ਮੈਂ ਨਿਕਲਿਆ ਅਗਰ ਪਰਮਾਤਮਾ ਨੇ ਅੱਜ ਤੁਹਾਨੂੰ ਮੌਕਾ ਦੇਤਾ ਤੁਹਾਨੂੰ ਸਿੱਧਾ ਹੀ ਮਤਲਬ ਸਾਨੂੰ ਤਾਂ ਪਲਾਸਟਿਕ ਦਾ ਚਮਚ ਵੀ ਨਹੀਂ ਮਿਲਿਆ ਲੱਕੜ ਦਾ ਵੀ ਨਹੀਂ ਮਿਲਿਆ ਅਗਰ ਤੁਹਾਨੂੰ ਘੱਟੋ ਘੱਟ ਸਟੀਲ ਦਾ ਚਮਚ ਮਿਲਿਆ ਤਾਂ ਉਹਨੂੰ ਚਾਂਦੀ ਦੇ ਚਮਚ ਚ ਕਨਵਰਟ ਕਰਨ ਦੀ ਕੋਸ਼ਿਸ਼ ਕਰੋ ਹੈਨਾ ਹਣ ਸਾਡੇ ਕੋਲ ਤਾਂ ਹੈ ਹੀ ਲੱਕੜ ਦਾ ਵੀ ਨਹੀਂ ਸੀਗਾ ਹਾ ਜੀ ਦਾ ਹੱਥ ਨਾਲ ਚਾਵਲ ਖਾਂਦੇ ਸੀ ਕਿਉਂਕਿ 250 ਰੁਪਏ ਚ ਕੀ ਖਾ ਲਾਂਗੇ ਪਹਿਲਾਂ ਮੈਂ ਅ ਅੰਡੇ ਦੀ ਰੇੜੀ ਲਗਾਉਂਦਾ ਸੀ ਫਿਰ ਹੁਣ ਜਿਹੜੇ ਬੰਦੇ ਦੇ ਕੋਲ ਸਟੀਲ ਦਾ ਚਮਚ ਹੈ ਉਹਨੂੰ ਅਚੀਵ ਕਰਕੇ ਪਹੁੰਚੇ ਨਾ ਚਾਂਦੀ ਦੇ ਚਮਚੇ ਚ ਜਦੋਂ ਮੈਂ ਜੰਮਿਆ ਸੀ 2019 96 ਦੇ ਵਿੱਚ ਉਦੋਂ ਮੈਂ ਜੰਮਿਆ ਸੀ ਉਦੋਂ ਕੀ ਹਾਲਾਤ ਸੀ ਕਰਦੇ ਉਦੋਂ ਵੀ ਹਾਲਾਤ ਬੇਟਾ ਇਹੀ ਸੀਗੇ ਕਿ ਮਤਲਬ ਤੁਸੀਂ ਜਦੋਂ ਹਸਪੀਟਲ ਚ ਸੀਗੇ ਤਾਂ ਸਭ ਤੋਂ ਸਸਤੇ ਹਸਪੀਟਲ ਚ ਅਸੀਂ ਮਤਲਬ ਐਡਮਿਟ ਕਰਵਾਇਆ ਸੀ ਮੰਮਾ ਜਿਹੜਾ ਲੁਧਿਆਣੇ ਦਾ ਬਹੁਤ ਸਸਤਾ ਹਸਪੀਟਲ ਸੀ ਜਿਹਨੂੰ ਕੀ ਬਹੁਤ ਸਸਤਾ ਗਿਣਿਆ ਜਾਂਦਾ ਕਿਉਂਕਿ ਪੈਸੇ ਨਹੀਂ ਸੀ ਫੰਡਿੰਗ ਨਹੀਂ ਸੀ ਤੇ ਕੰਮ ਵੀ ਇੰਨਾ ਨਹੀਂ ਸੀ ਲੇਕਿਨ ਤੁਹਾਡੇ ਤੋਂ ਬਾਅਦ ਕੰਮ ਬਹੁਤ ਅੱਛਾ ਹੋ ਗਿਆ ਬਹੁਤ ਉਸ ਮਤਲਬ ਆਪਣੇ ਕੋ ਅਚੀਵ ਹੁੰਦਾ ਚਾਹ ਕਿਹੜਾ ਟਾਈਮ ਆਇਆ ਸੀ ਜਦੋਂ ਆਪਾਂ ਪੀਕ ਤੇ ਗਏ ਸੀ ਜਦੋਂ ਆਪਾਂ ਲੱਗਿਆ ਸੀ ਕਿ ਲੋਕ ਵੀ ਹੁਣ ਪਰਮਾਤਮਾ ਨੇ ਸੁਣ ਲਈ ਨਹੀਂ ਅੱਜ ਵੀ ਉਹ ਉਸ ਤੋਂ ਬਾਅਦ ਸਟਾਰਟ ਹੀ ਸੀਗਾ ਬਸ ਓਕੇ 95 ਤੋਂ ਜਦੋਂ ਤੁਹਾਡਾ ਬਰਥ ਹੋਇਆ 96 ਦੇ ਵਿੱਚ ਉਸ ਤੋਂ ਬਾਅਦ ਆਪਣੀ ਅਚੀਵਮੈਂਟ ਸ਼ੁਰੂ ਹੋ ਗਈ ਸੀ ਕਿਉਂਕਿ ਉਦੋਂ ਜਦੋਂ ਇੱਕ ਇੱਕ ਕਿੱਟੀ ਮੈਨੂੰ ਮਿਲੀ ਸੀ 90 ਦੇ ਵਿੱਚ ਜਦੋਂ ਮਤਲਬ ਮੈਨੂੰ ਲੱਗਿਆ ਕਿ ਲੱਖ ਰੁਪਏ ਬਹੁਤ ਹੁੰਦਾ ਇੱਕ ਕਿੱਟੀ ਮੈਨੂੰ ਮਿਲੀ ਸੀ ਤੁਹਾਡੇ ਮੈਂ ਬਰਥ ਤੋਂ ਬਾਅਦ ਜਿਹੜੀ ਤੁਹਾਡੇ ਤੋਂ ਬਾਅਦ ਮਿਲੀ ਸੀ ਨਾ ਉਹ ਮਿਲੀ ਨਹੀਂ ਸੀ ਉਹ ਕਮੇਟੀ ਲੈ ਕੇ ਭੱਜ ਗਈ ਸੀ ਕਿਉਂਕਿ ਤੁਸੀਂ ਗੰਡਮੂਲ ਚ ਹੋਏ ਸੀ ਔਰ ਕਹਿੰਦੇ ਗੰਡਮੂਲ ਦਾ ਬੱਚਾ ਵਧੀਆ ਹੁੰਦਾ ਤਾਂ ਅਸੀਂ ਮਤਲਬ ਉਸ ਤੋਂ ਬਾਅਦ ਸਾਡੀ ਸਮਝ ਲਓ ਕਿ ਸ਼ੁਰੂਆਤ ਹੋ ਗਈ ਸੀ ਕੰਮ ਦੀ ਬਹੁਤ ਅਨਮੋਲ ਜੀ ਤੋਂ ਪਹਿਲਾਂ ਮੰਨਦੇ ਸੀ ਕਿ ਵਹਿਮਾ ਪਰਮਾ ਦੇ ਵਿੱਚ ਕੀ ਇਦਾਂ ਜੀ ਉਦਾਂ ਜੀ ਨਹੀਂ ਪਹਿਲਾਂ ਮੈਂ ਮੰਨਦਾ ਸੀਗਾ ਪਰ ਜਦੋਂ ਤੋਂ ਅਨਮੋਲ ਜੀ ਨੂੰ ਆਪਾਂ ਸੁਣਨਾ ਸ਼ੁਰੂ ਕੀਤਾ ਕਿਉਂਕਿ ਇੰਨੀਆਂ ਗੱਲਾਂ ਅਨਮੋਲ ਜੀ ਨਾਲ ਕਰ ਨਹੀਂ ਹੁੰਦੀਆਂ ਇਹ ਲਾਗੇ ਵਿੱਚ ਵਿੱਚ ਹੈ ਓਕੇ ਵੀਡੀਓ ਦੇ ਵਿੱਚ ਸੁਣ ਕੇ ਫਿਰ ਕਾਫੀ ਕੁਛ ਅੱਛਾ ਸੀ ਸਿੱਖਦੇ ਹਾਂ ਉਸ ਤੋਂ ਔਰ ਮੈਨੂੰ ਲੱਗਦਾ ਕਿ ਸਭ ਨੂੰ ਸਿੱਖਣਾ ਚਾਹੀਦਾ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਤੁਹਾਡੇ ਸ਼ਰੋਤਿਆਂ ਨੂੰ ਵੀ ਸਾਰੇ ਦਰਸ਼ਕਾਂ ਦਰਸ਼ਕਾਂ ਨੂੰ ਵੀ ਕਿ ਮੈਂ ਅਨਮੋਲ ਜੀ ਦੇ ਸੁਣਨ ਤੋਂ ਬਾਅਦ ਕੋਈ ਗੁਰੂ ਨਹੀਂ ਬਣਾਇਆ ਹਮ ਮੈਂ ਹੁਣ ਸਭ ਨੂੰ ਇਹੀ ਕਹਿਣਾ ਕਿ ਅਨਮੋਲ ਜੀ ਮੇਰੇ ਗੁਰੂ ਨੇ ਤੇ ਅਨਮੋਲ ਜੀ ਦੇ ਕਏ ਹੋਏ ਰਸਤੇ ਤੇ ਪਰ ਮੈਂ ਬਾਬਾ ਨਹੀਂ ਬਣਨਾ ਨਹੀਂ ਤੁਸੀਂ ਬਾਬਾ ਨਹੀਂ ਬਣਨਾ ਲੇਕਿਨ ਠੀਕ ਹੈ ਵਿਚਾਰ ਤਾਂ ਹੈਗੇ ਨਾ ਵਿਚਾਰਾਂ ਦਾ ਮਤਲਬ ਮੈਨੂੰ ਤਾਂ ਐਦਾਂ ਨਾ ਦੇਖੋ ਕੋਈ ਇੱਕ ਸ਼ਰਾਬ ਪੀਣ ਵਾਲਾ ਇੱਕ ਮਿੰਟ ਚੋ ਹੀ ਬੋਤਲ ਤੋੜ ਸਕਦਾ ਕੋਈ ਗੱਲ ਕਰ ਕਰਨੀ ਚਾਹੀਦੀ ਹੈ ਹੁਣ ਬਾਬਾ ਜੱਸਾ ਜੀ ਦੀ ਮੰਨ ਲਓ ਤੁਹਾਡੇ ਨਾਲ ਬੈਠੇ ਸੀਗੇ ਉਹਨਾਂ ਦੀ ਗੱਲ ਮੈਨੂੰ ਘਰ ਘਰ ਗਈ ਬਿਲਕੁਲ ਹੁਣ ਮੇਰੇ ਅੰਦਰੋਂ ਨਹੀਂ ਨਿਕਲ ਰਹੀ ਕਿਉਂਕਿ ਜਿਹੜੀ ਗੱਲ ਘਰ ਘਰ ਜਾਂਦੀ ਹੈ ਨਾ ਉਹ ਕਦੀ ਭੁੱਲਦੀ ਨਹੀਂ ਉਹ ਮੈਨੂੰ ਅੰਦਰ ਹੀ ਯਾਦ ਹੋ ਗਈ ਕਿ ਮਤਲਬ ਆਪਾਂ ਲੰਗਰ ਲਗਾਈ ਜਾ ਰਹੇ ਹੁਸ਼ੀਆਂ ਮਨਾ ਰਹੇ ਆ ਸਾਡੇ ਖੁਸ਼ੀਆਂ ਮਨਾਉਣ ਦੇ ਦਿਨ ਨਹੀਂ ਹੈ ਉਹਨਾਂ ਨੂੰ ਮਨਾਣਾ ਚਾਹੀਦਾ ਸਾਨੂੰ ਯਾਦ ਰੱਖਣਾ ਚਾਹੀਦਾ ਕਿਉਂਕਿ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਕੋਈ ਹੋਇਆ ਕਿਸੇ ਨੇ ਆਪਣੀ ਕੁਰਬਾਨੀ ਦਿੱਤੀ ਹੋਵੇ ਬੱਚੇ ਵਾਰ ਤੇ ਹੁਣ ਨਹੀਂ ਉਹਨਾਂ ਨੇ ਸਮਾਜ ਲਈ اپنی قوم ਲਈ بچے ਵਾਰ ਦਿੱਤੇ ਤੇ ਆਪਾਂ ਉਹਨਾਂ ਦਾ ਜਿਹੜਾ ਪਰਵ ਹੈ ਮਨਾਣਾ ਚਾਹੀਦਾ ਸਾਨੂੰ ਲੇਕਿਨ ਐਦਾ ਨਹੀਂ ਕਿ ਹੁੱਲੜਬਾਜੀ ਨਾਲ ਮਨਾਈਏ ਹੈਨਾ ਆਪਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਉਹ ਸਾਰਿਆਂ ਪਰਿਵਾਰਾਂ ਨੂੰ ਮਨਾਣਾ ਚਾਹੀਦਾ ਉਹਨਾਂ ਨੇ ਕੋਈ ਫਰਕ ਨਹੀਂ ਕੀਤਾ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਆਪਣਾ ਹਿੰਦੂਆਂ ਦੇ ਬੱਚੇ ਸੀਗੇ ਹੈਨਾ ਤਾਂ ਉਹਨਾਂ ਨੂੰ ਐਦਾ ਮਤਲਬ ਆਪਾਂ ਨੂੰ ਸਭ ਨੂੰ ਮਿਲ ਜੁਲ ਕੇ ਹੀ ਇਸ ਸਮਾਜ ਨੂੰ ਸੁੰਦਰ ਬਣਾਉਣਾ ਚਾਹੀਦਾ ਠੀਕ ਹੈ ਅੱਗੇ ਤਾਂ ਕੋਈ ਲੱਗਦਾ ਹੀ ਆ ਕੋਈ ਤਾਂ ਲੱਗ ਸਕਦਾ ਨਾ ਅੱਗੇ ਕਿਉਂਕਿ ਹੁਣ ਸਾਰੇ ਹੀ ਸੋਚਣ ਕੀ ਔਰ ਅਸੀਂ ਬਣ ਜਾਈਏ ਤਾਂ ਐਦਾਂ ਨਹੀਂ ਹੁੰਦਾ ਤਾਂ ਕਿਸੇ ਨਾ ਕਿਸੇ ਨੂੰ ਅੱਗੇ ਲੱਗਣਾ ਪੈਂਦਾ ਔਰ ਜੋ ਮੈਨੂੰ ਤਾਂ ਇਹ ਲੱਗਦਾ ਸਮਾਜ ਦੇ ਵਿੱਚ ਕੋਈ ਵੀ ਅੱਛਾ ਕੰਮ ਕਰ ਰਿਆ ਮੈਂ ਉਹਦੀ ਸਪੋਰਟ ਕਰਦਾ ਹਮੇਸ਼ਾ ਇਹ ਨਹੀਂ ਕਿ ਅਨਮੋਲ ਜੀ ਕਰਕੇ ਕਰਦਾ ਨਹੀਂ ਕਿਉਂਕਿ ਯਾਰ ਕੋਈ ਵੀ ਅੱਛਾ ਕੰਮ ਕਰ ਰਿਆ ਨਾ ਅੱਜ ਵੀ ਮੈਨੂੰ ਇਹਨਾਂ ਨੇ ਰਾਸ਼ਨ ਵਿਤਰਨ ਸਮਾਰੋਹ ਤੇ ਬੁਲਾਇਆ ਸੀ ਤਾਂ ਉੱਥੇ ਵੀ ਮੈਂ ਸਭ ਨੂੰ ਇਹੀ ਅਪੀਲ ਕੀਤੀ ਕਿ ਯਾਰ ਤੁਸੀਂ ਇੱਕ ਬੰਦਾ ਇੰਨਾ ਵਧੀਆ ਕੰਮ ਕਰ ਰਿਹਾ ਹੈ ਉਹ ਕਿਸੇ ਕੋਲੋਂ ਮੰਗ ਕੇ ਰਾਸ਼ਨ ਵੰਡ ਰਿਹਾ ਕਿਸੇ ਕੋਲੋਂ ਮੰਗ ਕੇ ਵੰਡ ਰਿਹਾ ਨਾ ਉਹ ਕਿਉਂਕਿ ਉਹਦੇ ਕੋਲ ਆਪਣੇ ਕੋਲ ਇੰਨੀ ਸੌਂ ਰਥਾ ਨਹੀਂ ਕਿ ਉਹ ਦੇ ਸਕੇ ਅਗਰ ਉਹ ਅੱਛਾ ਕੰਮ ਕਰ ਰਿਹਾ ਤਾਂ ਉਹਦੀ ਸਪੋਰਟ ਕਿਉਂ ਨਹੀਂ ਕਰ ਬਿਲਕੁਲ ਤਾਂ ਮੈਂ ਉੱਥੇ ਵੀ ਅੱਜ ਇਹ ਮਤਲਬ ਬੋਲਿਆ ਕਿ ਤੁਸੀਂ ਯਾਰ ਸਭ ਜਣੇ ਰਲ ਕੇ ਉਹਦੀ ਸਪੋਰਟ ਕਰੋ ਤਾਂ ਕਿ ਆਪਣਾ ਹੁਣ ਤੁਸੀਂ ਦੇਖੋ ਜਦੋਂ ਤੋਂ ਤੁਸੀਂ ਸੇਵਾ 'ਚ ਲੱਗੇ ਹੋ ਤਾਂ ਮੇਰੇ ਕੰਨਾਂ 'ਚ ਸਾਰਿਆਂ ਵੱਸੋਂ ਸੇਵਾ ਦੀ ਆਵਾਜ਼ਾਂ ਹੀ ਆਉਂਦੀ ਹੈ ਹਮੇਸ਼ਾ ਪਹਿਲਾਂ ਲੱਗਦਾ ਸੀਗਾ ਕਿ ਯਾਰ ਉਹ ਉਹਨੂੰ ਲੁੱਟ ਗਿਆ ਉਹਨੂੰ ਲੁੱਟ ਗਿਆ ਹੁਣ ਨਹੀਂ ਹੁਣ ਸਾਰਿਆਂ ਵੱਸੋਂ ਜਿੱਧਰ ਦੇਖੋ ਸੇਵਾ ਜਿੱਧਰ ਦੇਖੋ ਸੇਵਾ ਜਿੱਧ ਕਿਉਂਕਿ ਯੂਥ ਬਦਲ ਰਿਹਾ ਔਰ ਆਣ ਵਾਲੇ 5-10 ਸਾਲਾਂ ਇਚ ਮੈਨੂੰ ਲੱਗਦਾ ਹੈ ਕਿ ਕਲਯੁਗ ਹੀ ਸਤਯੁਗ ਦੇ ਵਿੱਚ ਪਲਟ ਜਾਏਗਾ ਕਿਉਂਕਿ ਲੋਕਾਂ ਦੀ ਸੋਚ ਹੈ ਨਾ ਲੋਕ ਕਹਿੰਦੇ ਕਲਯੁਗ ਹੈ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਜਦੋਂ ਤੁਸੀਂ ਨਹੀਂ ਸੀਗੇ ਸੇਵਾ ਦੇ ਵਿੱਚ ਉਦੋਂ ਸੇਵਾ ਦਾ ਇੰਨਾ ਨਾਮ ਨਹੀਂ ਸੀ ਕਿਉਂਕਿ ਅਸੀਂ ਵੀ ਚਲੋ ਸੰਸਕਾਰਾਂ ਦੇ ਵਿੱਚ ਵੀ ਆ ਗਏ ਹਨ ਸੰਸਕਾਰ ਵੀ ਕਰਾਣ ਲੱਗ ਗਏ ਤਾਂ ਲੱਗਦਾ ਨਹੀਂ ਸੀ ਕਿ ਸੋਸ਼ਲ ਮੀਡੀਆ ਤੇ ਨਹੀਂ ਸੀਗਾ ਉਦੋਂ ਸੋਸ਼ਲ ਮੀਡੀਆ ਤੇ ਨਹੀਂ ਸੀ ਕਰਦੇ ਸੀਗੇ ਹਨ ਲੇਕਿਨ ਇੰਨਾ ਨਹੀਂ ਸੀ ਲੇਕਿਨ ਹੁਣ ਕਿੰਨਾ ਰੋਲ ਹੈ ਸੇਵਾ ਦਾ ਸਾਰੇ ਪਾਸੇ ਸੇਵਾ ਉਹਨਾਂ ਜਸਾ ਜੀ ਦਾ ਸਾਨੂੰ ਕਿੱਥੋਂ ਪਤਾ ਲੱਗਿਆ ਤੁਹਾਡੇ ਕੋਲ ਪਤਾ ਲੱਗਿਆ ਨਾ ਲੇਕਿਨ ਇਹ 12 ਸਾਲ ਤੋਂ ਕਰ ਰਹੇ ਸੀਗੇ ਔਰ ਉਹਨਾਂ ਦਾ ਵੀ ਦੇਖੋ ਕਿੰਨਾ ਵੱਡਾ ਤਿਆਗ ਹੈ ਹੈਨਾ ਐਵੇਂ ਮੰਨ ਲਓ ਕਿਸੇ ਨੂੰ ਕਹਿ ਦੇਣਾ ਕਰਨਾ ਤੇ ਕਹਿਣਾ ਬਹੁਤ ਔਖਾ ਤੁਸੀਂ ਮੈਨੂੰ ਦੱਸੋ ਮਿਸਸ ਅਲਕਾਰਾਣੀ ਜੀ ਕਿ ਜਦੋਂ ਅਨਮੋਲ ਜੀ ਦੇ 네ਗੇਟਿਵ ਵੀਡੀਓਜ਼ ਆਉਂਦੀਆਂ ਨੇ ਖਿਲਾਫ ਵੀਡੀਓਜ਼ ਆਉਂਦੀਆਂ ਨੇ ਤਾਂ ਤੁਹਾਡਾ ਕੀ ਰਿਐਕਸ਼ਨ ਹੁੰਦਾ ਕਿਵੇਂ ਲੱਗਦਾ ਤੁਹਾਨੂੰ ਉਦੋਂ ਨਹੀਂ ਮੈਂ ਕਮੈਂਟ ਵਾਲੇ ਧਿਆਨ ਨਹੀਂ ਦਿੰਦੇ ਮੈਨੂੰ ਪਤਾ ਉਹ ਸੱਚਾ ਤੇ ਅੱਛਾ ਹੈ ਸਿੱਧੇ ਰਸਤੇ ਚੱਲਿਆ ਬਸ ਉਹਦਾ ਏਮ ਮੋਟਿਵ ਇੱਕੋ ਹੀ ਹੈ ਕਿ ਮੈਂ ਸੇਵਾ ਕਰਨੀ ਉਹ ਵੀ ਨਿਸ਼ਕਾਮ ਤੇ ਜਿੱਥੇ ਪੇੜ ਆਂਬ ਦਾ ਲੱਗਾ ਹੁੰਦਾ ਬੱਟੇ ਤਾਂ ਉੱਥੇ ਪੈਂਦੇ ਕੋਈ ਇਤੋਂ ਪਤਾ ਲੱਗਦਾ ਜੇ ਤੁਸੀਂ ਐਦਾਂ ਸਿਓ ਤਾਂ ਉਹ ਵੀ ਉਹ ਟੈਨਸ਼ਨ ਜ਼ਿਆਦਾ ਲੈ ਜਾਂਦੇ ਆ ਕਿ ਨਹੀਂ ਕਈ-ਕਈ ਵਾਰੀ ਵੀਡੀਓਜ਼ ਚ ਉਹਨਾਂ ਦੇ ਐਗਰੈਸਿਵ ਰਿਐਕਸ਼ਨ ਗੁੱਸੇ ਚ ਨਹੀਂ ਐਕਚੁਅਲੀ ਜਿਹੜਾ ਬੰਦਾ ਕਰ ਰਿਹਾ ਨਾ ਉਹਨੇ ਗੁੱਸਾ ਚਾਹਣਾ ਕਿ ਜਦ ਆਪਾਂ ਨੂੰ ਪਤਾ ਕਿ ਸਲ ਬਿਲਕੁਲ ਸਹੀ ਹੈ ਰਸਤੇ ਚੱਲਿਆ ਦਾ ਉਹ ਕੋਈ ਗਲਤ ਪੈਸਾ ਨਹੀਂ ਆ ਰਿਹਾ ਗਲਤ ਕਮਾਈ ਕੋਈ ਮੈਨੂੰ ਕੋਈ ਕਦੀ ਉਹਨਾਂ ਨੇ ਜਾ ਕੇ ਅਨਮੋਲ ਜੀ ਨੇ ਆਪਣੇ ਕੋਈ ਗੱਲ ਸ਼ੇਅਰ ਕੀਤੀ ਹੈ ਕਿ ਮੈਂ ਆ ਪ੍ਰੋਬਲਮ 'ਚ ਆ ਨਹੀਂ ਗੱਲ ਸ਼ੇਅਰ ਨਹੀਂ ਕੀਤੀ ਪਰ ਮੈਂ ਚਿਹਰਾ ਪੜ ਲੈਂਦੀ ਹਾਂ ਇਹਨੇ ਅੱਜ ਕੋਈ ਗੱਲ ਹੈ ਅੱਛਾ ਚਿਹਰਾ ਪੜ ਲੈਂਦੇ ਹੋ ਕਿ ਅੱਜ ਕੋਈ ਉਹਨਾਂ ਕੋਈ ਪੱਕਾ ਗੱਲ ਹੈ ਤੇ ਦੱਸ ਦੱਸਦੇ ਨਹੀਂ ਉਹ ਨਹੀਂ ਉਹ ਦੱਸਦੇ ਨਹੀਂ ਪਰ ਮੈਂ ਆਪਣੇ ਫੋਨ ਨੂੰ ਕਿ ਇੱਜ਼ਤ ਦੇ ਰਿਹਾ ਦੱਸਦੇ ਨਹੀਂ ਦੱਸਦਾ ਨਹੀਂ ਉਹ ਨਹੀਂ ਉਹ ਦੱਸਦਾ ਨਹੀਂ ਉਹ ਐਕਚੁਅਲੀ ਮੈਨੂੰ ਫੋਨ ਤੋਂ ਸਾਰਾ ਕੁਝ ਪਤਾ ਲੱਗ ਜਾਂਦਾ ਮੈਂ ਫੋਨ ਜਿੰਨਾ ਚਿਰ ਦੇਖਾ ਮੈਨੂੰ ਸੌਂਗ ਵੀ ਚਾਹੇ ਰਾਤ ਦੇ 12 ਵਜੇ ਨਾ ਮੈਂ ਵੀਡੀਓ ਦੇਖੂਗੀ ਫੋਨ ਕਰੂੰਗੀ 11 ਵਜੇ ਮੈਂ ਕੋਲ ਕਾਲ ਕਰੂੰਗੀ ਰਿਲੈਕਸ ਹੋ ਜਾਊਂਗੀ ਕਿ ਬਸ ਉਹਨੂੰ ਅਨਮੋਲ ਜੀ ਲਈ ਕੁੜੀ ਕਿੱਦਾਂ ਦੀ ਚਾਹਨੇ ਹੋ ਤੁਸੀਂ ਕਿੱਦਾਂ ਦੀ ਕੁੜੀ ਨਾਲ ਤੁਸੀਂ ਰਹਿਣਾ ਚਾਹਨੇ ਹੋ ਆਪ ਲੱਭਣਾ ਚਾਹਨੇ ਹੋ ਕਿ ਉਹ ਆਪ ਲੱਭਣ ਚੱਲੇਗੀ ਨਹੀਂ ਆਪਣੇ ਆਪ ਲੱਭਣ ਤੁਸੀਂ ਕਿਉਂ ਨਹੀਂ ਲੱਭਣੀ ਜੀਵਨ ਪਾਰਟਨਰ ਉਹ ਆਪਣਾ ਲਾਈਫ ਪਾਰਟਨਰ ਕੋਤਸਣਾ ਹੈ ਕਿਉਂ ਤੁਹਾਡਾ ਤਾਂ ਤੁਹਾਡੇ ਪੇਰੈਂਟਸ ਨੇ ਲੱਭਿਆ ਸੀ ਫਿਰ ਤੁਸੀਂ ਕਿਉਂ ਚਾਹਨੇ ਹੋ ਕਿ ਉਹ ਆਪ ਹੀ ਲੱਭਣ ਨਹੀਂ ਉਹ ਜਿੱਦਾਂ ਨੇ ਵੀ ਆਏਗੇ ਮੈਂ ਐਕਸੈਪਟ ਕਰਾਂਗੀ ਅੱਛਾ ਜੀ ਇਹ ਖੁੱਲਾ ਨਿਯੋਤਾ ਦੇ ਰਹੇ ਤੁਸੀਂ ਲੋਕਾਂ ਨੂੰ ਹਰ ਮਾਪਾ ਚਾਹੁੰਦਾ ਹੈ ਕਿ ਮੇਰਾ ਬੱਚਾ ਅੱਛਾ ਲੱਗੇ ਪਰ ਇਹ ਕਿ ਜੇ ਮੇਰੀ ਬੇਟੀ ਨਾ ਮੈਂ ਵੀ ਚਾਹਾਂਗੀ ਉਹ ਵੀ ਕਿਸੇ ਦੀ ਬੇਟੀ ਆਏਗੀ ਤਾਂ ਬੇਟੀ ਦੀ ਤਰ੍ਹਾਂ ਰੱਖਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਤੇਰੇ ਮਨ 'ਚ ਕੋਈ ਸਵਾਲ ਹੋਵੇ ਤੂੰ ਦੱਸ ਸਕਦੀ ਹੈ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਗੱਲਬਾਤ ਕਰਕੇ ਕੋਈ ਹੋਰ ਤੁਹਾਡੇ ਮਨ 'ਚ ਕੋਈ ਗੱਲ ਹੋਵੇ ਜਿਹੜੀ ਤੁਸੀਂ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਬਸ ਇਹੀ ਹੈ ਕਿ ਪਰਮਾਤਮਾ ਨਾਲ ਜੁੜਨਾ ਚਾਹੀਦਾ ਪਰਮਾਤਮਾ ਦੀ ਜਦੋਂ ਤੁਹਾਡੇ ਘਰ ਕੋਈ ਵੀ ਚੱਲੇਗਾ ਸਾਧ ਸੰਗ ਚੱਲੇਗਾ ਉਹ ਤੁਸੀਂ ਚੱਲਦੇ ਫਿਰਦੇ ਚਾਹੇ ਰੋਜ਼ ਜ਼ਰੂਰੀ ਨਹੀਂ ਤੁਸੀਂ ਇੱਕ ਘੰਟਾ ਕਹਿੰਦੇ ਜਿੰਦਗੀ ਇੱਕ ਘੰਟਾ ਤਨ ਤੇ ਇੱਕ ਘੰਟਾ ਮਨ ਜਿਹੜਾ ਮਨ ਦਾ ਡਾਕਟਰ ਹੈ ਤੁਹਾਡਾ ਸਾਥਸੰਗ ਹੈ ਕਿਉਂਕਿ ਕਹਿੰਦੇ ਤੁਹਾਡੇ ਸਾਰੀ ਬਾਡੀ ਪਾਰਟ ਦੇ ਅੰਗ ਦੇ ਡਾਕਟਰ ਹੋਣਗੇ ਅੱਖ ਦਾ ਹੋਊਗਾ ਨੱਕ ਦਾ ਹੋਊਗਾ ਹਾਰਟ ਦਾ ਵੀ ਹੋਊਗਾ ਲੇਕਿਨ ਮਨ ਦਾ ਡਾਕਟਰ ਤੁਹਾਡਾ ਸਾਥਸੰਗ ਹੈ ਵਾਹ ਜੀ ਗੁਰਵਾਨੀ ਹੈ ਤੁਸੀਂ ਉਹਦੇ ਟੱਚ 'ਚ ਰਹੋਗੇ ਨਾ ਫਿਰ ਤੁਹਾਨੂੰ ਰਹੇਗਾ ਮੇਰੇ ਪਿੱਛੇ ਸਪੋਰਟ ਹੈ ਫਿਰ ਤੁਹਾਨੂੰ ਐ ਮੈਂਬਰ ਦੀ ਸਪੋਰਟ ਨਹੀਂ ਚਾਹੀਦੀ ਫਿਰ ਤੁਹਾਨੂੰ ਹਰ ਵੇਲੇ ਐਦਾਂ ਰਹੂਗਾ ਪ੍ਰਮਾਤਮਾ ਹਰ ਟਾਈਮ ਮੇਰੇ ਨਾਲ ਹੈ ਕੋਈ ਗਲਤ ਕੰਮ ਨਹੀਂ ਕਰਨਾ ਗਲਤ ਨਹੀਂ ਜਾਣਾ ਮੈਂ ਵਾਕ ਤੇ ਜਾਂਦੀ ਸੀ ਮੈਨੂੰ ਹਨੇਰਾ ਨਹੀਂ ਪਸੰਦ ਹੁੰਦਾ ਸੀ ਸ਼ਾਮ ਨੂੰ ਮੈਂ ਕਹਿੰਦਾ ਜਲਦੀ ਚਲੋ ਜਲਦੀ ਘਰ ਚਲੋ ਕਿਉਂਕਿ ਸ਼ੁਰੂ ਕਿ ਪਾਪਾ ਆਉਣ ਤੋਂ ਪਹਿਲੇ ਸੇ ਘਰ ਹੋਣਾ ਤੇ ਜਦੋਂ ਸਵੇਰੇ ਸਵੇਰੇ ਜਾਂਦੀ ਸੀ ਅੱਧੀ ਮੈਂ ਯੋਗਾ ਤੇ ਜਾਂਦੀ ਸੀ ਇੱਕ ਵਾਰੀ ਮੈਂ ਗਲਤੀ ਨਾਲ 5:00 ਦੀ بجائے ਜਲਦੀ ਚਲੀ ਗਈ ਉਦੋਂ ਤੁਸੀਂ ਛੋਟੇ ਜੇ ਸੀ ਮੈਂ ਦੇਖਿਆ ਉਹ ਹਲਵਾਈ ਦੀ ਦੁਕਾਨ ਤੇ ਖੁੱਲ ਜਾਂਦੀ 5:00 ਵਜੇ ਅੱਜ ਬੰਦ ਹੈ ਜਦੋਂ ਗਈ ਅੱਗੇ ਜਿੱਥੇ ਉਹ ਹੁੰਦਾ ਯੋਗਾ ਕਲਾਸ ਬੰਦ ਸੀ ਮੈਂ ਡਰ ਗਈ ਹੁਣ ਮੈਂ ਕੀ ਕਰਾਂ ਹੁਣ ਤਾਂ ਬੰਦ ਹੈ ਟਾਈਮ ਦੀ ਗਲਤੀ ਲੱਗੀ ਨੇਚਰਲੀ ਰੱਬੇ ਸਾਹਮਣੇ ਮੰਦਿਰ ਸੀ ਉੱਥੇ ਰਮਾਇਣ ਪੜਦੇ ਪਏ ਸੀ ਜਦੋਂ ਦੇਖਿਆ ਘੜੀ ਉਹ 5:00 ਦੀ بجائے ਮੈਂ 4:30 ਉੱਥੇ ਪਹੁੰਚ ਗਈ ਪਰ ਮੈਂ ਉਦਾਂ ਘੰਟਾ ਰਮਾਇਣ ਤੇ ਬੈਠ ਗਈ ਕਿਉਂਕਿ ਉਹ ਟਾਈਮ ਮੇਰਾ ਉੱਥੇ ਲਿਖਿਆ ਹੋਇਆ ਸੀ ਫਿਰ ਮੈਂ ਕਿਸ ਨੂੰ ਦੱਸਿਆ ਕਿ ਮੈਨੂੰ ਹਨੇਰੇ 'ਚ ਥੋੜਾ ਡਰ ਲੱਗਦਾ ਫਿਰ ਉਹਨਾਂ ਨੇ ਮੈਨੂੰ ਇੱਕ ਗੱਲ ਜ਼ਿੰਦਗੀ ਦੀ ਕਹੀ ਬੇਟੇ ਤੈਨੂੰ ਰਾਤ ਦੇ ਹਨੇਰੇ ਤੋਂ ਤਾਂ ਡਰ ਲੱਗਦਾ ਕਿ ਰਾਤੀਂ ਤੈਨੂੰ ਸਭ ਸ਼ਰਾਬੀ ਗਲਤ ਬੰਦੇ ਮਿਲਣਗੇ ਪਰ ਜਿਹੜਾ ਤੈਨੂੰ ਸਵੇਰ ਦੇ ਹਨੇਰੇ 'ਚ ਉਹ ਤੈਨੂੰ ਸਾਰੇ ਰੱਬ ਦੇ ਬੰਦੇ ਮਿਲਣਗੇ ਅਮਰਤ ਵੇਲੇ ਸਵੇਰੇ ਰੱਬ ਦੇ ਬੰਦਾ ਹੀ ਮਿਲਦਾ ਤੇ ਮੇਰੇ ਪਾਪਾ ਦੇ ਹੁੰਦਾ ਕਿ ਸੂਰਜ ਚੜ੍ਹਨ ਤੋਂ ਪਹਿਲੇ ਉੱਠਣਾ ਉਹ ਸ਼ੁਰੂ ਤੋਂ ਉਹੀ ਆਦਤ ਬਣੀ ਸੀ ਤੇ ਮੈਂ ਹੁਣ ਸਵੇਰੇ ਜਦੋਂ ਇਕੱਲੀ ਵੀ ਜਾਵਾਂ ਮੈਨੂੰ ਡਰ ਨਹੀਂ ਲੱਗਦਾ ਮੈਂ ਕਹਿੰ ਫਿਰ ਤੁਹਾਡ ਕੋਈ ਗਲਤ ਗੱਲ ਕੋਈ ਕੰਮ ਕੋਈ ਵਿਚਾਰ ਕੋਈ ਕੁਝ ਨਹੀਂ ਹੋਗਾ ਹਰ ਟਾਈਮ ਇਹ ਮਹਿਸੂਸ ਕਰੋ ਹਰ ਸਮੇਂ ਪਰਮਾਤਮਾ ਨਾਲ ਹੈ ਬੜਾ ਚੰਗਾ ਲੱਗਿਆ ਤੁਹਾਡ ਨਾਲ ਗੱਲਬਾਤ ਕਰਕੇ ਤੁਹਾਨੂੰ ਕਿਵੇਂ ਲੱਗਿਆ ਇਸ ਪੋਡਕਾਸਟ ਦੇ ਵਿੱਚ ਏਕੇ ਟਾਕ ਸ਼ੋਅ ਤੇ ਗੱਲਬਾਤ ਕਰਕੇ ਬਹੁਤ ਵਧੀਆ ਅਸੀਂ ਇਹ ਸੋਚ ਕੇ ਅੱਜ ਏਕੇ ਟਾਕ ਸ਼ੋਅ ਤੇ ਨਹੀਂ ਆਏ ਕਿ ਅਨਮੋਲ ਜੀ ਨੇ ਸਾਨੂੰ ਬੁਲਾਇਆ ਜਾਂ ਅਨਮੋਲ ਸਾਡਾ ਬੇਟਾ ਅਸੀਂ ਇਹ ਸੋਚਿਆ ਕਿ ਸਾਨੂੰ ਏਕੇ ਟਾਕ ਸ਼ੋਅ ਵਾਲਿਆਂ ਨੇ ਹੀ ਬੁਲਾਇਆ ਔਰ ਅਸੀਂ ਕੋਈ ਤਿਆਰੀ ਚ ਵੀ ਨਹੀਂ ਸੀਗੇ ਕੀ ਮਤਲਬ ਸਾਡੇ ਕੋਲ ਕੀ ਪੁੱਛਿਆ ਜਾਏ 2 ਵਜੇ ਗੱਲ ਹੋਈ ਆਪਾਂ 4 ਵੇ ਪੋਡਕਾਸਟ ਕਰਦੇ ਔਰ ਰਹਿਣਾ ਵੀ ਸੱਚ ਚਾਹੀਦਾ ਹਮੇਸ਼ਾ ਔਰ ਹਮੇਸ਼ਾ ਸੱਚ ਦੇ ਨਾਲ ਜੁੜੇ ਰਹੋ ਔਰ ਹਮੇਸ਼ਾ ਅੱਛੇ ਕਰਮ ਕਰੋ ਤੁਸੀਂ ਇਹ ਨਾ ਸੋਚੋ ਕਿ ਤੁਹਾਨੂੰ ਕੋਈ ਨਹੀਂ ਦੇਖ ਰਿਹਾ ਪਰਮਾਤਮਾ ਤੁਹਾਡੀ ਪਲ-ਪਲ ਦੀ ਖਬਰ ਰੱਖ ਰਿਹਾ ਉਹ ਤੁਹਾਡੇ ਸੁੱਤੇ ਪਏ ਦਾ ਵੀ ਹਿਸਾਬ ਰੱਖ ਰਿਹਾ ਹੈਨਾ ਜੋ ਤੁਹਾਡੇ ਅੰਦਰ ਚੱਲ ਰਿਹਾ ਹੁਣ ਮੰਨ ਲਓ ਮੈਂ ਬਹੁਤ ਮਿੱਠਾ ਬਣ ਰਿਹਾ ਤਾਂ ਇਹ ਜਿਹੜੇ ਲੋਕ ਸੁਣਨਗੇ ਆ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਮੈਂ ਕਿਦਾਂ ਦਾ ਬਿਲਕੁਲ ਹੁਣ ਨਹੀਂ ਤਾਂ ਉਹ ਮੈਨੂੰ ਬਾਹਰ ਜਾ ਕੇ ਕਹਿਣਗੇ ਨਾ ਯਾਰ ਉੱਥੇ ਤਾਂ ਬੜਾ ਮਿੱਠਾ ਬੰਦਾ ਇਸ ਕਰਕੇ ਆਪਾਂ ਮਿੱਠੇ ਨਹੀਂ ਬੰਨਾਂ ਔਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸ ਦੇਣਾ ਆਪਣੇ ਮਨ ਦੇ ਪਿੱਛੇ ਕਦੀ ਨਹੀਂ ਲੱਗਣਾ ਕਿਉਂਕਿ ਮਨ ਨਾ ਸਾਡੇ ਜਿਹੜਾ ਉਹ ਮਨ ਜਿਹੜਾ ਨਾ ਸਾਡਾ ਡਰਾਈਵਰ ਹੈ ਸਾਡੀ ਆਤਮਾ ਦਾ ਡਰਾਈਵਰ ਹੈ ਮਨ ਮਨ ਦੇ ਪਿੱਛੇ ਕਦੀ ਨਹੀਂ ਲੱਗਣਾ ਮਨ ਤਾਂ ਕਹੇਗਾ ਮੇਰੇ ਕੋ ਸਾਰੀ ਦੁਨੀਆ ਦੀ ਦੌਲਤ ਹੋ ਜਵੇ ਉਹ ਸਾਡੇ ਕੋਲ ਹੋ ਨਹੀਂ ਪਾਣੀ ਅਸੀਂ ਉਹਦੇ ਲਈ ਗਲਤ ਕੰਮ ਕਰਾਂਗੇ ਗਲਤ ਕੰਮ ਨਹੀਂ ਕਰਾਂਗੇ ਮੰਨ ਲਓ ਅਸੀਂ ਬਿਜ਼ਨਸ ਦੇ ਵਿੱਚ ਟੋਪੀ ਬਾਜੀ ਕਰਾਂਗੇ ਕਿਸੇ ਨਾਲ ਕਿਸੇ ਨੂੰ ਮਤਲਬ ਪੈਸੇ ਲੇਟ ਸਵੈਰ ਕਰਾਂਗੇ ਕਿਉਂਕਿ ਅਸੀਂ 플ੌਟ ਖਰੀਦਨੇ ਚਾਹਦੇ ਹਾਂ ਕਿਉਂਕਿ ਅਸੀਂ ਦੁਨੀਆ ਤੇ ਕਬਜ਼ਾ ਕਰਨਾ ਤਾਂ ਉਹਦੇ ਲਈ ਫਿਰ ਲੋਕਾਂ ਦੀਆਂ ਵਾਦੂਆਂਾਂ ਲੱਗਣਗੀਆਂ ਉਹ ਸਾਨੂੰ ਮੰਨ ਨਹੀਂ ਉਸੇ ਪਾਸੇ ਘੇਰੇ ਨਾ ਤਾਂ ਆਪਣੀ ਲਿਮਿਟੇਸ਼ਨ ਦੇ ਵਿੱਚ ਹੀ ਸਾਰੇ ਕੰਮ ਬੰਦੇ ਨੂੰ ਕਰਨੇ ਚਾਹੀਦੇ ਆ ਔਰ ਜਿਹੜੀ ਸਾਨੂੰ ਜੀਵਨ ਮਿਲਿਆ ਇਹ ਸਾਨੂੰ ਜੀਵਨ ਮਿੱਟੀ ਇਕੱਠੀ ਕਰਨ ਲਈ ਨਹੀਂ ਮਿਲਿਆ ਇਹ ਜੀਵਨ ਮਿਲਿਆ ਸੇਵਾ ਲਈ ਆਪਣੇ ਪਰਿਵਾਰ ਦੀ ਸੇਵਾ ਕਰੋ ਉਸ ਤੋਂ ਬਾਅਦ ਦੀ ਕਰੋ ਹੈਨਾ ਪਸ਼ੂ ਪੰਛੀਆਂ ਦੀ ਕਰੋ ਪੰਛੀਆਂ ਦੀ ਕਰੋ ਪਸ਼ੂਆਂ ਦੀ ਕਰੋ ਕਿਉਂਕਿ ਉਹ ਤੁਹਾਨੂੰ ਬੁਲਾਉਂਦੇ ਨਹੀਂ ਐ ਕਿ ਤੁਸੀਂ ਆ ਜਾਓ ਲੇਕਿਨ ਸਾਡੀ ਡਿਊਟੀ ਬਣਦੀ ਐ ਕਿ ਆਪਾਂ ਉਹਨਾਂ ਨੂੰ ਸੰਭਾਲੀਏ ਕਿਉਂਕਿ ਉਹਨਾਂ ਦਾ ਵੀ ਜੀਵਨ ਕਟਵਾਈਏ ਜਦੋਂ ਤੁਸੀਂ ਕਿਸੇ ਨੂੰ ਦੁੱਖ ਦੇ ਵਿੱਚ ਕੋਈ ਹੋਵੇ ਤੁਸੀਂ ਉਹਦਾ ਸਾਥ ਦਓਗੇ ਨਾ ਤਾਂ ਜਿੰਨੀਆਂ ਦੁਆਵਾਂ ਉਹ ਦੇਏਗਾ ਨਾ ਉਹ ਤੁਸੀਂ ਦੁਆਵਾਂ ਕਰੋੜਾ ਰੁਪਏ ਦੇ ਕੇ ਵੀ ਨਹੀਂ ਲੈ ਸਕਦੇ ਔਰ ਪਰਮਾਤਮਾ ਨੇ ਤੁਹਾਡੀਆਂ ਦੁਆਵਾਂ ਹੀ ਸੁਣਨੀਆਂ ਪਰਮਾਤਮਾ ਨੇ ਉੱਥੇ ਬੈਲੈਂਸਰ ਦਾ ਕੰਪਿਊਟਰ ਤੇ ਖੋਲ ਕੇ ਇਹੀ ਦੇਖਣਾ ਕਿ ਥੱਲੇ ਪੈਸੇ ਕਿੰਨੇ ਛੱਡ ਕੇ ਆ ਤੇ ਦੁਆਵਾਂ ਕਿੰਨੀਆਂ ਲਿਆ ਆ ਉੱਥੇ ਤਾਂ ਬਸ ਆਪਣੇ ਹਿਸਾਬ ਹੁਣਾ ਕਰਮਾਂ ਦਾ ਔਰ ਕਰਮ ਅੱਛੇ ਕਰੀ ਜਾਓ ਤੇ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਤੁਹਾਨੂੰ ਕੋਈ ਕਮੀ ਨਹੀਂ ਆਉਣ ਦੇਗਾ ਕਿਸੇ ਤਰ੍ਹਾਂ ਦੀ ਵੀ ਹੁਣ ਤਮਾਂ ਤਾਂ ਕਦੀ ਪੂਰੀ ਹੋਣੀ ਨਹੀਂ ਬਿਲਕੁਲ ਮੰਨ ਲਓ ਹੁਣ ਤੁਸੀਂ ਗੱਡੀ ਲੈਤੀ ਆ ਤੁਸੀਂ ਕਹੋਗੇ ਮੈਨੂੰ 에ਰੋਪਲੇਨ ਮਿਲ ਜਵੇ ਤਾਂ ਉਹ ਤਮਾਂ ਦੇ ਉੱਤੇ ਚਲੇ ਗਏ ਆਪਾਂ ਲੇਕਿਨ ਅੱਛੇ ਕਰਮ ਕਰਦੇ ਜਾਓ ਤੇ 에ਰੋਪਲੇਨ ਵੀ ਕੋਈ ਵੱਡੀ ਗੱਲ ਨਹੀਂ ਹੈ ਉਹ ਵੀ ਤੁਹਾਡੇ ਕੋਲ ਜ਼ਰੂਰ ਮਤਲਬ ਪ੍ਰਮਾਤਮਾ ਦੇਵੇਗਾ ਬਹੁਤ ਚੰਗੇ ਵਿਚਾਰ ਨੇ ਤੁਹਾਡੇ ਬੜਾ ਚੰਗਾ ਲੱਗਿਆ ਜਨਮੋਲ ਜੀ ਬਾਰੇ ਜਾਣ ਕੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਪੋਡਕਾਸਟ ਤੇ ਤੁਹਾਡੇ ਵੀ ਜੇ ਮਨ 'ਚ ਕੁਝ ਹੋਰ ਸਵਾਲ ਨੇ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਮੈਂ ਦੁਬਾਰਾ ਫਿਰ ਇਹਨਾਂ ਨੂੰ ਰਿਕੁਐਸਟ ਕਰਕੇ ਜ਼ਰੂਰ ਲੈ ਕੇ ਆਉਂਗਾ ਬਾਕੀ ਜਿਹੜੀ ਸੰਸਕਾਰਾਂ ਦੀ ਸੇਵਾ ਤੁਸੀਂ ਕਰ ਰਹੇ ਹੋ ਬਹੁਤ ਬਾਕ ਕਮਾਲ ਕਰ ਰਹੇ ਹੋ ਅਸੀਂ ਲੋਕਾਂ ਨੂੰ ਵੀ ਕਵਾਂਗੇ ਕਿ ਉਹ ਵੀ ਸੰਸਕਾਰ ਅਡਾਪਟ ਕਰਨ ਕੋਈ ਇੱਕ ਸੰਸਕਾਰ ਦੀ ਸੇਵਾ ਦੋ ਸੰਸਕਾਰ ਦੀ ਸੇਵਾ ਤੇ ਬਹੁਤ ਬਹੁਤ ਧੰਨਵਾਦ ਅਨਮੋਲ ਜੀ ਨੂੰ ਐਸੀ ਪਰਵਰਿਸ਼ ਦੇ ਕੇ ਵੱਡਾ ਕਰਨ ਲਈ ਤੇ ਅਨਮੋਲ ਜੀ ਵੀ ਬਹੁਤ ਧੰਨਵਾਦ ਕਰਦੇ ਨੇ ਕਿ ਤੁਸੀਂ ਮੇਰੇ ਪੇਰੈਂਟਸ ਹੋ ਤਾਂ ਹੀ ਮੈਂ ਅਨਮੋਲ ਜੇ ਤੁਸੀਂ ਤੁਹਾਡੀ ਜਗ੍ਹਾ ਕੋਈ ਹੋਰ ਮੇਰੇ ਪੇਰੈਂਟ ਪੇਰੈਂਟਸ ਹੁੰਦੇ ਤਾਂ ਅਨਮੋਲ ਹੋ ਕੇ ਵੀ ਅਨਮੋਲ ਨਹੀਂ ਹੋ ਪੰਦਾ ਤਾਂ ਸਾਰਾ ਕ੍ਰੈਡਿਟ ਤੁਹਾਨੂੰ ਜਾਂਦਾ ਠੀਕ ਹੈ ਆਪਣੀ ਕਦੀ ਇੰਨੀ ਗੱਲਬਾਤ ਨਹੀਂ ਹੋਈ ਤੇ ਬੜਾ ਵਧੀਆ ਲੱਗਿਆ ਅੱਜ ਗੱਲਬਾਤ ਕਰਕੇ ਤੇ ਮੈਂ ਹਰ ਜਨਮ ਚ ਬੇਟਾ ਹੀ ਬਣ ਕੇ ਤੁਹਾਡਾ ਆਣਾ ਚਾਹਣਾ ਜਿੰਨੇ ਵੀ ਜਨਮ ਮੈਨੂੰ ਮਿਲਣ ਤੇ ਮੈਂ ਬਹੁਤ ਖੁਸ਼ ਹਾਂ ਜ਼ਿੰਦਗੀ ਚ ਹੁਣ ਆਪਣੇ ਆਪ ਨੂੰ ਬਹੁਤ ਬਦਲ ਰਿਹਾ ਤਿੰਨ ਬਰ ਦਿਨ ਦਿਨ ਬਰ ਦਿਨ ਤੇ ਬਦਲਦੇ ਰਵਾਂਗੇ ਦਿਨ ਬਰ ਦਿਨ ਦਿਨ ਬਰ ਦਿਨ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ ਪੌਡਕਾਸਟ ਵਧੀਆ ਲੱਗੇ ਸ਼ੇਅਰ ਕਰਿਓ ਆਪਣੇ ਪੇਰੈਂਟਸ ਨਾਲ ਬੈਠਿਓ ਭਾਵੇਂ ਰਿਕਾਰਡ ਨਾ ਕਰੀ ਨਾ ਇਹ ਦੋ ਡੰਡੇ ਲਾ ਕੇ ਬਹਿ ਜਾਈਓ ਕਿ ਜੀ ਕਿਵੇਂ ਲੱਗ ਰਿਹਾ ਹੈ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ